ਖਾਲਸਾ ਦੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ ਤੇ ਮੈਂ ਸੁਰਿੰਦਰ ਸਿੰਘ ਦੁਨੀਆ ਭਰ ਦੇ ਸਾਡੇ ਸਮੂਹ ਸਰੋਤਿਆਂ ਨੂੰ ਸੰਗਤ ਰੂਪ ਦੇ ਵਿੱਚ ਸਵਾਗਤ ਕਰਦਾ ਹੋਇਆ ਫਤਿਹ ਅਰਥ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵੇਲੇ ਪੰਜਾਬ ਦੇ ਵਿੱਚ ਘੜੀਆਂ ਤੇ ਅੰਮ੍ਰਿਤਸਰ ਦੇ ਸਮੇਂ ਦੇ ਮੁਤਾਬਕ ਰਾਤ ਦੇ ਠੀਕ 8:02 ਹੋ ਰਹੇ ਨੇ ਤੇ ਦੁਨੀਆਂ ਦੀਆਂ ਘੜੀਆਂ ਇਸ ਵੇਲੇ ਵੱਖ ਵੱਖ ਸੂਈਆਂ ਤੇ ਵੱਖ ਵੱਖ ਸਮਾਂ ਦੱਸ ਰਹੀਆਂ ਹੋਣਗੀਆਂ। ਸਾਡੇ ਵੀਰ ਆਪਣੇ ਆਪਣੇ ਦਿਨਾਂ ਦੇ ਕਾਰਜ ਕਰ ਰਹੇ ਹੋਣਗੇ ਤੇ ਕਿਤੇ ਇਸ ਵੇਲੇ ਰਾਤ ਦਾ ਹਨੇਰਾ ਪੂਰੀ ਤਰ੍ਹਾਂ ਖਾ ਚੁੱਕਿਆ ਹੋਵੇਗਾ। ਸੋ ਪੰਜਾਬ ਦੇ ਵਿੱਚ ਵੀ ਇਸ ਵੇਲੇ ਭਾਵੇਂ ਸਿਆਸਤ ਦਾ ਮਾਹੌਲ ਰਾਜਨੀਤੀ ਦਾ ਮਾਹੌਲ ਕਾਫੀ ਗਰਮਾ ਗਰਮ ਚੱਲ ਰਿਹਾ ਤੇ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਤੇ ਕਾਂਗਰਸ ਦੇ ਨਾਲ ਨਾਲ ਸਿੱਖ ਜਥੇਬੰਦੀਆਂ ਵੀ ਆਪਣੇ ਖੰਭਾਂ ਨੂੰ ਬਰਾਬਰ ਤੋਲ ਰਹੀਆਂ ਨੇ ਇਸ ਵੇਲੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2018 ਦੇ ਵਿੱਚ ਇੱਕ ਨਵੇਂ ਮੁਕਾਮ ਤੇ ਪਹੁੰਚਿਆ ਜਾ ਸਕੇ, ਇੱਕ ਨਵਾਂ ਦਿਸ਼ਾ ਦਾ ਤੈਅ ਕੀਤਾ ਜਾ ਸਕੇ। ਸੋ ਅੱਜ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਜੀ। ਸਾਡੇ ਪ੍ਰੋਗਰਾਮ ਦੇ ਵਿੱਚ ਇੱਕ ਅਜਿਹਾ ਵਿਸ਼ਾ ਅੱਜ ਅਸੀਂ ਛੋਣ ਜਾ ਰਹੇ ਹਾਂ ਜਿਸ ਦੇ ਬਾਰੇ ਬਹੁਤੀ ਕਦੇ ਗੱਲਬਾਤ ਨਹੀਂ ਹੋਈ, ਨਾ ਸਿੱਖ ਹਲਕਿਆਂ ਦੇ ਵਿੱਚ ਤੇ ਨਾ ਸਿੱਖ ਲਿਟਰੇਚਰ ਦੇ ਵਿੱਚ, ਸਾਹਿਤ ਦੇ ਵਿੱਚ, ਤੇ ਨਾ ਸਾਡੇ ਜਿਹੜੇ ਲੇਖਕ ਨੇ ਸਾਹਿਤਕਾਰ ਨੇ ਉਹਨਾਂ ਨੇ ਇਸ ਮਸਲੇ ਨੂੰ ਛੋਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਅਸੀਂ ਖੁੱਲ ਕੇ ਇਸ ਬਾਰੇ ਕੋਈ ਵਿਚਾਰ ਵਟਾਂਦਰਾ ਕੀਤਾ ਜਾਂ ਸੱਥਾਂ ਦੇ ਵਿੱਚ ਬੈਠ ਕੇ ਗੱਲ ਕੀਤੀ। ਸੋ ਕਿਉਂਕਿ ਮਸਲਾ ਕਾਫੀ ਅਹਿਮ ਹੈ, ਮਸਲਾ ਗੰਭੀਰ ਹੈ, ਇਸ ਕਰਕੇ ਸਾਡਾ ਫਰਜ਼ ਬਣਦਾ, ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰੀਏ। ਸਾਡਾ ਅੱਜ ਦਾ ਦੀਵੇ ਦੀ ਲੋ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੈ ਜੀ, ਦਲਿਤਵਾਦ ਅਤੇ ਖਾਲਸਾਈ ਸਿਧਾਂਤ। ਦਲਿਤਵਾਦ ਦੇ ਉੱਤੇ ਅਸੀਂ ਕਾਫੀ ਕੌਮਾਂਤਰੀ ਪੱਧਰ ਦੇ ਉੱਤੇ, ਰਾਸ਼ਟਰੀ ਪੱਧਰ ਦੇ ਉੱਤੇ ਅਸੀਂ ਕਾਫੀ ਚਰਚੇ ਸੁਣਦੇ ਹਾਂ, ਕਾਫੀ ਗੱਲਾਂ ਹੁੰਦੀਆਂ ਨੇ ਜਦੋਂ ਇੰਟਰਨੈਸ਼ਨਲ ਪੱਧਰ ਦੇ ਜਿਹੜੇ ਪੱਤਰਕਾਰ ਨੇ ਜਾਂ ਅਜਿਹੀਆਂ ਸ਼ਖਸੀਅਤਾਂ ਨੇ ਜਿਹੜੀਆਂ ਲਗਾਤਾਰ ਇਸ ਵਿਸ਼ੇ ਦੇ ਉੱਤੇ ਚਰਚਾ ਕਰਦੀਆਂ ਨੇ, ਪਰ ਇਹ ਚਰਚਾਵਾਂ ਨੇ ਜਿਹੜੀਆਂ ਉਹ ਸਿਰਫ ਤੇ ਸਿਰਫ ਜਿਹੜੀਆਂ ਭਾਰਤ ਦੀਆਂ ਸਰਕਾਰਾਂ ਨੇ, ਬਣਨ ਵਾਲੀਆਂ ਸਰਕਾਰਾਂ ਹੁੰਦੀਆਂ ਨੇ, ਵੱਡੀਆਂ ਸਿਆਸੀ ਪਾਰਟੀਆਂ ਹੁੰਦੀਆਂ ਨੇ, ਉਹ ਉਸ ਦਲਿਤਵਾਦ ਦੇ ਮੁੱਦੇ ਦੇ ਉੱਤੇ ਚਰਚਾ ਕਰਕੇ ਉਸ ਵੋਟ ਬੈਂਕ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਉਹਨਾਂ ਦਾ ਜਿਹੜਾ ਖੂਨ ਹੈ ਉਸਨੂੰ ਲਹੂ ਦੇ ਰੂਪ ਦੇ ਵਿੱਚ ਚੋਣ ਦੀ ਕੋਸ਼ਿਸ਼ ਕਰਦੀਆਂ ਨੇ। ਤੇ ਅਸੀਂ ਅੱਜ ਐਸੇ ਵਿਸ਼ੇ ਨੂੰ ਖਾਲਸਾਈ ਸਿਧਾਂਤਾਂ ਦੇ ਬਨਿਸਪਤ, ਖਾਲਸਾਈ ਸਿਧਾਂਤਾਂ ਦੇ ਮੁਕਾਬਲੇ ਤੇ ਪਰਖਣ ਦੀ, ਉਸ ਤੇ ਗੱਲ ਕਰਨ ਦੀ, ਉਸ ਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅੱਜ ਸਾਡੇ ਮਹਿਮਾਨ ਨੇ ਗੁਰਿੰਦਰ ਆਜ਼ਾਦ। ਗੁਰਿੰਦਰ ਆਜ਼ਾਦ ਬਹੁਤ ਜ਼ਿਆਦਾ ਵੱਡੀ ਉਮਰ ਤੇ ਨਹੀਂ ਨੇ, ਨੌਜਵਾਨ ਨੇ, ਪਰ ਇਹਨਾਂ ਦਾ ਤਜਰਬਾ ਤੇ ਇਹਨਾਂ ਦਾ ਜੋ ਖੇਤਰ ਹੈ ਉਹ ਪੂਰਾ ਭਾਰਤ ਹੈ। ਪੂਰੇ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਜਾ ਕੇ ਇਹ ਆਪਣੇ ਜੋ ਕੌਮ ਹੈ, ਦਲਿਤ ਕੌਮ ਹੈ, ਉਸ ਨੂੰ ਇਹ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੇ ਨਾਲ ਕੀ ਵਾਪਰ ਰਿਹਾ, ਕੀ ਹੋ ਰਿਹਾ, ਉਸ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਦੇ ਲਈ ਲਗਾਤਾਰ ਵਚਨਬੱਧ ਨੇ ਤੇ ਇੱਕ ਫਰੰਟ ਖੜਾ ਕਰਨ ਦੇ ਲਈ ਵਚਨਬੱਧ ਨੇ, ਜਿਹੜਾ ਹਿੰਦੂਵਾਦ, ਬ੍ਰਾਹਮਣਵਾਦ ਦੇ ਖਿਲਾਫ ਜ਼ਬਰਦਸਤ ਸੰਘਰਸ਼ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਹੋ ਸਕੇ। ਸੋ ਗੁਰਿੰਦਰ ਜੀ, ਤੁਹਾਡਾ ਮੈਂ ਸਵਾਗਤ ਕਰਦਾ ਹੱਕ ਸੱਚ ਦੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ ਤੇ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਰਿੰਦਰ ਭਾਜੀ ਤੇ ਸਾਰੇ ਸਰੋਤਿਆਂ ਨੂੰ ਵੀ ਮੇਰਾ ਗੱਜ ਵੱਜ ਕੇ ਜੈ ਭੀਮ। ਵਾਹ ਜੀ ਵਾਹ, ਤੁਸੀਂ ਜੈ ਭੀਮ ਦੀ ਗੱਲ ਕੀਤੀ ਹੈ। ਜੈ ਭੀਮ, ਭੀਮ ਰਾਓ ਅੰਬੇਦਕਰ, ਬਾਬਾ ਭੀਮ ਰਾਓ ਅੰਬੇਦਕਰ ਦਾ ਤੁਸੀਂ ਜੋ ਏਜੰਡਾ ਉਹ ਲੈ ਕੇ ਚੱਲੇ ਹੋ, ਤੇ ਸਭ ਤੋਂ ਪਹਿਲਾਂ ਮੈਂ ਸਵਾਲ ਹੀ ਇਹ ਕਰਦਾ, ਪਰਸੋਂ ਅਸੀਂ ਰਾਜਵਿੰਦਰ ਸਿੰਘ ਰਾਹੀ ਹੋਰਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਸਾਡੀ ਗੱਲਬਾਤ ਜਿੱਥੇ ਖਤਮ ਹੋਈ ਸੀ ਉਹ ਅੰਬੇਦਕਰ ਸਾਹਿਬ ਤੋਂ ਖਤਮ ਹੋਈ ਸੀ ਸਾਡੀ ਗੱਲਬਾਤ, ਕਿ 1928 ਦੇ ਵਿੱਚ ਸਾਈਮਨ ਕਮਿਸ਼ਨ ਭਾਰਤ ਆਉਂਦਾ ਤੇ 1928 ਦੇ ਵਿੱਚ ਲਾਲਾ ਲਾਜਪਤ ਰਾਏ ਕੁਛ ਲੋਕਾਂ ਨੂੰ ਲੈ ਕੇ ਇੱਕ ਸਾਜਿਸ਼ ਦੇ ਅਧੀਨ ਲਾਹੌਰ ਦੇ ਵਿੱਚ ਪ੍ਰੋਟੈਸਟ ਕਰਦਾ ਸਾਈਮਨ ਕਮਿਸ਼ਨ ਦੇ, ਕਿ ਸਾਈਮਨ ਕਮਿਸ਼ਨ ਗੋ ਬੈਕ, ਸਾਈਮਨ ਕਮਿਸ਼ਨ ਗੋ ਬੈਕ ਦੇ ਨਾਰੇ ਲਾਏ ਜਾਂਦੇ ਨੇ ਤੇ ਉਹ ਇੱਕ ਅਜਿਹਾ ਪ੍ਰੋਟੈਸਟ ਕਰਦਾ ਤਾਂ ਕਿ ਜਿਹੜਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਸਵਾਗਤ ਕਰਨਾ ਚਾਹੁੰਦੇ ਨੇ ਉਸੇ ਸਾਈਮਨ ਕਮਿਸ਼ਨ ਦਾ, ਜਿਸ ਸਾਈਮਨ ਕਮਿਸ਼ਨ ਨੇ ਭਾਰਤ ਦੇ ਜਿਹੜੇ 65% ਦਲਿਤ ਸਨ, ਪੂਰੀ ਆਬਾਦੀ ਦਾ 65% ਦਲਿਤ ਨੇ, ਤੇ ਉਹਨਾਂ ਦੀ ਗੱਲ ਸੁਣਨੀ ਸੀ, ਉਹਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਕਰਨੀ ਸੀ। ਉਸ ਗੱਲ ਸੁਣਨ ਦੇ ਨਾਲ ਜੋ ਭਾਰਤ ਅੱਜ ਹੈ ਇਸ ਦੀ ਦਿਸ਼ਾ ਅਤੇ ਦਸ਼ਾ ਵੀ ਬਦਲ ਜਾਣੀ ਸੀ, ਇਸ ਦਾ ਨਕਸ਼ਾ ਵੀ ਬਦਲ ਜਾਣਾ ਸੀ। ਪਰ ਤੁਸੀਂ ਕੀ ਕਹੋਗੇ ਇਸ ਦੇ ਬਾਰੇ, ਕਿ ਉਹ ਜਿੱਥੋਂ ਅਸੀਂ ਗੱਲ ਛੱਡੀ ਸੀ ਰਾਜਵਿੰਦਰ ਸਿੰਘ ਰਾਹੀ ਹੋਰਾਂ ਦੀ, ਕਿ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਕਿ ਜੇ ਸਾਈਮਨ ਕਮਿਸ਼ਨ ਦਾ ਵਿਰੋਧ ਲਾਲੇ ਦੇ ਰਾਹੀਂ ਨਾ ਕਰਵਾਇਆ ਜਾਂਦਾ ਕਥਿਤ ਹਿੰਦੂ ਜਥੇਬੰਦੀਆਂ ਵੱਲੋਂ ਉਸ ਵੇਲੇ, ਤਾਂ ਕੀ ਸੱਚਮੁੱਚ ਬਾਬਾ ਸਾਹਿਬ ਅੰਬੇਦਕਰ ਦੀ ਗੱਲਬਾਤ ਸੁਣਨੀ ਸੀ ਸਾਈਮਨ ਕਮਿਸ਼ਨ ਨੇ, ਜਾਂ ਇਹ ਇੱਕ ਮਹਿਜ਼ ਸਾਨੂੰ ਸਾਡੀ ਕਲਪਨਾ ਮਾਤਰ ਹੈ ਕੋਈ?
कदाचित यह कल्पना मात्र नहीं सी। लाला लाजपत राय जड़े सीगे उन्होंने घोषित तौर पर यह गल आखी सी, ऐलाने तौर पर कहा सी कि मैं हिंदू पहला हाँ अते नैशनलिस्ट मगरों हाँ। ते उन्हां दा मेन वो सीगा कि जड़ी हिंदू वर्ण व्यवस्था जड़ी है बनी रहे। आर एस बाजी जिस तरह का कि उन्हां दा सिद्धांत हैगा हिंदू वर्ण व्यवस्था तुहानू पता ही है, ब्राह्मण खत्री ब्राह्मण क्षत्रिय वैश शूद्र ते अति शूद्र भी ने उहदे थले। उन्होंने यह सीगा देखो मुद्दे की गल यह कि 1917 तो बाद ही जो पहली भारत पहला विश्व युद्ध खत्म होया सी उस तो बाद ही दरअसल अंग्रेजा ने हौले हौले करके अपना यह प्लानिंग शुरू करती सी किस तरह एक भारत में जो छड़न का जो है स्वरूप की होएगा इन किवें करांगे। उन्होंने वक्तों के 1917-18 के देखते हैं कि बाबा साहब अंबेडकर जो है अपने दलित मुद्दों का उस वक्त डिप्रेस क्लासिस कहते थे उन्हों का जिक्र करना शुरू करता। 1928 साइमन कमीशन का आना जरा पिछे एक ही सीगा कि भारत के जी की इन्नी विविधता हैगी है ये सारा कुछ हैगा तो इसनों एड्रैस किवें किया जाए तो वह ये बारे गल करना आए थे। जो गल करना आए थे तो लाला लाजपत राय का क्योंकि उन्होंने ये लग रहा है कि हूँ दलित जड़े है अपने आपको रिप्रजेंट करेंगे डिप्रेस क्लासिस के लोग रिप्रजेंट करेंगे तो उन्होंने आख्या कि जोड़ा साइमन कमीशन है वो भारत का कोई रिप्रजेंटेशन नहीं है, यानी कि साइमन कमीशन के पैनल दे कोई भी भारती नहीं है। यह उन्होंने खर्चा सगा इसे करके उन्होंने कहा उपरों तो अंग्रेजा का जिमें होंगे ही है कि विरोध करना सगा उन्होंने, हालांकि सांझ भ्याली पा के तो आप सारे जानते हैं 1757 तो लैके 1857 तक ब्राह्मणा ने हिंदुआ ने सांझ भ्याली पा के अंग्रेजा तो बहुत लाहे ले ने हूँ, लेकिन जो कोई दलित का मुद्दा आ गया तो इस करके उन्होंने साइमन कमीशन गो बैक के नारे लाए उन्होंने, जो कि साडे दलित समाज लई डिप्रेस क्लासिस लई बहुत वड्डा एक ऑपरचुनिटी सी बहुत वड्डा मौका सी। डॉक्टर बाबा साहब भीमराव अंबेडकर ने यह समझ लिया इस गल नूं, इसी करके उन्होंने क्योंकि वह पहली बारी 1932 दे विच जिहड़ा 1931-32 गोलमेज कॉन्फ्रेंस जिहड़ी लंडन च होई है, तीन कॉन्फ्रेंसां होईयां जी जी, उहदे विच डॉक्टर भीमराव अंबेडकर ने अपने मुद्दे जिहड़े सी बहुत स्पष्ट तौर ते रखे सीगे। इतों की यह गल साफ होंगी कि लाला लाजपत राय जड़े सीगे मतलब तुम समझ सकते हैं उन्होंने पिछले मंशा की थी साइमन कमीशन गो बैक का जो लाहौर जाके उन्होंने नारा लाया सी। जी 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 सो गल इतों बड़ी स्पष्ट हो जाती है कि साइमन कमीशन का विरोध से एक साजिश के तहत किया गया, लाला लाले दे उस च डांगा भी वजियां सी पर मौत उसकी 17 दिन बाद हुंदी है हार्ट अटैक दे नाल। सो कथित तौर दे उते बिल्कुल असीं पिछले दिन ही इस ते गल कर चुके हैं। चलो गल अपनी शुरू हो चुकी है ते साडे स्रोते ने जिहड़े ओह जरूर तुहाडे बारे जानना चाहणगे क्योंकि मैं तां थोड़े शब्दां च गल कीती है तुहाडे बारे इंट्रोडक्शन पूरी चंगी तरह होई नहीं, तुसीं अपने आप बारे दसो कि तुसीं दलित लहर दे नाल किवें जुड़े ते की बठिंडा विखे होया ते उत्थे मेरे माता पिता जिहड़े सीगे दोनों ही CPI कम्युनिस्ट लहर दे विच सीगे बड़ा उन्होंने बहुत ज्यादा लगभग 35 साल उन्होंने सर्विस की है। लेकिन ओदे च करदे करदे मैं दलित परिवार नाल संबंध रखदा चमार हाँ ते उदो मैं भी इहदे विच मेरा भी पक्ष जिहड़ा सीगा इधरले पासे सीगा। अगे तुरदे तुरदे मैं असीं राजपुरा शिफ्ट किया ते उस तो मगरों जिहड़ा हैगा मैं पंजाबी यूनिवर्सिटी जदों पढ़दा हुंदा सीगा ते SFI नाल भी मेरी नेड़ता काफ़ी रही है ते उस तो बाद मैं तरक्शील सोसायटी पंजाब दे विच एक बड़ी फिर कड लहर हुई है जिहड़ी अंध विश्वासां दे खिलाफ सी ते विज्ञानिक सोच दा प्रचार प्रसार करदी सी उहदे विच मैं कई अहुदे संभाले ने ते लगभग 10-12 साल रहा उहदे च इह पूरे दे पूरे उहदे विच जिहड़ा हैगा मैं दलित दा प्रश्न जिहड़ा हैगा मिसिंग देखिया ते मैं अपने आप नूं हमेशा ही क्योंकि उहनां कोल बहुत इक सदी हुई लैंग्वेज है लैफ्ट दे लोकां कोल जिहड़ी तुहानूं बहुत प्रभावित करदी है, लेकिन जेकर तुसीं थोड़ा जिहा अगे वधो ते अपनी अपनी जड़ां वली जाओ तां फिर उह तुहानूं समझ आउंदी है कि इह पूरा मामला है कि इह इक बड़ा ही वड्डा होक्स एक्चुअली इहदे च कोई बहुत ही वड्डी सच्चाई है नहीं। उस तो बाद ही मैं एक्चुअली 1991-92 की गल है जी जदों मैं बाबा साहब की अंबेडकर की किताब पढ़ी रिलीजन हिंदुइज़म
उस तो बाद मेरा जरा है मेरा मैं पूरी तरह मैं एकदम मेरा दिमाग जरा है वो हो गया कि पूरी वर्ण व्यवस्था मैं लगता मैं उदो ही समझिया जो बचपन के जड़ी साढ़े नधीकियां होंगे सी जड़ी असी भी नोटिस कर सकते थे कि साढ़े नाल वधीकी हुई है असि ओनू एनजी लै लेंदे ये डॉक्टर बाबा साहब दिया लिखता तो बाद सानू समझ आना शुरू होया जो दलित वड्डे राइटर ने जिवें ओम प्रकाश वाल्मीकि ने शरण कुमार लिंबाले ने दया पवार ने इन्हां दी बेबी कांबले इन्हां दी बायोग्राफी पढ़न तो बाद सानू महसूस होया कि साढ़े नाल तां धक्का हुंदा रहा है असीं जिसनू समझ कि वैसी कोई घटना वापरी है एक्चुअली उहदे पिछे जात काम करदी सी ये सारे प्रश्न लैके मैं 2005 च मैं दिल्ली शिफ्ट कर गया सीगा इत्थे आके मेरे दोस्त बड़े जिहड़े दलित लहर दे सीगे उस तो बाद फिर स्टूडेंट दलित ते आदिवासी स्टूडेंट उत्ते असीं काम करना शुरू कीता इसे रोह दे विच इसे लाइन दे विच ही असीं फिर दलित डिस्क्रिमिनेशन जिहड़ी हैगी आ हायर एजुकेशनल प्लेसिस दे विच उत्थे असीं अपना लहर उठाउणी शुरू कीती ते जिथे दलित रिजर्वेशन कोटे वाला कह के उहनूं भंड दिंदे सीगे ते हालात इस तरह दे बना दिंदे सीगे कि बच्चा जिहड़ा हैगा सुसाइड ही कर लवे जिवें रोहित मूला नाल वी होया असी फिर ओहदे ते फिल्मां बनाईआं ते चार फिल्मां डैथ ऑफ मैरिट दे नाते बना चुके हां असी इसने काफी काफी हलचल मचाई है ते इस तो इलावा मतलब असी लामबंद करने की कोशिश कर रहे हैं क्योंकि दलित का भी प्रश्न जरा है बहुत कॉम्पलैक्स है क्योंकि बहुत सारी सबकास्ट के शामिल ने साडे कोई भी इस तरह का इतिहास नहीं है जिसमें एक जात जिहड़ी है दूजे जात दे नाल अपनी सांझ भैली पा के चलती हो बड़ी बड़ी कॉम्पलैक्स स्थिति है ये 6,000 जातां च वंडिया भारत है फिर नाल ही मैं कवितावां भी लिखता हैगा ते असीं जिहड़ा हैगा मेरी किताब एक आई है कंडीशन अपलाई हिंदी च है पंजाबी तर्जमा हो रहा ओहदा ते ओह किताब आई है एक इस तो नाल ही असीं 2009 च राउंड टेबल इंडिया जिहड़ा शुरू कीता सी roundtableindia.co.in यही एक वैबसाइट है जिहड़ी कि अंग्रेजी च है ते बहुत ज्यादा पढ़ी जा रही है अजकल हिंदी च भी शुरू कीती है यह अंतरराष्ट्रीय पद्धर दे उत्ते लोक इहनूं पढ़दे ने ते लोक इहदा सेहत लैंदे ने लगभग 300-350 राइटर जिहड़े ने राउंड टेबल इंडिया ने पैदा किए ने अंग्रेजी च लिखण वाले पैदा किए ने यह साडे लिए बड़ी माण वाली गल है कि असीं इन्ना च कुछ कर सके हालांकि रस्ता बड़ा लंबा है बस इन्नी मेरी मेरी कहानी है जी 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 नहीं इन्नी कहानी नहीं जी बहुत तुसी मुसीबत झलिया ने बहुत तुसी औखा समा देखा सो इस करके निरसंदेह जिहड़ा रेडियो वॉइस ऑफ खालसा उसका जो मंच है उसके उत्ते तुसी एक चमकते सितारे हो साडे सिखां लई भी अज ते मैं गल करदा कि जिवें सिख कौम है जिहड़ी शब्द तो दूर हो रही है गुरु ग्रंथ साहिब दी जिहड़ी गुरबाणी है उस तो दूर हो रही है मैनू लगता जिहड़ी चमार कम्यूनिटी है वह भी रविदास जी की जिहड़ी गुरबाणी है उन्हां दी उचारी हुई उस तो दूर नहीं हो रही है इस दे बारे की कहोगे मैनू लगता कि प्रश्न जिहड़ा हैगा मैनू थोड़ा जिहा तुसीं समां दोगे तो मैं इहदा जरूर उत्तर दे सकांगा पहली गल तो यह है कि जिस तरह की असि हुण इतिहास जिहड़ा हैगा ओह हुण दुबारा लिखिया जा रहा है अपने सिखां दा भी इतिहास जिहड़ा हैगा नवे परस्पेक्टिव तो लिखा जा रहा है सच दे काफी नेड़े ले जा के महाराजा रणजीत सिंह समाज दे विच भी जदों सिख जिहड़े सीगे हिंदू सिखां च भी बहुता कोई फर्क लगता नहीं सीगा कई सारे पड़ावां तो लंघ के सिख जिहड़ी हैगी है कौम जिहड़ी हैगी है अज इस उत्थे खड़ी है जिथे असीं देखदे आ कि राजनीति दे विच ते बादलकियां दे विच ते कांग्रसियां दे विच जां फिर होरां दे विच भी असीं देखदे आ कि विपरन की रीत जिहड़ी हैगी है ओह किन्नी हावी हो चुकी है जिथों तक दलित दा सवाल हैगा ਇਹ ਜਿਹੜਾ ਹੈਗਾ ਦਰਅਸਲ ਅਨਫੋਰਚੁਨੇਟਲੀ ਜਿਹੜੀ ਮੈਂ ਤਾਂ ਸਿੱਖ ਪੰਥ ਨੂੰ ਜਿਹੜਾ ਹੈਗਾ ਮੈਂ ਧਰਮ ਕਹਿਣਾ ਮੈਂ ਥੋੜਾ ਗੁਰੇਜ਼ ਕਰਦਾ ਮੈਨੂੰ ਪੰਥ ਕਹਿਣਾ ਚੰਗਾ ਲੱਗਦਾ ਇਹ ਮੈਨੂੰ ਲੱਗਦਾ ਬਹੁਜਨਾਂ ਦਾ ਪੰਥ ਸੀਗਾ ਇਹ ਤਾਂ ਬਹੁਜਨਾਂ ਦਾ ਕਿਉਂਕਿ ਰਵਿਦਾਸ ਜੀ ਕਬੀਰ ਜੀ ਤੇ ਆਪਣੇ ਤ੍ਰਿਲੋਚਨ ਜੀ ਇਹਨਾਂ ਤੋਂ ਸ਼ੁਰੂ ਹੁੰਦਾ ਹੋਇਆ ਗੁਰੂ ਨਾਨਕ ਦੇਵ ਜੀ ਨੇ ਪਹਿਲੀ ਵਾਰੀ ਮੈਨੂੰ ਲੱਗਦਾ ਇਤਿਹਾਸ ਦੇ ਵਿੱਚ ਜਿਹੜਾ ਹੈਗਾ ਕਿਸੇ ਦਲਿਤ ਨੂੰ ਜਿਹੜਾ ਹੈਗਾ ਐਕਨੋਲਜ ਕਰਦੇ ਹੋਏ ਉਹਨਾਂ ਦੀ ਬਾਣੀ ਨੂੰ ਅੱਗੇ ਰੱਖਦੇ ਹੋਏ ਉਹ ਕੀਤਾ ਸੀਗਾ ਇਹ ਉਪਰਾਲਾ ਇਤਨਾ ਸ਼ਾਨਦਾਰ ਸੀਗਾ ਇਤਨਾ ਜਾਨਦਾਰ ਸੀ ਇਥੋਂ ਤਾਂ ਬਹੁਤ ਸਾਰੀਆਂ ਪ੍ਰੇਰਣਾਵਾਂ ਲੈਣ ਦੀ ਲੋੜ ਸੀਗੀ ਉਹ ਦਰਅਸਲ ਹੋ ਨਹੀਂ ਸਕਿਆ ਕਿਉਂਕਿ ਬ੍ਰਾਹਮਣ ਜਿਹੜਾ ਸੀਗਾ ਹਰ ਚੀਜ਼ ਨੂੰ ਤੱਕਦਾ ਰਹਿੰਦਾ ਬਹੁਤ ਬਹੁਤ ਨੇੜਿਓਂ ਓਬਜ਼ਰਵ ਕਰਦਾ ਤੇ ਉਹ ਸਾਲ 200 ਸਾਲ ਦੀ ਜਿਹੜੀ ਹੈਗੀ ਹੈ ਆਪਣੀ ਆਪਣੀ ਵਿਉਂਤਬੰਦੀ ਕਰਕੇ ਚੱਲਦਾ ਹੈ ਤੇ ਉਹ ਬਹੁਤ ਆਰਗਨਾਈਜ਼ਡ ਵੇ ਨਾਲ ਕੰਮ ਕਰਦਾ ਹੈਗਾ ਸ਼ਾਤਰ ਬਹੁਤ ਹੈ ਉਹ ਇਸੇ ਕਰਕੇ ਇਸ ਨੇ ਜਿਹੜਾ ਹੈਗਾ
ਸਿੱਖਾਂ ਚ ਵੰਡੀਆਂ ਪਾਈਆਂ ਤੇ ਅੱਗੇ ਚੱਲ ਕੇ ਜਦੋਂ ਦੇਖਦੇ ਆ ਜਦੋਂ ਸਿੱਖਾਂ ਚ ਵੰਡੀਆਂ ਪੈ ਗਈਆਂ ਤੇ ਉਹਦੇ ਉੱਤੇ ਜਿਹੜਾ ਹੈਗਾ ਉੱਚੀ ਜਾਤ ਉੱਤੇ ਸਿੱਖਾਂ ਦਾ ਸੋ ਕਾਲਡ ਉੱਚੀ ਜਾਤ ਸਿੱਖਾਂ ਦਾ ਜਿਹੜਾ ਕਬਜ਼ਾ ਹੋ ਗਿਆ ਉਹਦੇ ਉੱਤੇ ਤੇ ਦਲਿਤ ਦੀ ਜਿਹੜੀ ਸਥਿਤੀ ਸੀ ਉਹੀ ਹੋ ਗਈ। ਉਸ ਤੋਂ ਬਾਅਦ ਫਿਰ ਦਲਿਤ ਨੇ ਜਿਹੜਾ ਹੈਗਾ ਇੱਕ ਆਪਣਾ ਸ਼ਾਇਦ ਰਸਤਾ ਦੇਖਣਾ ਸ਼ੁਰੂ ਕੀਤਾ ਜਿਹਦੇ ਚ ਉਹਨੇ ਪੇਰੀਆਰ ਪੇਰੀਆਰ ਰਾਮਾ ਸਵਾਮੀ ਤਾਮਿਲਨਾਡੂ ਦੇ ਸੀਗੇ ਤੇ ਆਪਣੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੋਤੀਬਾ ਫੂਲੇ ਪੂਨੇ ਪੈਦਾ ਹੋਏ ਇਹ ਇਹਨਾਂ ਨੂੰ ਲੈ ਇਹਨਾਂ ਆਦਰਸ਼ਾਂ ਦੇ ਵਿੱਚ ਆਪਣੇ ਜਿਹੜੇ ਪ੍ਰਸ਼ਨ ਸੀਗੇ ਦਲਿਤ ਦੇ ਉਹਨੂੰ ਤਲਾਸ਼ਣਾ ਸ਼ੁਰੂ ਕੀਤਾ ਤੇ ਉਹਨੂੰ ਜਵਾਬ ਮਿਲੇ। ਇੱਕ ਪਾਸੇ ਜਿੱਥੇ ਆਪਾਂ ਇਹ ਕਹਿੰਦੇ ਹਾਂ ਕਿ ਰਵਿਦਾਸ ਜੀ ਦਾ ਹੈਗਾ ਕਿ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ ਛੋਟ ਬੜੇ ਸਭ ਸੰਭ ਬਸੇ ਰਵਿਦਾਸ ਰਹੇ ਪ੍ਰਸੰਨ ਤੇ ਬੇਗਮਪੁਰਾ ਦਾ ਜਿਹੜਾ ਸੰਕਲਪ ਸੀਗਾ ਇਹ ਫਿਰ ਦਲਿਤਾਂ ਨੂੰ ਜਿਹੜਾ ਹੈਗਾ ਰਵਿਦਾਸ ਜੀ ਦੇ ਤੁਕਾਂ ਜਿਹੜੀਆਂ ਸੀਗੀਆਂ ਉਹ ਫਿਰ ਬਾਬਾ ਸਾਹਿਬ ਦੀਆਂ ਲਿਖਤਾਂ ਚੋਂ ਤੇ ਉਤਰੋਂ ਦੀ ਉਹਨਾਂ ਨੂੰ ਉਹ ਮਿਲਦਾ ਹੋਇਆ ਪ੍ਰਤੀਤ ਹੋਇਆ। ਸ਼ਾਇਦ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਐਕਸ਼ਨ ਪਲਾਨ ਹੈ ਤੇ ਇੱਥੋਂ ਦੀ ਫਿਰ ਜਿਹੜਾ ਹੈਗਾ ਮੈਨੂੰ ਲੱਗਦਾ ਕਿ ਸਿੱਖਾਂ ਦੇ ਜਿਹੜਾ ਸਿੱਖ ਪੰਥ ਦੇ ਵਿੱਚੋਂ ਦੀ ਜਿਹੜਾ ਹੈਗਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਸਟੈਲਿਨ ਦੀ ਮੂਵੀ ਜੇ ਇੰਡੀਆ ਅਨਟੱਚ ਦੀ ਕਿਸੇ ਨੇ ਦੇਖੀ ਹੋਵੇ ਤੇ ਉਹ ਪਤਾ ਹੈ ਕਿ ਆਪਣੇ ਗੁਰਦੁਆਰਿਆਂ ਦੇ ਵਿੱਚ ਵੀ ਚਮਾਰਾਂ ਦੇ ਨਾਲ ਧੱਕਾ ਹੁੰਦਾ। ਚਮਾਰ ਮਤਲਬ ਕਹਿਣ ਦਾ ਮਤਲਬ ਡਿਪਰੈਸਡ ਕਲਾਸਿਸ ਸ਼ਡਿਊਲ ਕਾਸਟ ਜਿਹੜੇ ਦਲਿਤ ਨੇ ਉਹਨਾਂ ਦੇ ਨਾਲ ਤੇ ਉਹਨਾਂ ਨੂੰ ਤਾਬੇ ਤੇ ਨਹੀਂ ਬੈਠਣ ਦਾ ਵੀ ਹੈਗਾ। ਕਈ ਥਾਵਾਂ ਦੇ ਉੱਤੇ ਲੰਗਰ ਜਿਹੜਾ ਹੈਗਾ ਉਹਨਾਂ ਨੂੰ ਅਲੱਗ ਉਹ ਕੀਤਾ ਜਾਂਦਾ ਲੰਗਰ ਦੇ ਵਿੱਚ ਜਿਹੜੀ ਸੇਵਾ ਹੈਗੀ ਆ ਉਹ ਨਹੀਂ ਲਾਈ ਜਾ ਰਹੀ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਤੋਂ ਫਿਰ ਉਹ ਟੁੱਟਣਾ ਦੇਖੋ ਇਹ ਮਨੁੱਖ ਦਾ ਇਹ ਹੈਗਾ ਕਿ ਮਾਨ ਸਨਮਾਨ ਦੀ ਗੱਲ ਹੈ ਨਾ ਮਾਨ ਸਨਮਾਨ ਜਿੱਥੇ ਮਿਲੇਗਾ ਉਹ ਉਧਰ ਫਿਰ ਉਹ ਜਾਂਦਾ ਹੈ ਉਹ। ਜੀ ਤੁਸੀਂ ਭਾਰਤ ਦੇ ਵੱਖ ਵੱਖ ਹਿੱਸਿਆਂ ਚ ਫਿਰਦੇ ਹੋ ਖਾਸ ਕਰਕੇ ਦਲਿਤ ਕਮਿਊਨਿਟੀ ਦੇ ਵਿੱਚ ਅੱਜ ਵੀ ਬਹੁਤੀਆਂ ਥਾਵਾਂ ਦੇ ਉੱਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇਸ ਤਰ੍ਹਾਂ ਹੁੰਦਾ ਦਲਿਤਾਂ ਦੇ ਨਾਲ? ਮੈਨੂੰ ਲੱਗਦਾ ਕਿ ਜਿੱਥੇ ਵੀ ਬ੍ਰਾਹਮਣ ਬੈਠਾ ਜਿੱਥੇ ਵੀ ਬ੍ਰਾਹਮਣ ਦਾ ਹੱਥ ਹੈਗਾ ਠੀਕ ਹੈ ਬ੍ਰਾਹਮਣਵਾਦ ਦਾ ਹੱਥ ਹੈਗਾ ਉੱਥੇ ਦਲਿਤ ਦੇ ਨਾਲ ਧੱਕਾ ਹੋਣਾ ਨਿਸ਼ਚਿਤ ਹੈ ਉਹ ਹੁੰਦਾ ਹੀ ਹੈ। ਇਹ ਤੁਸੀਂ ਭਾਵੇਂ ਯੂਪੀ ਬਿਹਾਰ ਚਲੇ ਜਾਓ ਤੁਸੀਂ ਇਹ ਦੇਖੋ ਕਿ ਇੱਥੋਂ ਤੱਕ ਕਿ ਖੱਬੇ ਪੱਖੀ ਜਿਹੜੀ ਲਹਿਰਾਂ ਜਿਹੜੀ ਕਿ ਮਜ਼ਦੂਰ ਦੀ ਆਵਾਜ਼ ਉਠਾਉਂਦੀਆਂ ਸੀ ਜਾਂ ਕਿਸਾਨ ਦੀ ਆਵਾਜ਼ ਉਠਾਉਂਦੀਆਂ ਸੀ ਉਹ ਬੰਗਾਲ ਦੇ ਵਿੱਚ ਜਿਹੜਾ ਹੈਗਾ ਜੋਤੀ ਬਾਸੂ ਦਾ 35 ਸਾਲ ਲਗਾਤਾਰ ਉਹਦਾ ਰਾਜ ਰਿਹਾ ਲਗਭਗ 35 ਸਾਲ ਤੇ ਅਸੀਂ ਇਹ ਦੇਖਦੇ ਹਾਂ ਕਿ ਉੱਥੇ ਜਿਹੜੀ ਦਲਿਤ ਦੀ ਸਿਚੁਏਸ਼ਨ ਹੈ ਬਹੁਤ ਮਾੜੀ ਹੈ। ਮੈਂ ਤੁਹਾਨੂੰ ਇੰਨੀ ਕੁ ਗੱਲ ਕਹਿਣਾ ਦੇਖੋ ਜਿਹੜੇ ਅਨਪੜ੍ਹ ਲੋਕ ਨੇ ਜਿਹੜੇ ਇੱਟਾਂ ਭੱਠੇ ਦੇ ਕੰਮ ਕਰਦੇ ਨੇ ਜਾਂ ਬਗਾਰੀ ਕਰਦੇ ਨੇ ਜਾਂ ਮਤਲਬ ਸੀਵੀ ਦਾ ਕੰਮ ਕਰਦੇ ਨੇ ਤੁਸੀਂ ਉਹਨਾਂ ਦੀ ਤਾਂ ਗੱਲ ਛੱਡੋ ਕਿਉਂਕਿ ਉਹ ਸ਼ਾਇਦ ਆਵਾਜ਼ ਵੀ ਉਠਾਉਣ ਦੇ ਕਾਬਿਲ ਨਹੀਂ ਹੈਗੇ। ਤੁਸੀਂ ਰੋਹਿਤ ਰਾਮੂਲਾ ਨੂੰ ਲਓ ਜਿਹੜਾ ਕਿ ਇੰਨਾ ਅਵੇਅਰ ਸੀਗਾ ਇੰਨਾ ਜ਼ਿਆਦਾ ਉਹਦਾ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਸੀਗਾ ਜਿਹਨੂੰ ਲੈਫਟ ਦੀ ਜਦੋਂ ਸੀ ਜਿਹਨੇ ਅੰਬੇਡਕਰ ਨੂੰ ਪੜ੍ਹਿਆ ਜਿਹਨੇ ਪੂਰੇ ਦਲਿਤ ਅੰਦੋਲਨ ਨੂੰ ਸਮਝਿਆ ਤੇ ਹੈਦਰਾਬਾਦ ਸੈਂਟਰਲ ਯੂਨੀਵਰਸਿਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਪਰਿਸਥਿਤੀਆਂ ਪੈਦਾ ਕਰਤੀਆਂ ਜਿੱਥੇ ਉਹ ਆਪਣੇ ਸੰਵਿਧਾਨਿਕ ਹੱਕ ਜਿਹੜੇ ਨੇ ਮਤਲਬ ਸਿੱਧੇ ਮਨੁੱਖੀ ਹੱਕਾਂ ਦਾ ਉਹਨੇ ਘਾਣ ਹੁੰਦੇ ਨਜ਼ਰ ਆਇਆ ਉਹਨੂੰ ਤੇ ਉਹਨੇ ਜਦੋਂ ਆਵਾਜ਼ ਬੁਲੰਦ ਕੀਤੀ ਤਾਂ ਉਹਦੇ ਲਈ ਸਿਚੁਏਸ਼ਨ ਇੰਨੀ ਜ਼ਿਆਦਾ ਮਾੜੀ ਕਰਤੀ ਕਿ ਉਹਨੇ ਐਕਸਟ੍ਰੀਮ ਕਦਮ ਚੱਕ ਲਿਆ ਸੁਸਾਈਡ ਕਰ ਲਿਆ ਉਹਨੇ ਤੇ ਅਸੀਂ ਦੇਖਦੇ ਹਾਂ ਕਿ ਉਹਨੇ ਜਿਹੜਾ ਉਹਦਾ ਲੈਟਰ ਵੀ ਸੀਗਾ ਅਸੀਂ ਉਹਦੇ ਚ ਉਹਦੀ ਜਿਹੜੀ ਵਿਅਥਾ ਹੈਗੀ ਆ ਉਹ ਸਾਰੀ ਸਾਹਮਣੇ ਆਉਂਦੀ ਹੈ। ਤੁਸੀਂ ਪੰਜਾਬ ਤੋਂ ਲੈ ਕੇ ਮੈਂ ਜੇਕਰ ਥੋੜੀ ਜਿਹੀ ਟੈਕਨੀਕਲ ਗੱਲ ਕਰਾਂ ਪੰਜਾਬ ਦੇ ਵਿੱਚ ਵੀ 32% ਜਿਹੜੇ ਹੈਗੇ ਨੇ ਸਿੱਖ ਆਪਣੇ ਦਲਿਤ ਸਮੁਦਾਇ ਦੇ ਜਿਹੜੇ ਲੋਕ ਰਹਿੰਦੇ ਨੇ ਇਹਨਾਂ ਦੇ ਲਈ ਵੱਖਰਾ ਸ਼ਡਿਊਲ ਕਾਸਟ ਪਲਾਨ ਬਣਿਆ ਹੋਇਆ। ਇਹਨਾਂ ਦੇ ਐਲੋਕੇਸ਼ਨ ਜਿਹੜੀ ਹੈਗੀ ਇਹਨਾਂ ਦੇ ਟੋਟਲ ਜਿਹੜਾ ਸੈਂਟਰ ਦਾ ਬਜਟ ਹੁੰਦਾ ਦਲਿਤਾਂ ਦੇ ਸਟੇਟ ਵਾਈਜ਼ ਜਿੰਨੀ ਰਿਪ੍ਰੈਜੈਂਟੇਸ਼ਨ ਹੈਗੀ ਹੈ ਉਹਨਾਂ ਪੈਸਾ ਜਿਹੜਾ ਹੈਗਾ ਸਟੇਟ ਨੂੰ ਜਾਂਦਾ ਤੇ ਉਹ ਅੱਗੇ ਜਿਹੜਾ ਹੈਗਾ ਉਹਨਾਂ ਵੰਡਿਆ ਜਾਂਦਾ ਦਲਿਤਾਂ ਦੇ ਉਹਦੇ ਚ। ਤੁਸੀਂ ਇਹ ਦੇਖੋ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਪੈਸਾ ਹੈਗਾ ਉਹ ਦਲਿਤਾਂ ਨੂੰ ਨਹੀਂ ਮਿਲਿਆ ਹੈਗਾ ਬਹੁਤ ਜ਼ਿਆਦਾ ਲੜ ਕੇ ਤੇ ਹੋਇਆ। ਤੇ ਤੁਸੀਂ ਬ੍ਰਾਹਮਣਵਾਦ ਦੇਖ ਲਓ ਕਿ ਸਾਰੀ ਯੂਨੀਵਰਸਿਟੀਆਂ ਪੰਜਾਬ ਦੀਆਂ ਜਿਹੜੀਆਂ ਹੈਗੀਆਂ ਨੇ ਇੱਕਜੁੱਟ ਹੋ ਕੇ ਉਹਨਾਂ ਨੇ ਮਤਲਬ ਫੀਸਾਂ ਦੇਣ ਲਈ ਮਜਬੂਰ ਕੀਤਾ। ਕਈ ਇਸ ਤਰ੍ਹਾਂ ਦੇ ਕਿੱਸੇ ਹੈਗੇ ਨੇ ਆਪਣੇ ਕੋਲ ਜਿਹੜੇ ਕਿ ਤੁਸੀਂ ਕਹੋਗੇ ਯਾਰ ਇਹ ਮੁਲਕ ਹੈ ਵੀ ਸਾਡਾ ਕਿ ਨਹੀਂ ਮਤਲਬ ਕਿ ਇਹ ਕਿ ਅਸੀਂ ਮਤਲਬ ਇਹਦੇ ਨਾਲ ਤਾਲੁਕ ਸਾਡਾ ਰੱਖਦੇ ਵੀ ਹਾਂ ਕਿ ਨਹੀਂ ਕਿ ਕਿਤੇ ਹੋਰ ਹੀ ਕਿਸੇ ਦੇਸ਼ ਤੋਂ ਆਏ ਹਾਂ ਕਿਉਂਕਿ ਵਿਤਕਰਾ ਇਸ ਲੈਵਲ ਦਾ ਹੁੰਦਾ ਹੈ ਕਿ ਉਹ ਤਾਂ ਮਤਲਬ ਲੱਗਦੇ ਹੀ ਨਹੀਂ ਕਿ ਯਾਰ ਅਸੀਂ ਆਪਣੇ ਆ ਇਹਨਾਂ ਦੇ ਮਤਲਬ ਹਲਕੀ ਹਲਕੀ ਜੀ ਛੋਟੀ ਛੋਟੀ ਗੱਲਾਂ ਦੇ ਲਈ ਵੀ ਇੰਨਾ ਲੜਨਾ ਪੈਂਦਾ ਕਿ ਥੱਕ ਹਾਰ ਜਾਈਦਾ। ਇਹ ਸਿਚੁਏਸ਼ਨ ਜਿਹੜੀ ਹੈਗੀ ਹੈ ਇਹ ਪੂਰੇ ਭਾਰਤ ਦੀ ਹੈ। ਇਹ ਤੁਸੀਂ ਭਾਵੇਂ ਮਹਾਰਾਸ਼ਟਰ ਚਲੇ ਜਾਓ ਭਾਵੇਂ ਤਾਮਿਲਨਾਡੂ ਚਲੇ ਜਾਓ ਤੁਸੀਂ ਕਿਤੇ ਵੀ ਚਲੇ ਜਾਓ
ब्राह्मणवाद जिहड़ा हैगा अपना रूप वटा वटा के अलग अलग तरह दे नाल बैठा है। तुसीं नॉर्थ ईस्ट चले जाओ, नॉर्थ ईस्ट वाले दे अपने मसले ने, कश्मीर का अपना मसला है, पंजाब का खालिस्तान नूं लैके अपने मसले ने, ते बड़े हक्का हकूक के मसले ने, लेकिन सेंटर जिहड़ा हैगा ब्राह्मणवाद के शिकंजे च है, या कह लो उत्थे ज्यादा ब्राह्मण ही बैठा है जिहड़े कि 3.5% ने टोटल पॉपुलेशन दे, ते उह जिहड़े हैगे ने उहनां दे इह कार्ज जिहड़े हैगे ने उह मधु स्मृति तों जां ऋग्वेद तों जिथे पुरशा सुक्ता दे विच लिखा है कि दलतां नूं जां हेठलियां जातां नूं किवें ट्रीटमेंट देनी है ते अपनी सुतरी नूं असीं किवें स्थापित करनी है, उह जिहड़ी एनर्जी है उह किसे मनुखता नूं नहीं लैंदे, उह किसे कुदरत दे उस तों उह नहीं लैंदे हैगे है, ਉਹ ਲੈਂਦੇ ਨੇ ਉਧਰੋਂ ਦੀ ਮਨੁਸਮ੍ਰਿਤੀ ਤੋਂ ਜਿਹੜੀ ਉਹਨੂੰ ਸਥਾਪਿਤ ਕਰਦੀ ਹੈ ਕਿ ਤੁਸੀਂ ਸੁਪੀਰੀਅਰ ਹੋ ਬਾਕੀ ਇੰਪੀਰੀਅਰ ਨੇ, ਇਹ ਮਾਮਲਾ ਹੈਗਾ ਜੀ। ਜੀ ਗੁਰਿੰਦਰ, ਮੈਂ ਆਪਣੇ ਸਰੋਤਿਆਂ ਨੂੰ ਦੱਸਦਿਆਂ ਕਿ 8:23 ਹੋ ਚੁੱਕੇ ਨੇ, 21 ਸਾਨੂੰ ਪ੍ਰੋਗਰਾਮ ਸ਼ੁਰੂ ਕੀਤੇ ਨੂੰ ਹੋ ਗਏ ਨੇ, ਤੇ ਅਸੀਂ ਮੈਂ ਆਪਣੇ ਸੁਣਨ ਵਾਲਿਆਂ ਨੂੰ ਦੱਸਦਿਆਂ ਕਿ ਅਸੀਂ ਗੁਰਿੰਦਰ ਆਜ਼ਾਦ ਦੇ ਨਾਲ ਅੱਜ ਗੱਲ ਕਰ ਰਹੇ ਹਾਂ। ਗੁਰਿੰਦਰ ਇੱਕ ਦਲਿਤ ਨੌਜਵਾਨ ਨੇ ਜਿਹੜੇ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਤੇ ਘੁੰਮ ਕੇ ਆਪਣੇ ਵੀਰਾਂ ਨੂੰ, ਆਪਣੀ ਕਮਿਊਨਿਟੀ ਨੂੰ ਜਗਾ ਰਹੇ ਨੇ ਤਾਂ ਕਿ ਉਹ ਸੰਘਰਸ਼ ਕਰੇ ਤੇ ਬ੍ਰਾਹਮਣਵਾਦ ਦਾ ਜੁੱਲਾ ਜਿਹੜਾ ਹੈਗਾ ਉਹ ਗਲੋਂ ਆਪਣੇ ਲਾਭ ਕੇ ਪਰੇ ਸੁੱਟ ਦੇਵੇ। ਗੁਰਿੰਦਰ, ਇਸ ਪ੍ਰੋਗਰਾਮ ਨੂੰ ਥੋੜਾ ਜਿਹਾ ਵੱਖਰਾ ਰੰਗ ਵੀ ਦਿੰਦੇ ਆਪਾਂ। ਮੈਂ ਗੱਲ ਕਰਦਾ, ਮੈਂ ਦਲਿਤਵਾਦ ਅਤੇ ਖਾਲਸਾਈ ਸਿਧਾਂਤਾਂ ਦੀ ਗੱਲ ਕੀਤੀ ਹੈ, ਤੇ ਤੁਸੀਂ ਦਲਿਤ ਸ਼ਬਦ ਜਿਹੜਾ ਹੈ ਉਸਨੂੰ ਵਾਖੂਬ ਤਰੀਕੇ ਨਾਲ ਉਸਦੇ ਬਾਰੇ ਜਾਣਕਾਰੀ ਦਿੱਤੀ ਹੈ, ਤੇ ਜੇ ਮੈਂ ਥੋੜੀ ਜਿਹੀ ਗੱਲ ਕਰਾਂਗਾ ਖਾਲਸਾਈ ਸਿਧਾਂਤਾਂ ਦੀ, ਤੁਸੀਂ ਉਸਦੇ ਬਾਰੇ ਮੈਨੂੰ ਕੁਐਸਚਨ ਕਰ ਸਕਦੇ ਹੋ, ਮੈਨੂੰ ਮੇਰੀ ਵੀ ਇੰਟਰਵਿਊ ਲੈ ਸਕਦੇ ਹੋ ਚਲਦੇ ਚਲਦੇ ਪ੍ਰੋਗਰਾਮ ਦੇ ਵਿੱਚ, ਤੋਂ ਇਹ ਇੱਕ ਵੱਖਰਾ ਜਿਹੜਾ ਰੰਗ ਹੋਊ। ਜੇ ਕੋਈ ਗੈਸਟ ਵੀ ਮੈਨੂੰ ਸਵਾਲ ਕਰੇ ਤਾਂ ਮੇਰੀ ਡਿਊਟੀ ਹੈ ਉਸਦੇ ਜਵਾਬ ਦੇਣ ਦੀ। ਇਨਫੈਕਟ ਮੈਨੂੰ ਇਹ ਤੁਸੀਂ ਸਪੇਸ ਦੇ ਰਹੇ ਹੋ ਨਾ ਜਿਹੜੀ ਤੁਹਾਡੇ ਤੋਂ ਗੱਲ ਕਰਨ ਦੀ, ਇਹ ਮੇਰੇ ਲਈ ਬੜੀ ਪ੍ਰਿਵਿਲੇਜ ਵਾਲੀ ਗੱਲ ਹੈ। ਜੇ ਤੁਸੀਂ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਪੁੱਛਣਾ ਚਾਹਾਂਗਾ ਕੁਝ। ਨਹੀਂ, ਇਜਾਜ਼ਤ ਨਹੀਂ ਮੈਂ ਦਵਾਂਗਾ, ਅਗਰ ਨਾ ਮੈਂ ਲੈ ਚੁੱਕਾ ਹੈਗਾ, ਤੁਸੀਂ ਬੇਬਾਕ ਤਰੀਕੇ ਨਾਲ ਮੈਨੂੰ ਸਵਾਲ ਕਰ ਸਕਦੇ ਹੋ, ਬਿਲਕੁਲ। ਅੱਛਾ, ਮੇਰੇ ਦਿਮਾਗ ਚ ਨਾ ਬੜੀ ਬੜੀ ਦੇਰ ਤੋਂ ਇਹ ਗੱਲ ਅਟਕੀ ਹੋਈ ਹੈ, ਕਿਉਂਕਿ ਮੈਂ ਪੰਜਾਬ ਦਾ ਵਾਸੀ ਹਾਂ, ਬਹੁਤ ਮੈਂ ਸਮਾਜ ਇੱਥੇ ਗੁਜ਼ਾਰਿਆ ਆਪਣਾ, ਤੇ ਗੁਰਦੁਆਰਾ ਚ ਜਾਈਦਾ ਸੀਗਾ, ਲੰਗਰ ਪਾਣੀ ਉਹ ਕਰੀਦਾ ਸੀ, ਵਰਤਾਰਾ ਕਰੀਦਾ ਸੀ, ਸਾਫ਼ ਸਫਾਈਆਂ ਵੀ ਕਰੀਦੀਆਂ ਸੀਗੀਆਂ, ਮਤਲਬ ਬੜੀ ਲਿਖ ਕੇ ਕਰੀਦਾ ਸੀ। ਮੈਨੂੰ ਚੇਤਾ ਬਠਿੰਡੇ ਦੇ ਵਿੱਚ ਮੈਂ ਪੜ੍ਹਦਾ ਸੀਗਾ, ਉੱਥੇ ਸਿੰਘ ਸਭਾ ਗੁਰਦੁਆਰੇ ਚ ਅੱਧੀ ਛੁੱਟੀ 40 ਮਿੰਟ ਦੀ ਹੁੰਦੀ ਸੀ, ਅਸੀਂ ਜਾ ਕੇ ਉੱਥੇ ਸੇਵਾ ਕਰਾਈ ਦੀ ਸੀਗੀ ਜਦੋਂ ਉਹ ਬਣ ਰਿਹਾ ਸੀਗਾ। ਇਹ ਬੜੀ ਸਾਡੇ ਲਈ ਭਾਵਨਾਤਮਕ ਰੂਪ ਨਾਲ ਅਸੀਂ ਜੁੜੇ ਹੋਏ ਸੀਗੇ ਉਹਦੇ ਨਾਲ, ਲੇਕਿਨ ਅੱਗੇ ਜਾ ਕੇ ਮਤਲਬ ਮੇਰੇ ਲਈ ਇਹ ਪ੍ਰਸ਼ਨ ਉਹ ਹੋ ਜਾਂਦਾ ਜਦੋਂ ਮੈਂ ਇਹ ਦੇਖਿਆ ਕਿ ਬ੍ਰਾਹਮਣਵਾਦ ਦੇ ਸ਼ਿਕੰਜੇ ਦੇ ਵਿੱਚ ਜਿਹੜਾ ਹੈਗਾ ਸਿੱਖ ਧਰਮ ਜਿਹੜਾ ਸਿੱਖ ਪੰਥ ਜਿਹੜਾ ਹੈਗਾ ਆ ਚੁੱਕਿਆ ਹੈ, ਤੇ ਅਸੀਂ ਦੇਖਦੇ ਹਾਂ ਹੁਣ ਉਹਦਾ ਵਰਤਾਰਾ ਕੀ ਹੈ, ਤੇ ਉਸ ਤੋਂ ਬਾਅਦ ਅਸੀਂ ਇਹ ਦੇਖਦੇ ਹਾਂ ਕਿ 47 ਤੋਂ ਖਾਸ ਤੌਰ ਤੇ 47 ਤੋਂ ਬਾਅਦ ਜਿਹੜੀ ਹੈਗੀ ਹੈ ਅਲੱਗ ਸਿੱਖ ਰਾਜ ਦੀ ਜਿਹੜੀ ਹੈਗੀ ਹੈ ਸਿੱਖ ਸਟੇਟ ਦੀ ਮੰਗ ਉੱਠ ਚੁੱਕੀ ਹੈ, ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਉਹਨਾਂ ਨੇ ਅੱਗੇ ਵਧਾਈ, ਤੇ ਬਹੁਤ ਸਾਰੇ ਪੜਾਅ ਨੇ। ਮੇਰਾ ਪ੍ਰਸ਼ਨ ਜਿਹੜਾ ਹੈਗਾ ਇਹ ਹੈ ਕਿ ਅਸੀਂ ਸਾਨੂੰ ਇਹ ਪਤਾ, ਮੈਂ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਬਾਰੇ ਬਹੁਤ ਪੜ੍ਹਿਆ, ਤੇ ਹੋਰ ਜਿਹੜੇ ਕੰਮ ਇਸ ਰਾਹ ਦੇ ਕੰਮ ਹੈਗੇ ਨੇ ਉਹਨਾਂ ਬਾਰੇ ਮੈਂ ਜਾਣਨ ਦੀ ਬੜੀ ਕੋਸ਼ਿਸ਼ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਮੈਂ ਪੜ੍ਹਿਆ ਹੀ ਹੈਗਾ, ਮਤਲਬ ਉਹਨਾਂ ਦੀ ਪੂਰਾ ਸਟੀਕ ਪੜ੍ਹੀ ਹੈ ਮੈਂ ਉਹਦੀ, ਤੇ ਬੜਾ ਸ਼ਾਨਦਾਰ ਉਹਦੇ ਚ ਕੁਦਰਤ ਦੇ ਨਜ਼ਾਰੇ ਨੇ, ਤੇ ਮਨੁੱਖਤਾ ਦੀ ਗੱਲ ਹੈ, ਤੇ ਇਸਤਰੀਆਂ ਦੇ ਹੱਕ ਨੇ, ਸਭ ਕੁਛ ਹੈਗਾ। ਲੇਕਿਨ ਜਦੋਂ ਫਿਰ ਇਹਦੇ ਸਿਧਾਂਤਾਂ ਦੇ ਉੱਤੇ ਖਾਲਿਸਤਾਨ ਦੀ ਜਿਹੜੀ ਗੱਲ ਹੈਗੀ ਹੈ, ਠੀਕ ਹੈ, ਉਹ ਖਾਲਿਸਤਾਨ ਜੇਕਰ ਬਣਦਾ ਹੈਗਾ ਤਾਂ ਕੀ ਜਿਹੜਾ ਦਲਿਤਾਂ ਦਾ ਉੱਥੇ ਦਲਿਤਾਂ ਦਾ ਵਾਸ ਕਿਵੇਂ ਹੋ ਰਿਹਾ, ਮਤਲਬ ਦਲਿਤ ਕਿਵੇਂ ਰਹਿ ਰਹੇ ਨੇ, ਕਿਉਂਕਿ ਜੇਕਰ ਪੰਜਾਬ ਇੱਕ ਅਲੱਗ ਸੂਬਾ ਬਣ ਗਿਆ, ਮਤਲਬ ਖਾਲਿਸਤਾਨ ਬਣ ਗਿਆ ਜਾਂ ਇੱਕ ਅਲੱਗ ਸਿੱਖ ਸਟੇਟ ਬਣ ਗਈ, ਤਾਂ ਉਹਦੇ ਵਿੱਚ ਕਿਉਂਕਿ ਭਾਰਤ ਦਾ ਡਾਇਵਰਸਿਟੀ ਚ ਵੰਡਿਆ ਹੋਇਆ ਪੂਰੀ ਤਰ੍ਹਾਂ ਦੇ ਨਾਲ, ਤੇ ਉੱਥੇ ਦਲਿਤਾਂ ਦੇ ਨਾਲ ਸਾਡਾ ਐਕਸਪੀਰੀਅੰਸ ਜਿਹੜਾ ਹੈਗਾ ਇਹ ਹੈ ਕਿ ਉੱਚ ਜਾਤਾਂ ਦੇ ਕੋਈ ਮਨੁੱਖੀ ਵਿਹਾਰ ਤਾਂ ਕੀਤਾ ਨੀ ਹੈਗਾ, ਉਹਨਾਂ ਨੇ ਜ਼ਿਆਦਾਤਰ ਜਿਹੜਾ ਹੈਗਾ ਬ੍ਰਾਹਮਣਵਾਦ ਦੇ ਐਂਗਲ ਤੋਂ ਹੀ ਕੀਤਾ ਹੈਗਾ। ਹੁਣ ਇਹੋ ਜਿਹੇ ਉਹਦੇ ਚ ਦਲਿਤ ਜਿਹੜਾ ਕੀ ਸੋਚੇ, ਮਤਲਬ ਦਲਿਤ ਜਿਹੜਾ ਕਨਫਿਊਜ਼ ਹੋਏਗਾ ਕਿ ਮੈਂ ਖਾਲਿਸਤਾਨ, ਕਿਉਂਕਿ ਬੜਾ ਪਿਆਰਾ ਪੰਥ ਹੈ ਸਿੱਖ ਪੰਥ ਤਾਂ, ਬਹੁਤ ਜਣਾ ਦਾ ਪੰਥ ਹੈ, ਤੇ ਉੱਥੇ ਹੁਣ ਲੇਕਿਨ ਇਹ ਇੱਕ ਧੁੜਕੂ ਵੀ ਹੈ ਕਿ ਯਾਰ ਮੇਰੇ ਨਾਲ ਬਿਹੇਵੀਅਰ ਕਿਵੇਂ ਦਾ ਰਹੇਗਾ, ਕਿਤੇ ਐ ਤਾਂ ਨੀ ਹੋਊਗਾ ਇੱਕ ਸਟੇਟ ਚ ਬ੍ਰਾਹਮਣਵਾਦੀ ਸਟੇਟ ਚੋਂ ਨਿਕਲ ਕੇ ਜਿੱਥੇ ਅੱਗੇ ਜਾਂਦੇ ਰਹੇ, ਜਿੱਥੇ ਠੁੱਡੇ ਖਾਂਦੇ ਰਹੇ, ਉਹ ਕਿਤੇ ਜਾ ਕੇ ਇੱਧਰ ਵੀ ਮੈਂ ਤੁਹਾਨੂੰ ਪੈਂਦੇ, ਮਤਲਬ ਸੁਨਿਸ਼ਚਿਤ ਕਿਵੇਂ ਹੋਊਗਾ ਕਿ ਇਹ ਨਾ ਹੋਵੇ। ਵੈਰੀ ਗੁੱਡ, ਮੈਨੂੰ ਲੱਗਦਾ ਨਾ ਤੁਸੀਂ ਇਹ ਤਲਵਾਰ ਤਿੱਖੀ ਕਰਕੇ ਲਿਆਏ ਹੋ ਤੁਸੀਂ, ਬਿਲਕੁਲ ਬੜਾ ਸਹੀ ਸਵਾਲ ਹੈ ਜੀ।
ਗੁਰਿੰਦਰ ਜੀ ਜਿਹੜੇ ਸਾਡੇ ਸਰੋਤੇ ਨੇ ਵੱਖ ਵੱਖ ਥਾਵਾਂ ਦੇ ਉੱਤੇ ਦੁਨੀਆਂ ਭਰ ਦੇ ਵਿੱਚ ਸਾਨੂੰ ਸੁਣ ਰਹੇ ਨੇ, ਉਹਨਾਂ ਦੇ ਲਈ ਵੀ ਇਹ ਤੁਹਾਡਾ ਜਿਹੜਾ ਸਵਾਲ ਹੈ ਮੈਨੂੰ ਲੱਗਦਾ ਸਾਰੀ ਕੌਮ ਦੇ ਲਈ ਹੈ। ਇਹ ਸਵਾਲ ਸਾਨੂੰ ਮਤਲਬ ਬਿਲਕੁਲ ਸਾਡੇ ਚੇਤਿਆਂ ਦੇ ਵਿੱਚ ਖੂਨ ਲੈਣਾ ਚਾਹੀਦਾ, ਲਿਖ ਨਹੀਂ ਲੈਣਾ ਚਾਹੀਦਾ, ਖੂਨ ਲੈਣਾ ਚਾਹੀਦਾ ਕਿ ਜਿਸ ਵੇਲੇ ਕੌਮ ਜਿਹੜੀ ਹੈਗੀ ਆ ਦਸਮ ਗ੍ਰੰਥ ਦੇ ਮਾਮਲੇ ਤੇ, ਕੈਲੰਡਰ ਦੇ ਮਾਮਲੇ ਦੇ ਉੱਤੇ ਤੇ ਹੋਰ ਵੱਖ ਵੱਖ ਮਰਿਆਦਾਵਾਂ ਦੇ ਮਾਮਲੇ ਦੇ ਉੱਤੇ ਬੁੱਲੀ ਹੋਈ ਹੈ, ਛੋਟੇ ਛੋਟੇ ਟੁਕੜੇ ਹੋਏ ਪਏ ਨੇ, ਕਈ ਜਥੇਬੰਦੀਆਂ ਬਣੀਆਂ ਹੋਈਆਂ ਨੇ। ਸਰਬੱਤ ਖਾਲਸਾ ਦਾ ਮਾਮਲਾ ਲੈ ਲਓ, ਭਾਵੇਂ ਹੋਰ ਕਿਸੇ ਗੱਲ ਦਾ ਮਾਮਲਾ ਲੈ ਲਓ, ਜਾਂ ਤੁਸੀਂ ਗੁਰਬਾਣੀ ਦੇ ਅਰਥਾਂ ਨੂੰ ਲੈ ਕੇ ਗੱਲ ਲਗਾ ਲਓ, ਜਾਂ ਤੁਸੀਂ ਰਾਜਨੀਤਿਕ ਤੌਰ ਤੇ ਲਗਾ ਲਓ, ਤੇ ਮੈਨੂੰ ਸ਼ਾਇਦ ਤੁਹਾਨੂੰ ਲੱਗਦਾ ਹੋਏਗਾ, ਮੈਨੂੰ ਵੀ ਲੱਗਦਾ ਤੇ ਜਿਹੜੇ ਸਾਨੂੰ ਸੁਣ ਰਹੇ ਨੇ ਇਸ ਵੇਲੇ ਉਹਨਾਂ ਨੂੰ ਵੀ ਲੱਗਦਾ ਹੋਏਗਾ ਕਿ ਇਹ ਜਿਹੜਾ ਵਖਰੇਵਾ ਇਹ ਅਸੀਂ ਏਦਾਂ ਨਾ ਹੋਵੇ ਕਿਤੇ ਕਿ ਮਤਲਬ ਇੱਕ ਖਾਲਿਸਤਾਨ ਨਹੀਂ ਕਈ ਖਾਲਿਸਤਾਨ ਬਣਨੇ ਹੋਣ, ਤੇ ਇਹ ਜੀ ਦਮਦਮੀ ਟਕਸਾਲ ਵਾਲਿਆਂ ਦਾ, ਇਹ ਜੀ ਇਹ ਮਾਨਸਾ ਦਾ ਖਾਲਿਸਤਾਨ ਆ, ਇਹ ਦਲ ਖਾਲਸਾ ਵਾਲਿਆਂ ਦਾ, ਜਾਂ ਇਹ ਖਾਲਿਸਤਾਨ ਜੀ ਅੱਗੇ ਹੁਣ ਪਾਸਪੋਰਟ ਦੁਆਰਾ ਬਾਰਡਰ ਤੇ ਆਪਾਂ ਨੂੰ ਚੈਕਿੰਗ ਕਰਾ ਕੇ ਅੱਗੇ ਜਾਣਾ ਪੈਣਾ ਕਪੂਰਥਲੇ ਸਾਈਡ, ਇਹ ਕਿਸੇ ਹੋਰ ਪਾਰਟੀ ਦਾ ਖਾਲਿਸਤਾਨ, ਵੀ ਏਦਾਂ ਦਾ ਖਾਲਿਸਤਾਨ ਨਾ ਹੋਵੇ। ਤੇ ਇੱਕ ਇਹ ਨਾ ਹੋਵੇ ਕਿ ਵੀ ਇਹ ਤਾਂ ਜੀ ਮਾਡਰਨ ਸਿੱਖ ਨੇ, ਇਹ ਇਹ ਸਾਰੇ ਆ ਸਕਦੇ ਨੇ ਖਾਲਿਸਤਾਨ ਚ, ਇਹ ਵਧੀਆ ਖਾਲਿਸਤਾਨ ਆ, ਉੱਥੇ ਦਾ ਵੀਜ਼ਾ ਲਵਾਓ ਜੀ, ਉੱਥੇ ਘੁੰਮ ਕੇ ਆਉਂਦੇ ਆ, ਜਾਂ ਇਹ ਜੀ ਦੂਜਾ ਖਾਲਿਸਤਾਨ ਹੈ ਜਿਹੜੇ ਮਤਲਬ ਜ਼ਿਆਦਾ ਪਾਠ ਕਰਨ ਵਾਲੇ ਨੇ, ਗੁਰਬਾਣੀ ਪੜ੍ਹਨ ਵਾਲੇ, ਇਸ ਤਰ੍ਹਾਂ ਦਾ ਕੁਛ। ਮਾਫ਼ ਕਰਨਾ ਹੈ ਤਾਂ ਗੱਲ ਤਿੱਖੀ ਥੋੜੀ ਜਿਹੀ ਕੌੜੀ ਲੱਗੂ, ਸਾਡੇ ਜਿਹੜੇ ਭਰਾ ਨੇ ਮੇਰੇ ਸੁਣ ਰਹੇ ਨੇ, ਵੱਡੇ ਛੋਟੇ ਬਰਾਬਰ ਦੇ ਸਾਰੇ, ਪਰ ਮੈਂ ਪਹਿਲਾਂ ਹੀ ਮਾਫ਼ੀ ਮੰਗ ਲੈਣਾ ਤੇ ਮਾਫ਼ ਕਰਿਓ ਮੇਰੇ ਗੱਲ ਏਦਾਂ ਦੀ ਮੈਂ ਕੀਤੀ, ਪਰ ਦੇਖੋ ਗੱਲ ਨਿਕਲਣੀ ਤਾਂ ਹੈ, ਜੇ ਅਸੀਂ ਇਸ ਸਾਂਝੇ ਪਲੇਟਫਾਰਮ ਤੋਂ ਨਹੀਂ ਕਰਾਂਗੇ ਤਾਂ ਹੋਰ ਕਿੱਥੋਂ ਕਰਾਂਗੇ, ਜ਼ਰੂਰ ਇਹ ਤੁਹਾਡੇ ਤੱਕ ਪਹੁੰਚਣੀ ਚਾਹੀਦੀ ਹੈ। ਤੇ ਇਹ ਸਵਾਲ ਚੋਂ ਨਿਕਲੀ ਹੈ ਗੱਲ, ਗੁਰਿੰਦਰ ਆਜ਼ਾਦ ਦੇ ਸਵਾਲ ਚੋਂ ਨਿਕਲੀ ਹੈ ਗੱਲ, ਉਹਨੂੰ ਜਵਾਬ ਦੇਣਾ ਬਣਦਾ, ਮੇਰਾ ਜਵਾਬ ਦੇਣਾ ਬਣਦਾ ਕਿ ਇੱਕ ਤਾਂ ਹੈ ਜੀ ਸਾਡੇ ਕੋਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਇੱਕ ਕੰਸਟੀਟਿਊਸ਼ਨ ਖਾਲਿਸਤਾਨ ਦਾ ਲਗਾ ਲਓ ਉਹਨੂੰ, ਚਾਹੇ ਖਾਲਸਾ ਰਾਜ ਦਾ ਲਗਾ ਲਓ, ਜਿਸ ਕੰਸਟੀਟਿਊਸ਼ਨ ਦੇ ਆਧਾਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਆਪਣਾ ਕਾਇਮ ਕੀਤਾ, ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੇ, ਉਸ ਤੋਂ ਬਾਅਦ ਮਿਸਲਾਂ ਨੇ, ਤੇ ਫਿਰ ਉਸਦਾ ਜਿਹੜਾ ਬਹੁਤ ਵੱਡਾ ਸਰੂਪ ਉਸ ਨੂੰ ਦਿੱਤਾ ਉਹ ਮਹਾਰਾਜਾ ਰਣਜੀਤ ਸਿੰਘ ਨੇ। ਸੋ ਇਹ ਇੱਕ ਤਾਂ ਇਹ ਸਿਧਾਂਤ ਹੈ, ਜੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰੀਏ ਗੁਰਿੰਦਰ ਜੀ, ਤਾਂ ਉਹ ਸਹੀ ਅਰਥਾਂ ਚ ਉੱਥੇ ਜੇ ਵਿਚਰ ਕੇ ਉਸ ਸਮੇਂ ਦੇ ਅਸੀਂ ਹਾਲਾਤ ਤੇ ਝਾਤੀ ਮਾਰੀਏ, ਉਸ ਸਮੇਂ ਦੀ ਗੱਲ ਕਰੀਏ, ਭਾਵੇਂ ਸ਼ਾਹ ਮੁਹੰਮਦ ਦਾ ਜਿਹੜਾ ਜੰਗਨਾਮਾ ਸਿੰਘਾਂ ਤੇ ਗੋਰਿਆਂ, ਉਸ ਦੇ ਵਿੱਚ ਵੀ ਉਹ ਮਹਾਰਾਜੇ ਦੇ ਰਾਜ ਦੀ ਗੱਲ ਕੀਤੀ ਹੈ, ਅੱਛਾ ਰੱਜ ਕੇ ਰਾਜ ਕਮਾਏ ਗਿਆ, ਉੱਥੇ ਉਹਨੇ ਦੱਸਿਆ ਕਿ ਕੋਈ ਤੰਗੀ ਤੁਰਸ਼ੀ ਨਹੀਂ ਸੀ ਕਿਸੇ ਨੂੰ, ਕੋਈ ਜਾਤ ਪਾਤ ਨਹੀਂ ਸੀ। ਸੋ ਉਹ ਸੀ ਰਵਿਦਾਸ ਜੀ ਦੇ ਜਿਹੜਾ ਇਨਕਲਾਬੀ ਹੋਏ ਨੇ, ਇਨਕਲਾਬੀ ਵਿਚਾਰਧਾਰਾ ਦੇ ਮਾਲਕ ਹੋਏ ਨੇ, ਉਹ ਰਵਿਦਾਸ ਜੀ ਦੇ ਉਸਨੂੰ ਪੂਰਾ ਉਹਨਾਂ ਨੇ ਨਕਸ਼ਾ ਜਿਹੜਾ ਵਾਹਿਆ ਸੀ ਰਵਿਦਾਸ ਜੀ ਨੇ, ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਣਜੀਤ ਸਿੰਘ ਨੇ। ਹੋ ਸਕਦਾ ਕਿਤੇ ਤਰੁੱਟੀਆਂ ਰਹਿ ਗਈਆਂ ਹੋਣ, ਪਰ ਜਿਹੜਾ ਸਿਧਾਂਤ ਹੈ ਬੇਗਮਪੁਰਾ ਸ਼ਹਿਰ ਕੋ ਨਾ ਦੁੱਖ ਅੰਦੋਹ ਨਹੀਂ ਤੇ ਹਿਠਾਓ, ਤੋ ਉੱਥੇ ਜੇ ਅਸੀਂ ਗੱਲ ਕਰੀਏ, ਜੇ ਉੱਥੇ ਖੜ ਕੇ ਅਸੀਂ ਦੇਖੀਏ, ਉਸ ਨਜ਼ਰ ਨਾਲ ਦੇਖੀਏ, ਫਿਰ ਮੈਨੂੰ ਲੱਗਦਾ ਕਿ ਜਿਹੜੇ ਧਰਮ ਦੇ ਪ੍ਰਚਾਰਕ ਨੇ ਜਾਂ ਵੱਖ ਵੱਖ ਸਿੱਖਸਾਲਾਂ ਦੇ ਮੁਖੀ ਨੇ, ਧਾਰਮਿਕ ਡੇਰਿਆਂ ਦੇ ਮੁਖੀ ਨੇ, ਜਿਹੜੇ ਗੁਰਮਰਿਆਦਾ ਦੀ ਵੀ ਗੱਲ ਕਰਦੇ ਨੇ, ਸਿਧਾਂਤਾਂ ਦੀ ਵੀ ਗੱਲ ਕਰਦੇ ਨੇ, ਉਹਨਾਂ ਤੋਂ ਪੁੱਛਿਆ ਜਾਵੇ ਕਿ ਤੁਸੀਂ ਬੇਗਮਪੁਰਾ ਨੂੰ ਕਿਸ ਨਜ਼ਰ ਨਾਲ ਦੇਖਦੇ ਆ, ਮੈਨੂੰ ਲੱਗਦਾ ਕਿ ਸਾਰਿਆਂ ਦੇ ਜਵਾਬ ਵੱਖਰੇ ਵੱਖਰੇ ਹੋਣਗੇ, ਮੈਨੂੰ ਨੀ ਲੱਗਦਾ ਉਹਨਾਂ ਦਾ ਵੀ ਇਹਦੇ ਤੇ ਏਕਾ ਹੋਊਗਾ। ਇਹ ਆਪਣੇ ਆਪ ਦੇ ਵਿੱਚ ਜਿਹੜਾ ਬੇਗਮਪੁਰਾ ਹੈ, ਇਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਸਾਰੇ ਜਿਹੜੇ ਭਗਤ ਨੇ, ਜਿਹਨਾਂ ਨੂੰ ਆਪਾਂ ਤਾਂ ਇਨਕਲਾਬੀ ਕਹਿੰਦੇ ਹਾਂ ਕਿ, ਪਰ ਉਹਨਾਂ ਨੂੰ ਭਗਤਾਂ ਦਾ ਤੇ ਸੰਤਾਂ ਦਾ ਨਾਮ ਦਿੱਤਾ ਗਿਆ, ਉਸ ਬਾਰੇ ਵੀ ਮੈਂ ਤੁਹਾਨੂੰ ਸਵਾਲ ਕਰਾਂਗਾ। ਜੇ ਤਾਂ ਉਸ ਨਜ਼ਰ ਨਾਲ ਦੇਖਿਆ ਜਾਵੇ ਕਿ ਜਿਹੜੇ ਬੱਚੇ ਨੇ ਇੱਕ ਮਨੁੱਖ ਤੋਂ ਜਨਮ ਲਿਆ ਮਾਂ ਤੋਂ, ਤੇ ਉਸ ਤਰੀਕੇ ਨਾਲ ਉਹਦੀ ਪੈਦਾਇਸ਼ ਹੋਈ ਹੈ, ਉਹ ਤਾਂ ਜੀ ਦਲਿਤ ਹੋ ਹੀ ਨਹੀਂ ਸਕਦਾ, ਜੱਟ ਨਹੀਂ ਹੋ ਸਕਦਾ, ਕੋਈ ਸਵਰਨ ਜਾਤੀ ਨਹੀਂ ਹੋ ਸਕਦੀ, ਬ੍ਰਾਹਮਣ ਨਹੀਂ ਹੋ ਸਕਦਾ, ਉਹ ਤਾਂ ਖਾਲਸਾ ਰਾਜ ਚ ਹੋਊਗਾ। ਜੇ ਉਸ ਸਿਧਾਂਤ ਨੂੰ ਕੋਈ ਤੋੜੂਗਾ, ਉਹ ਮਨੁੱਖਤਾ ਦੇ ਸਿਧਾਂਤ ਨੂੰ ਕੋਈ ਤੋੜੂਗਾ, ਉਸਦੇ ਬਾਰੇ ਕੀ ਨੇਮ ਘੜਦੇ ਨੇ, ਜੇ ਆਪਾਂ ਜਿਉਂਦੇ ਰਹੇ ਉਸ ਆਪਾਂ ਹਿੱਸਾ ਪਾਵਾਂਗੇ ਉਦੋਂ ਤੱਕ, ਜੇ ਜਿਉਂਦੇ ਨਾ ਰਹੇ ਤਾਂ ਮੈਂ ਕਹਿੰਦਾ ਕਿ ਅਰਦਾਸ ਕਰਦਾ ਕਿ ਰੱਬ ਉਸ ਸੰਵਿਧਾਨ ਘੜਨ ਵਾਲੇ ਨੂੰ ਜਾਂ ਉਸ ਵਿਚਾਰ ਘੜਨ ਵਾਲੇ ਨੂੰ ਕੋਈ ਬੁੱਧੀ ਬਖਸ਼ੇ ਕਿ ਇਸ ਤਰ੍ਹਾਂ ਦਾ ਜਿਹੜਾ ਹੈ ਧਾਰਾ, ਇਸ ਤਰ੍ਹਾਂ ਦੀ ਵਿਧਾਨ ਧਾਰਾ ਘੜੇ ਗੁਰੂ ਗ੍ਰੰਥ ਸਾਹਿਬ ਤੇ ਆਧਾਰਿਤ ਹੀ, ਕਿ
ਉੱਥੇ ਨਾ ਦਲਿਤ ਨਾ ਜਿਹੜੇ ਕਬੀਰ ਜੀ ਨੂੰ ਮੰਨਣ ਵਾਲੇ ਨੇ, ਵਾਲਮੀਕਿ ਜੀ ਨੂੰ ਮੰਨਣ ਵਾਲੇ ਨੇ, ਨਾ ਰਵਿਦਾਸ ਜੀ ਨੂੰ ਮੰਨਣ, ਸਾਰਿਆਂ ਨੂੰ ਉੱਥੇ ਬਰਾਬਰਤਾ ਦਾ ਜਿਹੜਾ ਦਰਜਾ ਹੋਵੇ। ਸੋ ਇਸ ਤਰੀਕੇ ਦਾ ਜਿਹੜਾ ਸੰਵਿਧਾਨ ਆ ਉਹਦੇ ਚ ਹੋਊਗਾ। ਮੈਂ ਤਾਂ ਇਹੋ ਹੀ ਕਰਦਾ ਕਿ ਖਾਲਸਾ ਦੇ ਬਣਿਆ ਜਾਂ ਖਾਲਸਾ ਰਾਜ ਮੁੜ ਕੇ ਸਥਾਪਿਤ ਹੁੰਦਾ ਜੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਆਧਾਰਿਤ ਹੁੰਦਾ ਫੇਰ ਤਾਂ ਸਵਾਗਤ ਹੈ, ਨਹੀਂ ਤਾਂ ਮੈਂ ਵੀ ਉਸਦਾ ਵਿਰੋਧ ਕਰੂੰਗਾ। ਜਿਹੜੇ ਸੁਣਨ ਵਾਲੇ ਨੇ ਸਾਡੇ, ਮੈਨੂੰ ਲੱਗਦਾ ਜੇ ਉਸ ਸਿਧਾਂਤਾਂ ਤੇ ਨਾ ਉਹ ਉਸਰਿਆ ਤਾਂ ਉਹ ਵੀ ਸ਼ਾਇਦ ਵਿਰੋਧ ਕਰਨਗੇ, ਕਿਉਂਕਿ ਨਹੀਂ ਤਾਂ ਫਿਰ ਆਪਣਾ ਆਪਣਾ ਕਿੱਲਾ ਕਿੱਲਾ ਦੋ ਦੋ ਕਿੱਲੇ ਪੈਲੀ ਲੈ ਕੇ ਉਹਦਾ ਨਾਮ ਖਾਲਿਸਤਾਨ ਰੱਖਣਾ ਪਊਗਾ। ਉਹ ਸਥਿਤੀ ਕਾਫੀ ਹੱਥੋਂ ਹੀ ਨਹੀਂ ਹੋ ਜਾਣੀ ਆ। ਇਸ ਦੇ ਬਾਰੇ ਜਿਹੜੇ ਮੈਨੂੰ ਲੱਗਦਾ ਵੀ ਜਿਹੜੇ ਨਾਰੇ ਲਾਉਂਦੇ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਜਾਂ ਖਾਲਿਸਤਾਨ ਦੀ ਗੱਲ ਕਰਦੇ ਨੇ, ਉਹਨਾਂ ਕੋਲੋਂ ਇਹ ਆਪਾਂ ਆਉਣ ਵਾਲੇ ਸਮੇਂ ਚ ਸਵਾਲ ਤੁਹਾਡਾ ਜ਼ਰੂਰ ਪੁੱਛਾਂਗੇ। ਮੇਰੀ ਬੁੱਧੀ ਦੇ ਮੁਤਾਬਕ ਮੈਂ ਤੁਹਾਨੂੰ ਇਹ ਜਿਹੜਾ ਹੈ ਸਵਾਲ ਦਾ ਜਵਾਬ ਦੇ ਸਕਿਆ, ਤੇ ਪਰ ਮੈਂ ਤੁਹਾਡੇ ਤੋਂ ਐਸੇ ਜਵਾਬ ਚੋਂ ਐਸੇ ਸਵਾਲ ਚੋਂ ਇੱਕ ਸਵਾਲ ਨਿਕਲਦਾ ਕਿ ਰਵਿਦਾਸ ਜੀ, ਕਬੀਰ ਜੀ, ਇਹਨਾਂ ਦੇ ਨਾਮ ਨਾਲ ਭਗਤ ਕਿਵੇਂ ਜੁੜ ਗਿਆ? ਤੁਸੀਂ ਤਾਂ ਰਿਸਰਚ ਕੀਤੀ ਹੋਊਗੀ, ਤੁਸੀਂ ਉਹ ਗੱਲ ਕੀਤੀ ਹੈ, ਕਿਉਂਕਿ ਰਵਿਦਾਸ ਜੀ ਬਾਰੇ ਇੱਕ ਹੋਰ ਕਹਾਣੀ ਘੜੀ ਹੈ ਬ੍ਰਾਹਮਣ ਨੇ ਕਿ ਉਹ ਪਿਛਲੇ ਜਨਮ ਚ ਬ੍ਰਾਹਮਣ ਸਨ, ਤੇ ਇਹਦੇ ਬਾਰੇ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਚਾਨਣਾ ਪਾਓ। ਹਾਂਜੀ, ਪਹਿਲਾ ਜਿਹੜਾ ਤੁਹਾਡਾ ਹੈਗਾ ਸਵਾਲ ਕਿ ਕਬੀਰ ਜੀ, ਰਵਿਦਾਸ ਜੀ ਜਿਹੜੇ ਹੈਗੇ ਨੇ ਉਹ ਸਭ ਤੋਂ ਪਹਿਲਾਂ ਪੈਦਾ ਹੋਏ ਨੇ, ਮਤਲਬ 14ਵੀਂ ਸ਼ਤਾਬਦੀ ਦੇ ਵਿੱਚ ਹੀ ਪੈਦਾ ਹੋਏ, ਤੇ ਉਦੋਂ ਉਹਨਾਂ ਦੇ ਜਿਹੜੀ ਇੰਨੀ ਕ੍ਰਾਂਤੀਕਾਰੀ ਜਿਹੜੀ ਬਾਣੀ ਦੀ ਰਚਨਾ ਕੀਤੀ ਹੈ, ਖਾਸ ਤੌਰ ਤੇ ਰਵਿਦਾਸ ਜੀ ਜਿਹੜੇ ਹੈਗੇ ਨੇ ਉਹ ਆਪਣਾ ਤਾਂ ਆਪਣੇ ਜਿਹੜੇ ਔਜ਼ਾਰ ਲੈ ਕੇ ਬੈਠੇ ਹੁੰਦੇ ਸੀਗੇ ਤੇ ਆਪਣਾ ਜੁੱਤਾ ਕੱਢਦੇ ਸੀ, ਯਾਨੀ ਕਿ ਕਹਿਣ ਦਾ ਮਤਲਬ ਹੈ ਮਿਹਨਤ ਕਰਦੇ ਸੀਗੇ, ਖਾਲੀ ਨਹੀਂ ਸੀ ਬੈਠਦੇ, ਸਿਰਫ ਪ੍ਰਵਚਨ ਨਹੀਂ ਸੀ ਕਰਦੇ ਉਹ ਜਾ ਕੇ, ਤੇ ਉਹਨਾਂ ਨੇ ਆਪਣੇ ਉਸ ਵਕਤ ਦੇ ਵਿੱਚ ਖਾਸ ਤੌਰ ਤੇ ਮਤਲਬ ਕੋਈ ਸੰਵਿਧਾਨ ਵੀ ਨਹੀਂ ਹੈ, ਇਹ ਵੀ ਨਹੀਂ ਹੈ ਕਿ ਕੋਈ ਐਟਰੋਸਿਟੀ ਐਕਟ ਦੀ ਧਾਰਾ ਹੈਗੀ ਹੈ ਜਿਹੜੀ ਉਹਨਾਂ ਨੂੰ ਬਚਾ ਲਊਗੀ, ਤੇ ਉਸ ਵਕਤ ਦੇ ਵਿੱਚ ਵੀ ਉਹਨਾਂ ਨੇ ਜਿਹੜਾ ਹੈਗਾ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਇੰਨੇ ਕ੍ਰਾਂਤੀਕਾਰੀ ਅੰਦਾਜ਼ ਦੇ ਵਿੱਚ ਉਹਨਾਂ ਨੇ ਬਾਣੀ ਦੀ ਰਚਨਾ ਕੀਤੀ। ਬੜੀ ਹੈਰਾਨੀ ਇਹਨਾਂ ਨੂੰ ਇਸੇ ਗੱਲ ਦੀ ਹੁੰਦੀ ਹੈ ਕਿ ਆਖਿਰ ਇਸ ਤਰ੍ਹਾਂ ਕਿਉਂ ਕਿਵੇਂ ਹੋ ਗਿਆ ਕਿ ਉਹਨਾਂ ਨੂੰ ਭਗਤਾਂ ਦਾ ਉਹ ਕਿਉਂ ਦਿੱਤਾ ਗਿਆ, ਕਿਉਂਕਿ ਭਗਤ ਜਿਹੜੇ ਹੈਗੇ ਨੇ ਸੰਤ ਤੇ ਭਗਤ ਦੇ ਵਿੱਚ ਦੇਖਿਓ ਇੱਕ ਫਰਕ ਤਾਂ ਹੈ ਹੀ ਹੈ, ਉਹਦਾ ਹੁਣ ਮੈਂ ਕੀ ਜਵਾਬ ਦੇਵਾਂ, ਇਹ ਮੈਨੂੰ ਲੱਗਦਾ ਬੁੱਧੀਜੀਵੀ ਦੇਣਗੇ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਮੂੰਹੋਂ ਕੋਈ ਵੀ ਇਸ ਤਰ੍ਹਾਂ ਦਾ ਕੋਈ ਸ਼ਬਦ ਨਿਕਲੇ, ਤੇ ਕਿਉਂਕਿ ਮੈਂ ਵੀ ਇੱਕ ਪੰਡਿਤ ਹੈਗਾ, ਮੈਂ ਵੀ ਕਲੈਰਿਟੀ ਲੈਣਾ ਚਾਹੁੰਦਾ ਹੈਗਾ, ਸ਼ਾਇਦ ਮੈਨੂੰ ਕੋਈ ਵੀ ਦੱਸੇਗਾ। ਫਿਲਹਾਲ ਮੇਰੀ ਇਹੀ ਸਮਝ ਹੈ ਕਿ ਸ਼ਾਇਦ ਕਿਤੇ ਨਾ ਕਿਤੇ ਦਿਮਾਗ ਤੇ ਹੈਗਾ ਕਿ ਉਹ ਜਿਹੜੇ ਹੈਗੇ ਨੇ ਭਾਵੇਂ ਪਹਿਲਾਂ ਪੈਦਾ ਹੋਏ ਨੇ, ਬਹੁਤ ਕ੍ਰਾਂਤੀਕਾਰੀ ਹੋਏ ਨੇ, ਲੇਕਿਨ ਸ਼ਾਇਦ ਸੰਤ ਬਣਨ ਦਾ ਉਹਨਾਂ ਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ ਹੈਗਾ, ਇਹਦੇ ਕਾਰਨ ਤਾਂ ਤੈਨੂੰ ਜਿਹੜੇ ਲੱਗਦੇ ਨੇ ਮੈਂ ਤੁਹਾਨੂੰ ਦੱਸੀ ਨੇ। ਦੂਜੀ ਜਿਹੜੀ ਗੱਲ ਹੈਗੀ ਹੈ ਉਹ ਰਵਿਦਾਸ ਜੀ ਦੀ ਹੈਗੀ ਹੈ, ਮੈਨੂੰ ਲੱਗਦਾ ਕਿ ਰਵਿਦਾਸ ਜੀ ਦਾ ਜਿਹੜਾ ਉਹਨਾਂ ਦੇ ਬ੍ਰਾਹਮਣ ਹੋਣ ਦਾ, ਮੈਂ ਬ੍ਰਾਹਮਣ ਜਿਹੜਾ ਹੈਗਾ ਸੁਰਿੰਦਰ ਵੀਰ ਜੀ ਉਹ ਦੋ ਤਰ੍ਹਾਂ ਦੇ ਕੰਮ ਕਰਦੇ, ਜਾਂ ਤਾਂ ਜਦੋਂ ਉਹਨੂੰ ਆਪਣੀ ਕੋਈ ਦੂਜੀ ਧਿਰ ਦਿਖਦੀ ਹੈ ਜਾਂ ਤਾਂ ਉਹਨੂੰ ਆਪਣੇ ਆਪ ਚ ਮਿਲਾਉਂਦਾ ਹੈਗਾ, ਕੋਸ਼ਿਸ਼ ਕਰਦਾ ਕਿ ਮੈਂ ਉਹਨੂੰ ਅਸਿਮੀਲੇਟ ਕਰ ਲਾਂ, ਜੇ ਉਹ ਇਨਕਾਰੀ ਹੁੰਦਾ ਹੈਗਾ ਤਾਂ ਫਿਰ ਉਹਨੂੰ ਦੋਸ਼ ਲਗਾ ਕੇ ਕੁਝ ਵੀ ਕਰਕੇ ਉਹਨੂੰ ਭੰਡਦਾ ਹੈਗਾ ਤੇ ਉਹਦੇ ਖਿਲਾਫ਼ ਜਿਹੜੀ ਹੈਗੀ ਹੈ ਹਵਾ ਬੰਨਦਾ ਤੇ ਉਹਦਾ ਦੁਸ਼ਪ੍ਰਚਾਰ ਕਰਦਾ ਹੈਗਾ। ਇਹ ਉਹਨੂੰ ਬ੍ਰਾਹਮਣ ਕਹਿਣ ਦੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਸੀਗੀ ਉਹ ਅਸਿਮੀਲੇਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਰਵਿਦਾਸ ਜੀ ਦਾ ਜਿਹੜਾ ਕੱਦ ਹੈਗਾ, ਜਿਹੜਾ ਉਹਨਾਂ ਦੀ ਜਿਹੜੀ ਸੋਭਾ ਸੀਗੀ ਉਹਨਾਂ ਦੀ ਉਹ ਬਹੁਤ ਫੈਲ ਗਈ ਸੀ, ਤੇ ਉਹ ਬ੍ਰਾਹਮਣ ਜਿਹੜਾ ਸੀਗਾ ਉਹਨੂੰ ਸਿੱਧੀ ਚੁਣੌਤੀ ਦੇ ਰਹੇ ਸੀਗੇ। ਰਵਿਦਾਸ ਜੀ ਦੇ ਉੱਤੇ ਇੱਕ ਦੋ ਨਾਟਕ ਵੀ ਹੈਗੇ ਨੇ ਜਿਹੜੇ ਬਹੁਤ ਤਾਰਕਿਕਤਾ ਦੇ ਨਾਲ ਲਿਖੇ ਗਏ ਨੇ, ਉਹ ਚ ਬ੍ਰਾਹਮਣ ਦੀ ਬਹੁਤ ਬੁਰੀ ਤਰ੍ਹਾਂ ਧੱਜੀਆਂ ਉਡਾਈਆਂ ਨੇ, ਤਾਂ ਉਹ ਜੇਕਰ ਆਪਾਂ ਉਹਨਾਂ ਦੇ ਇਤਿਹਾਸ ਨੂੰ ਦੇਖੀਏ ਤਾਂ ਬ੍ਰਾਹਮਣ ਬਹੁਤ ਜ਼ਿਆਦਾ ਕੀ ਕਹਿੰਦੇ ਆ ਬਹੁਤ ਬੇਚੈਨ ਹੋ ਗਿਆ ਹੋਊਗਾ, ਜ਼ਾਹਿਰ ਜੀ ਗੱਲ ਹੈ। ਤਾਂ ਉਹਨਾਂ ਨੇ ਫਿਰ ਇਹ ਕਹਾਣੀ ਘੜੀ ਕਿ ਇੱਕ ਵਾਰੀ ਬ੍ਰਾਹਮਣ ਜਿਹੜੇ ਸੀਗੇ ਲੰਘ ਰਹੇ ਸੀਗੇ ਤਾਂ ਰਵਿਦਾਸ ਜੀ ਨੇ ਉਹਨਾਂ ਨੂੰ ਬੁਲਾਇਆ, ਤੇ ਉਸ ਵਕਤ ਉਹਨਾਂ ਨੇ ਥੋੜੀ ਨਿੱਜੀ ਗੱਲਾਂ ਸ਼ੇਅਰ ਕੀਤੀਆਂ। ਤਾਂ ਬ੍ਰਾਹਮਣ ਨੇ ਪੁੱਛਿਆ ਕਿ ਅਸੀਂ ਰਵਿਦਾਸ ਜੀ ਨੇ ਕਿਹਾ ਕਿ ਮਤਲਬ ਮੈਂ ਪਿਛਲੇ ਜਨਮ ਚ ਕੋਈ ਕੰਮ ਕੀਤਾ ਸੀਗਾ ਜਿਹੜਾ ਜਿਹਦੇ ਕਰਕੇ ਗਲਤ ਕੰਮ ਹੋ ਗਿਆ, ਮੇਰੇ ਤੋਂ ਕੋਈ ਪਾਪ ਹੋ ਗਿਆ ਜਿਸ ਕਰਕੇ ਮੈਨੂੰ ਇਸ ਜੀਵਨ ਦੇ ਵਿੱਚ ਜਿਹੜੀ ਹੈਗੀ ਹੈ ਇੱਕ ਨੀਵੀਂ ਜਾਤ ਕਹੀ ਜਾਣ ਵਾਲੇ ਕੌਮ ਦੇ ਵਿੱਚ ਮੈਨੂੰ ਜਨਮ ਲੈਣਾ ਪਿਆ। ਤਾਂ ਬ੍ਰਾਹਮਣਾਂ ਨੇ ਕਿਹਾ ਕਿ ਤੁਹਾਡੇ ਕੋਲ ਕੀ ਸਬੂਤ ਹੈ? ਤਾਂ ਉਹਨਾਂ ਨੇ ਆਪਣਾ ਪੇਟ ਤੋਂ ਜਿਹੜਾ ਹੈਗਾ ਮਾਸ ਜਿਹੜਾ ਹੈਗਾ ਉਤਾਰ ਕੇ
ਦਿਖਾਇਆ ਤੇ ਉਹਦੇ ਅੰਦਰ ਜਨੇਊ ਸੀਗਾ। ਮੈਨੂੰ ਲੱਗਦਾ ਇਸ ਤੋਂ ਹੋਛੀ ਗੱਲ ਜਿਹੜੀ ਹੈਗੀ ਹੈ ਇੰਨੀ ਨੀਵੇਂ ਪੱਧਰ ਤੇ ਜਾ ਕੇ ਉਹਨੂੰ ਅਸਿਮੀਲੇਟ ਕਰਨ ਦੀ ਕੋਸ਼ਿਸ਼ ਕਰਨੀ, ਇਹ ਕਿਸੇ ਵੀ ਤਰ੍ਹਾਂ ਦੇ ਨਾਲ ਮਤਲਬ ਕੌਣ ਪ੍ਰਵਾਨ ਕਰੂਗਾ ਅੱਜ ਦੀ ਘੜੀ ਦੇ ਵਿੱਚ ਜੀ। ਇਹ ਤਾਂ ਅੱਛਾ, ਇਹ ਜਿਹੜੀ ਚੀਜ਼ਾਂ ਹੈਗੀਆਂ ਨੇ ਇਹ ਸਿਰਫ ਰਵਿਦਾਸ ਜੀ ਨਾਲ ਹੀ ਨਹੀਂ ਹੋਈਆਂ। ਮੈਨੂੰ ਲੱਗਦਾ ਕਿ ਤੁਸੀਂ ਸ਼ੁਰੂ ਤੋਂ ਦੇਖ ਲਓ, ਬੁੱਧ ਸੀਗੇ, ਬੁੱਧ ਜਿਹੜੇ ਹੈਗੇ ਨੇ ਉਹਨਾਂ ਨੇ ਸਿੱਧੀ ਚੋਟ ਕੀਤੀ ਹੈਗੀ ਹੈ ਤੇ ਬ੍ਰਾਹਮਣਵਾਦ ਦੇ ਤਾਂ ਧੱਜੀਆਂ ਉਡਾਈਆਂ ਹੈਗੀਆਂ ਉਹਨਾਂ ਨੇ। ਤੁਸੀਂ ਦੇਖੋ ਕਿ ਉਹਨੂੰ ਵੀ ਜਿਹੜਾ ਹੈਗਾ ਸੱਤਵਾਂ ਜਾਂ ਅੱਠਵਾਂ ਅਵਤਾਰ ਬਣਾ ਕੇ ਬ੍ਰਹਮਾ ਦਾ ਉਹਨਾਂ ਨੇ ਫੋਟੋਆਂ ਦੇ ਵਿੱਚ ਜੜਤਾ ਤੇ ਉਹ ਇਨਸਾਨ ਜਿਹੜਾ ਸੀ ਟੋਟਲ ਅਲੱਗ ਫਿਲੋਸਫੀ ਜਿਹੜੀ ਹੈਗੀ ਹੈ ਕੁਦਰਤ ਦੇ ਨੇੜੇ ਤੇ ਉਹਦੀ ਸ਼ਾਂਤੀ ਬਰਾਬਰੀ ਇਹ ਸਾਰੀ ਉਹਦੇ ਜ਼ੁਬਾਨ ਤੋਂ ਝਲਕਦੇ ਸੀਗੇ। ਉਹਨੂੰ ਵੀ ਦੇਖੋ ਇਹਨੇ ਸਿਮੀਲੇਟ ਕਰ ਲਿਆ ਓਵਰ ਦਾ ਪੀਰੀਅਡ ਆਫ ਟਾਈਮ ਤੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਤੁਸੀਂ ਮੈਂ ਹੁਣੀ ਮੈਂ ਛੋਟੀ ਜਿਹੀ ਤੁਹਾਨੂੰ ਗੱਲ ਦੱਸਾਂ ਕਿ ਮੈਂ ਚਾਂਦਨੀ ਚੌਂਕ ਦੇ ਵਿੱਚ ਸੀਗਾ। ਮੈਂ ਹੁਣੀ ਪਿੱਛੇ ਗਏ ਮਹੀਨਾ ਕੁ ਪਹਿਲਾਂ ਤੇ ਕੋਈ ਸਮਾਨ ਖਰੀਦਣਾ ਸੀਗਾ ਤਾਂ ਮੈਂ ਲੱਭ ਰਿਹਾ ਸੀਗਾ ਆਪਣੇ ਕੈਮਰੇ ਦੇ ਲਈ ਤੇ ਮੈਂ ਜਦੋਂ ਗਲੀਆਂ ਵੜਦਾ ਵੜਦਾ ਬਹੁਤ ਵੱਡੀ ਮਾਰਕੀਟ ਹੈਗੀ ਆ ਮੈਂ ਅੰਦਰ ਦੇਖਿਆ ਤਾਂ ਹਿੰਦੂ ਦੇਵੀ ਦੇਵਤੇ ਤੇ ਨਾਮਧਾਰੀਆਂ ਦਾ ਨਿਰੰਕਾਰੀਆਂ ਦਾ ਤੇ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਜੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਇਹ ਸਾਰਿਆਂ ਦੀ ਤਸਵੀਰਾਂ ਜਿਹੜੀਆਂ ਨੇ ਇੱਕ ਕਮਰੇ ਚ ਲੱਗੀਆਂ ਹੋਈਆਂ ਨੇ ਤੇ ਕਮਰੇ ਦਾ ਜਿਹੜਾ ਦਰਵਾਜ਼ਾ ਹੈ ਨੀ ਕੋਈ ਜਿਹਨੇ ਕਿ ਇੱਕ ਤਰ੍ਹਾਂ ਦੇ ਨਾਲ ਓਪਨ ਹੈ ਤੇ ਉਹ ਸਾਰੇ ਤੇ ਉੱਥੇ ਅਗਰਬੱਤੀਆਂ ਚੱਲਦੀਆਂ ਨੇ ਠੀਕ ਹੈ ਬਲਦੀਆਂ ਪਈਆਂ ਨੇ। ਇਹ ਹੁੰਦੀ ਹੈ ਅਸਿਮੀਲੇਸ਼ਨ, ਇਹ ਹੁੰਦੀ ਹੈ ਜਿਹੜੇ ਦਰਸ਼ਕ ਜਿਹੜੇ ਉਹਨੂੰ ਦੇਖਦੇ ਨੇ ਜਿਹੜੇ ਲੰਘਦੇ ਵੜਦੇ ਨੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਹੌਲੀ ਹੌਲੀ ਕਰਕੇ ਜਿਹੜੇ ਇਹ ਸਾਰਿਆਂ ਦਾ ਇੱਕੋ ਤਰ੍ਹਾਂ ਦਾ ਜਿਹੜਾ ਰੂਪ ਹੈਗਾ ਉਹ ਵਿਕਾਸ ਕਰਦਾ ਤੇ ਫਿਰ ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਤੇ ਰਾਮ ਚੰਦਰ ਨੂੰ ਜਾਂ ਇਹਨਾਂ ਦੇ ਹੋਰ ਇਸ਼ਟ ਜਿਹੜੇ ਨੇ ਉਹਨਾਂ ਨੂੰ ਉਹ ਇੱਕੋ ਅੱਖ ਨਾਲ ਦੇਖਣਾ ਸ਼ੁਰੂ ਕਰ ਦਿੰਦਾ, ਨਿਖੇੜਾ ਕਰਨਾ ਔਖਾ ਹੋ ਜਾਂਦਾ ਉਹਦੇ ਲਈ। ਇਹ ਅਸਿਮੀਲੇਸ਼ਨ ਦਾ ਜਿਹੜਾ ਹੈਗਾ ਉਹ ਰਵਿਦਾਸ ਜੀ ਨਾਲ ਵੀ ਹੋਇਆ ਤੇ ਕਹਿਣ ਦੀ ਗੱਲ ਨੀ ਹੈ, ਲੋੜ ਨੀ ਹੈ, ਉਹ ਡਾਕਟਰ ਅੰਬੇਦਕਰ ਨਾਲ ਵੀ ਹੋਇਆ ਹੈਗਾ। ਤੇ ਅੱਛਾ ਬਿਲਕੁਲ ਬਹੁਤ ਤੁਸੀਂ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ, ਪਰ ਜੇ ਅਸੀਂ ਦੇਖੀਏ ਕਿ ਜਿਹੜੀ ਦਲਿਤ ਲਹਿਰ ਹੈ ਜਿਸ ਤਰੀਕੇ ਨਾਲ ਉਸਰਨੀ ਚਾਹੀਦੀ ਸੀ ਭਾਰਤ ਦੇ ਵਿੱਚ ਉਸ ਤਰੀਕੇ ਨਾਲ ਉਸਰੀ ਨੀ, ਉਸ ਤਰੀਕੇ ਨਾਲ ਉਹ ਕਾਰਜਸ਼ੀਲ ਨੀ ਹੋਈ, ਕਿਉਂਕਿ ਦਲਿਤ ਲਹਿਰ ਹੈ ਜਿਹੜੀ ਉਹ ਜੋ ਅੱਜ ਤੋਂ ਅਸੀਂ ਦੇਖਦੇ ਹਾਂ ਅੰਬੇਦਕਰ ਸਾਹਿਬ ਦੇ ਟਾਈਮ ਜਿੱਥੋਂ ਅੰਬੇਦਕਰ ਨੇ ਜਿਹੜੀ ਲੜਾਈ ਸੀ ਉਹ ਛੱਡੀ ਜਾਂ ਉਹਨਾਂ ਉਹ ਚੜਾਈ ਕਰ ਜਾਂਦੇ ਨੇ ਤੇ ਪਿੱਛੇ ਬਹੁਤ ਸਾਰਾ ਕੰਮ ਕਰਨ ਵਾਲਾ ਰਹਿ ਜਾਂਦਾ। ਬਾਬੂ ਕਾਂਸ਼ੀ ਰਾਮ ਉੱਥੋਂ ਲੜਾਈ ਸ਼ੁਰੂ ਕਰਦੇ ਨੇ ਜਿੱਥੋਂ ਅੰਬੇਦਕਰ ਖਤਮ ਕਰਦੇ ਨੇ, ਪਰ ਜਿੱਥੇ ਬਾਬੂ ਕਾਂਸ਼ੀ ਰਾਮ ਦੀ ਲੜਾਈ ਉਹ ਛੱਡ ਕੇ ਜਾਂਦੇ ਨੇ ਉੱਥੋਂ ਲੜਾਈ ਮਾਇਆਵਤੀ ਸ਼ੁਰੂ ਨੀ ਕਰ ਸਕੀ। ਕੀ ਤੁਹਾਨੂੰ ਲੱਗਦਾ ਕਿ ਮਾਇਆਵਤੀ ਚ ਬਹੁਤ ਸਾਰੀਆਂ ਜਿਹੜੀਆਂ ਕਮਜ਼ੋਰੀਆਂ ਨੇ, ਬਹੁਤ ਸਾਰਾ ਉਹ ਅਜਿਹਾ ਕੰਮ ਕਰ ਸਕਦੀ ਸੀ ਜਿਹੜਾ ਉਹ ਨਹੀਂ ਕੀਤਾ? ਮੈਨੂੰ ਲੱਗਦਾ ਕਿ ਮੈਂ ਜੇਕਰ ਇਸ ਨੂੰ ਵੱਡੇ ਕੈਨਵਾਸ ਤੇ ਦੇਖਾਂ ਜਿਹੜੀ ਦਲਿਤ ਦੀ ਜਿਹੜੀ ਲੜਾਈ ਹੈਗੀ ਆ ਤਾਂ ਡਾਕਟਰ ਬਾਬਾ ਸਾਹਿਬ ਅੰਬੇਦਕਰ ਜਦੋਂ ਲੜ ਰਹੇ ਸੀਗੇ ਤਾਂ ਉਹਨਾਂ ਲਈ ਜਿਹੜਾ ਉਹਨਾਂ ਦੇ ਉੱਪਰ ਬੈਠਾ ਸੀਗਾ ਅੰਗਰੇਜ਼, ਯਾਨੀ ਕਿ ਉਹ ਅੰਗਰੇਜ਼ ਸੀਗਾ ਤੇ ਅੰਗਰੇਜ਼ਾਂ ਲਈ ਬ੍ਰਾਹਮਣ ਤੇ ਉੱਚੀ ਜਾਤ ਵਾਲੇ ਤੇ ਹੇਠਾਂ ਜਾਤਾਂ ਦੇ ਜਿਹੜੇ ਲੋਕ ਸੀਗੇ ਉਹਨਾਂ ਲਈ ਕੋਈ ਮਾਇਨੇ ਨਹੀਂ ਸੀ ਰੱਖਦੇ ਤੇ ਅੰਗਰੇਜ਼ਾਂ ਦੇ ਨਾਲ, ਇਸ ਕਰਕੇ ਡਾਕਟਰ ਬਾਬਾ ਸਾਹਿਬ ਅੰਬੇਦਕਰ ਜਿਹੜੇ ਨੇ ਉਹ ਕਈ ਸਾਰੀ ਉਹ ਕਰ ਸਕੇ, ਗੱਲਬਾਤ ਕਰ ਸਕੇ, ਉਹਨਾਂ ਨੂੰ ਕਨਵਿੰਸ ਕਰ ਸਕੇ, ਠੀਕ ਹੈ, ਤੇ ਉਹਨਾਂ ਨੂੰ ਕੋਈ ਬ੍ਰਾਹਮਣ ਨੂੰ ਜਾ ਕੇ ਕਨਵਿੰਸ ਨਹੀਂ ਸੀ ਕਰਨਾ। ਤੇ ਇਸੇ ਕਰਕੇ ਹੁਣ ਜਿਵੇਂ ਡਾਇਮੰਡ ਕਮਿਸ਼ਨ ਦੀ ਗੱਲ ਹੈ ਤੇ ਇਸ ਤੋਂ ਪਹਿਲਾਂ ਜਿਹੜਾ ਡੰਕਨ ਕਮਿਸ਼ਨ ਡਾਕਟਰ ਆਪਣੇ ਜੋਤੀਬਾ ਫੂਲੇ ਜਿਹੜੇ ਹੈਗੇ ਨੇ ਉਹਨਾਂ ਨਾਲ ਉੱਨੀਵੀਂ ਸਦੀ ਦੇ ਵਿੱਚੋਂ ਕਰਦੇ ਨੇ, ਉਹ ਜਿਹੜਾ ਤੁਸੀਂ ਉੱਥੇ ਉਹ ਬੈਠੇ ਸੀਗੇ ਇਸ ਕਰਕੇ ਐਵੇਂ ਹੋਇਆ। ਨਹੀਂ ਤਾਂ ਤੁਸੀਂ ਇਹ ਦੇਖ ਲਓ ਕਿ ਬਹੁਤ ਮੁਸ਼ਕਿਲ ਸੀਗਾ ਦਲਿਤ ਦਾ ਸਕੂਲ ਦੇ ਵਿੱਚ ਵੜਨਾ ਵੀ, ਮੈਨੂੰ ਸਾਨੂੰ ਤਾਂ ਯਾਦ ਨਹੀਂ ਹੈ, ਲੇਕਿਨ ਜਦੋਂ ਪਹਿਲੇ ਦਲਿਤ ਨੇ ਦਾਖਲਾ ਲਿਆ ਸੀਗਾ ਸ਼ਾਇਦ 1865 ਜਾਂ ਕਦੋਂ ਲਿੱਤਾ ਸੀਗਾ ਤਾਂ ਸਾਰੇ ਜਿਹੜੇ ਮਾਸਟਰ ਸੀਗੇ ਉਹ ਬ੍ਰਾਹਮਣ ਸੀਗੇ, ਉਹਨਾਂ ਨੇ ਬਾਈਕਾਟ ਕਰਤਾ ਸੀਗਾ। ਮੇਰੇ ਕਹਿਣ ਦਾ ਮਤਲਬ ਇਹ, ਮੈਂ ਇਥੋਂ ਇਸ ਕਰਕੇ ਸ਼ੁਰੂ ਕਰ ਰਿਹਾ ਸੀ ਕਿ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਇਹ ਸੰਭਵ ਹੋ ਸਕਿਆ। 1947 ਤੋਂ ਬਾਅਦ ਜਦੋਂ ਭਾਰਤ ਜਿਹੜਾ ਹੈਗਾ ਸੋ ਕਾਲਡ ਆਜ਼ਾਦ ਹੋ ਗਿਆ, ਮੈਂ ਤੁਹਾਨੂੰ ਟ੍ਰਾਂਸਫਰ ਆਫ ਪਾਵਰ ਕਹਿੰਦਾ ਤੇ ਅੰਗਰੇਜ਼ਾਂ ਦੇ ਹੱਥੋਂ ਜਾ ਕੇ ਉਹ ਬ੍ਰਾਹਮਣ ਦੇ ਹੱਥ ਚ ਆ ਗਈ ਪਾਵਰ, ਤੇ ਉਸ ਤੋਂ ਬਾਅਦ ਜਿਹੜੇ ਹੈਗੇ ਤੁਸੀਂ ਦੇਖੋ ਕਿ ਹਿੰਦੂ ਕੋਡ ਬਿੱਲ ਜਿਹੜਾ ਕਿ ਔਰਤਾਂ ਨੂੰ ਜਿਹੜੀ ਹੈਗੀ ਹੈ ਹਿੰਦੂ ਔਰਤਾਂ ਉਹਦੇ ਵਿੱਚ ਕੋਈ ਦਲਿਤ ਔਰਤਾਂ ਦੀ ਗੱਲ ਨਹੀਂ ਹੈ, ਸਾਰੀ ਔਰਤਾਂ ਦੀ ਗੱਲ ਹੈ, ਉਹਨਾਂ ਦੇ ਹੱਕਾਂ ਦੀ ਗੱਲ ਹੈਗੀ ਹੈ, ਤੇ ਉਹ ਤੁਸੀਂ ਦੇਖੋ ਕਿ
ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਕਿਉਂਕਿ ਨਹਿਰੂ ਜਿਹੜਾ ਹੈਗੇ ਤਿਲਕ ਜਿਹੜੇ ਹੈਗੇ ਨੇ ਇਹ ਗੱਲ ਨੂੰ ਮੰਨਦੇ ਨਹੀਂ ਹੈਗੇ ਤੇ ਉਹ ਕਹਿੰਦੇ ਨੇ ਕਿ ਜਿਹੜਾ ਹਿੰਦੂ ਜਿਹੜਾ ਸਾਡਾ ਉਹ ਹੈਗਾ ਜਿਹੜੀ ਸਾਡੀ ਸਭਿਅਤਾ ਹੈਗੀ ਹੈ ਉਹਦੇ ਚ ਜਿਹੜੀ ਔਰਤ ਦੀ ਜਿਹੜੀ ਸਥਿਤੀ ਹੈਗੀ ਹੈ ਉਹ ਸਾਡੇ ਲਈ ਠੀਕ ਹੈ ਤੁਸੀਂ ਸਾਡੇ ਉਹਦੇ ਚ ਜਿਹੜਾ ਹੈਗਾ ਇੰਟਰਫੇਅਰ ਨਾ ਕਰੋ ਇਹ ਜਿਹੜੀ ਗੱਲਾਂ ਹੈਗੀਆਂ ਨੇ ਉਹ ਹੁੰਦੀਆਂ ਨੇ ਤੇ ਉੱਥੇ ਤਾਂ ਅਸਤੀਫਾ ਦੇਣਾ ਪੈਂਦਾ ਜਦੋਂ ਅੰਗਰੇਜ਼ ਚਲੇ ਗਏ ਠੀਕ ਹੈ ਨਾ ਹੁਣ ਇਹੋ ਜਿਹੇ ਦੌਰ ਦੇ ਵਿੱਚ ਜਿੱਥੇ ਹੁਣ ਅੰਗਰੇਜ਼ ਵੀ ਰਿਹਾ ਜਿੱਥੇ ਤੁਹਾਨੂੰ ਹਰ ਇੱਕ ਕੰਮ ਦੇ ਲਈ ਬ੍ਰਾਹਮਣ ਨਾਲ ਡੀਲ ਕਰਨਾ ਹੈ ਤਾਂ ਤੁਸੀਂ ਸਮਝ ਸਕਦੇ ਹੋ ਕਿ ਮੁਸੀਬਤਾਂ ਕਿੰਨੀਆਂ ਵੱਡੀਆਂ ਹੋਣਗੀਆਂ 56 ਚ ਉਹ ਚਲੇ ਗਏ 1956 ਤੇ ਕੁਛ ਵਕਫਾ ਪਾ ਕੇ ਜਿਹੜਾ ਹੈਗਾ ਸਾਹਿਬ ਕਾਸ਼ੀ ਰਾਮ ਨੇ ਐਨੀਹਿਲੇਸ਼ਨ ਆਫ ਕਾਸਟ ਪੜ੍ਹਨ ਤੋਂ ਬਾਅਦ ਉਹਨਾਂ ਨੇ ਇਹ ਸੰਘਰਸ਼ ਦੀ ਜਿਹੜੀ ਹੈਗੀ ਮੁਹਿੰਮ ਸ਼ੁਰੂ ਕੀਤੀ ਤਾਂ ਉਹਨਾਂ ਨੂੰ ਸਮਝ ਆ ਗਈ ਇਸ ਗੱਲ ਕਿ ਆਜ਼ਾਦ ਭਾਰਤ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਸਾਨੂੰ ਸੰਗਠਿਤ ਹੋਣਾ ਪੈਣਾ ਤੇ ਆਪਣਾ ਰਾਜ ਜਦ ਤੱਕ ਆਉਂਦਾ ਨੀ ਉਦੋਂ ਤੱਕ ਗੱਲ ਨਹੀਂ ਬਣਨੀ ਤਾਂ ਉਹਨਾਂ ਨੇ ਆਜ਼ਾਦੀ ਦੀ ਜਿਹੜੀ ਕੁੰਜੀ ਹੈ ਉਹ ਰਾਜ ਸੱਤਾ ਦੇ ਹੱਥ ਵਿੱਚ ਹੈ ਇਹ ਗੱਲ ਆਖੀ ਉਹਨਾਂ ਨੇ ਅਸੀਂ ਦੇਖਦੇ ਹਾਂ ਕਿ ਇਸ ਦੌਰਾਨ ਜਿਹੜਾ ਹੈਗਾ 70 ਪਿਛਲੇ ਜਿਹੜੇ ਸਾਲ ਵਿਕਲੇ ਨੇ ਬ੍ਰਾਹਮਣ ਨੇ ਕਈ ਤਰ੍ਹਾਂ ਦੇ ਰੂਪ ਜਿਹੜੇ ਹੈਗੇ ਨੇ ਵਟਾਏ ਨੇ ਤੇ ਕਈ ਤਰ੍ਹਾਂ ਦੇ ਉਸਨੇ ਆਪਣੇ ਆਪਣੇ ਇਜਾਰੇਦਾਰੀ ਨੂੰ ਆਪਣੇ ਮੋਨੋਪੋਲੀ ਨੂੰ ਮਹਿਫੂਜ਼ ਰੱਖਣ ਦੇ ਲਈ ਉਸਨੇ ਕਈ ਤਰ੍ਹਾਂ ਦੇ ਕੰਮ ਕੀਤੇ ਨੇ ਖਾਸ ਤੌਰ ਤੇ ਜਿਹੜੀ ਪੋਲਿਸੀ ਲੈਵਲ ਦੇ ਉੱਤੇ ਜਿਹੜਾ ਕੰਮ ਹੋਇਆ ਹੈਗਾ ਉਹ ਦਲਿਤਾਂ ਦੇ ਹੱਕ ਚ ਨਹੀਂ ਹੋਇਆ ਹੈਗਾ ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਹੜੀ RSS ਦੀ ਜਿਹੜੀ ਰਾਜਨੀਤੀ ਹੈਗੀ ਹੈ ਉਹ ਸਿੱਧੇ ਤੌਰ ਦੇ ਉੱਤੇ ਵੰਡਣ ਦੀ ਰਾਜਨੀਤੀ ਲੈ ਕੇ ਉਹ ਪੂਰੀ ਤਰ੍ਹਾਂ ਦੇ ਨਾਲ ਕਾਬਜ ਹੋਣ ਉਹਨਾਂ ਦੇ ਜਿਹੜੇ ਸਿਧਾਂਤ ਸੀਗੇ ਉਹਨਾਂ ਦੇ ਬੜੀ ਹੋਰ ਤਰ੍ਹਾਂ ਦੇ ਸੀਗੇ ਉਹ ਆਜ਼ਾਦ ਭਾਰਤ ਜਿੱਥੇ ਸੰਵਿਧਾਨ ਦਾ ਰਾਜ ਹੈ ਉੱਥੇ ਉਹਨਾਂ ਨੇ ਇਹ ਗੱਲ ਆਖੀ ਕਿ ਇੰਡੀਅਨਾਈਜੇਸ਼ਨ ਆਫ ਮੁਸਲਿਮ ਕਰਨੀ ਚਾਹੀਦੀ ਹੈ ਸਾਰੇ ਦੇ ਸਾਰੇ ਹਿੰਦੂ ਨੇ ਭਾਰਤ ਦੇ ਵਿੱਚ ਜਿਹੜਾ ਵੀ ਕੋਈ ਵਿਅਕਤੀ ਰਹਿ ਰਿਹਾ ਹੈਗਾ ਉਹ ਰਿਗਾਰਡਲੈਸ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ ਉਹ ਹਿੰਦੂ ਹੈ ਪਿਛਲੇ 150 ਸਾਲ ਹੋ ਗਏ ਉਹ ਸਿੱਖਾਂ ਨੂੰ ਹਿੰਦੂ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਲਗਾਤਾਰ ਮੋਹਨ ਭਾਗਵਤ ਹੋਵੇ ਕਿਸ਼ੋਰ ਹੋਵੇ ਜਿਹੜਾ ਵੀ ਹੋਵੇ ਇਹਦੇ ਵਿੱਚ ਜਿਹੜਾ ਹੈਗਾ ਇਹਦੇ ਪੂਰੇ ਨੂੰ ਆਪਾਂ ਸਾਂਝੇ ਤੌਰ ਤੇ ਜੇਕਰ ਦੇਖੀਏ ਤਾਂ ਤੁਸੀਂ ਸਮਝ ਸਕਦੇ ਹੋ ਕਿ ਕਾਸ਼ੀ ਰਾਮ ਸਾਹਿਬ ਦੇ ਦਰਪੇਸ਼ ਕਿੰਨੀਆਂ ਜ਼ਿਆਦਾ ਔਖਿਆਈਆਂ ਆਈਆਂ ਹੋਣਗੀਆਂ ਤੇ ਉਹਨਾਂ ਨੂੰ ਮੀਡੀਆ ਸਾਡਾ ਹੈ ਨੀ ਮੀਡੀਆ ਸਾਡੀ ਗੱਲ ਨੀ ਕਰਦਾ ਹੈਗਾ ਦਲਿਤਾਂ ਕੋਲ ਪੈਸੇ ਹੈ ਨੀਗੇ ਤੇ ਨਾ ਜੇਕਰ ਪੈਸੇ ਹੋਣਗੇ ਵੀ ਤਾਂ ਇਹ ਜਿਹੜਾ ਭਾਰਤ ਦੇ ਵਿੱਚ ਸਟਰਕਚਰ ਖੜਾ ਕੀਤਾ ਹੋਇਆ ਹਰ ਚੀਜ਼ ਦਾ ਉਹ ਭਾਵੇਂ ਐਜੂਕੇਸ਼ਨ ਦਾ ਹੋਵੇ ਕਿਸੇ ਵੀ ਚੀਜ਼ ਦਾ ਤੁਸੀਂ ਸਟਰਕਚਰ ਦੇਖ ਸਕਦੇ ਹੋ ਉਹ ਸਾਰੇ ਦਾ ਸਾਰਾ ਸਟਰਕਚਰ ਜਿਹੜਾ ਹੈਗਾ ਉਹ ਇਸ ਤਰ੍ਹਾਂ ਦਾ ਹੈਗਾ ਕਿ ਰੁਪਈਆ ਤੁਸੀਂ ਪਾਓਗੇ ਕਿਤੇ ਤਾਂ ਉਹ ਜਾ ਕੇ ਬ੍ਰਾਹਮਣ ਦੇ ਜੇਬ ਚ ਜਾ ਕੇ ਖਿੱਸੇ ਚ ਜਾ ਕੇ ਡਿੱਗੇਗਾ ਇਹ ਮਾਮਲਾ ਹੈਗਾ ਇਹ ਹੁਣ ਸਟਰਕਚਰ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਬਦਲਾਅ ਜਿਹੜੇ ਕਰਨੇ ਨੇ ਤਾਂ ਬਹੁਤ ਵੱਡੀ ਕ੍ਰਾਂਤੀਆਂ ਦੀ ਲੋੜ ਬਿਲਕੁਲ ਬਿਲਕੁਲ ਇਸ ਤਰ੍ਹਾਂ ਦਾ ਇੱਕ ਨਿਜ਼ਾਮ ਇਸ ਤਰ੍ਹਾਂ ਦਾ ਸਿਸਟਮ ਇਸ ਤਰ੍ਹਾਂ ਦੀ ਮਸ਼ੀਨ ਬਣ ਚੁੱਕੀ ਹੈ ਜਿਸ ਦੇ ਵਿੱਚ ਪੁਰਜੇ ਨੇ ਜਿਹੜੇ ਜਦੋਂ ਉਹਨਾਂ ਨੂੰ ਆਪਾਂ ਤੇਲ ਦਈਏ ਤੇਲ ਰੂਪੀ ਮਤਲਬ ਤੁਸੀਂ ਕਿਹਾ ਵੀ ਕਿਸੇ ਵੀ ਅਸੀਂ ਤਰੀਕੇ ਨਾਲ ਭਾਵੇਂ ਅਸੀਂ ਐਜੂਕੇਸ਼ਨ ਦੇ ਵਿੱਚ ਫੀਸਾਂ ਭਰੀਏ ਜਾਂ ਅਸੀਂ ਬੱਸਾਂ ਦਾ ਕਿਰਾਇਆ ਦਈਏ ਰੇਲ ਗੱਡੀ ਦਾ ਕਿਰਾਇਆ ਦਈਏ ਉਹਦਾ ਜਿਹੜਾ ਮੁਨਾਫਾ ਸਿੱਧਾ ਬ੍ਰਾਹਮਣ ਦੀ ਜੇਬ ਚ ਜਾਂਦਾ ਤੇ ਇਹ ਬੜੀ ਵਧੀਆ ਗੱਲ ਕੀਤੀ ਹੈ ਸਾਡੇ ਨਾਲ ਕੁਲਜੀਤ ਸਿੰਘ ਸਾਡੇ ਜੁੜੇ ਹੋਏ ਨੇ ਇੱਕ ਕੁਲਜੀਤ ਸਿੰਘ ਕੈਨੇਡਾ ਤੋਂ ਮੈਨੂੰ ਲੱਗਦਾ ਆਪਾਂ ਗੱਲਬਾਤ ਉਹਨਾਂ ਨੂੰ ਸ਼ਾਮਲ ਕਰੀਏ ਤੇ ਗੱਲ ਬੇਨਤੀ ਕਰਦਾ ਕੁਲਜੀਤ ਸਿੰਘ ਹੋਰਾਂ ਨੂੰ ਕਿ ਥੋੜਾ ਜਿਹਾ ਸਮਾਂ ਲੈਣਾ ਤੇ ਕੁਲਜੀਤ ਸਿੰਘ ਜੀ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਦੇਖੋ ਵੀਰੇ ਮੈਂ ਆਪਣੀ ਨਿੱਜ ਜ਼ਿੰਦਗੀ ਬਾਰੇ ਦੱਸਦਾ ਕਿ ਮੈਂ ਕਿਸੇ ਜਾਤ ਪਾਤ ਯਕੀਨ ਨਹੀਂ ਕਰਦਾ ਜਦੋਂ ਸਾਨੂੰ ਸ਼ੂਦਰ ਕਹਿੰਦੇ ਨੇ ਮੈਨੂੰ ਤਾਂ ਇਸ ਸ਼ਬਦ ਤੋਂ ਹੀ ਨਫ਼ਰਤ ਆ ਅਸੀਂ ਸ਼ੂਦਰ ਹੈ ਨਹੀਂ ਪਹਿਲੀ ਤਾਂ ਗੱਲ ਆ ਪਰ ਅਸੀਂ ਜਦੋਂ ਸੰਬੋਧਨ ਕਰਨਾ ਜਦੋਂ ਗੱਲਬਾਤ ਕਰਨੀ ਆ ਤਾਂ ਸਾਨੂੰ ਕਹਿਣਾ ਪੈਂਦਾ ਆਮ ਸ਼ਬਦ ਵਰਤ ਲੈਂਦੇ ਹਾਂ ਤੇ ਮੇਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੱਧੇ ਔਰ ਸਿੱਧੇ ਢੰਗ ਦੇ ਨਾਲ ਮੈਂ ਸੋ ਕਾਲ ਸ਼ੂਦਰ ਉਹਨਾਂ ਦੇ ਨਾਲ ਇਨ ਟੱਚ ਰਹਿੰਦਾ ਹੱਥ ਹੈ ਜਿਹੜੀ ਪਹਿਲੀ ਮੈਂ ਗੱਲ ਇੱਥੋਂ ਸ਼ੁਰੂ ਕਰਨੀ ਚਾਹੁੰਦਾ ਕਿ ਮੇਰੇ ਗੱਲਬਾਤ ਚੱਲੀ ਸੀ ਕਿ ਭਗਤਾਂ ਨੂੰ ਭਗਤ ਕਿਉਂ ਕਿਹਾ ਇਹਦਾ ਆਂਸਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਲੈ ਸਕਦੇ ਆ ਜਦੋਂ ਤੁਸੀਂ ਭਗਤ ਬਾਣੀ ਪੜ੍ਹਦੇ ਨਾ ਗੁਰੂ ਸਾਹਿਬਾਨ ਦੀ ਬਾਣੀ ਪੜ੍ਹਦੇ ਆ ਤਾਂ ਉਹਦੇ ਚ ਸਾਫ਼ ਲਿਖਿਆ ਜੀ ਕਹਿੰਦੇ ਮੇਰੀ ਬਾਂਧੀ ਭਗਤ ਛੜਾ ਮੇਰੀ ਬਾਂਧੀ ਭਗਤ ਛੜਾਵੇ ਬਾਂਧੇ ਭਗਤ ਨਾ ਛੁੱਟੇ ਮੋਹੇ ਮੇਰੀ ਬਾਂਧੀ ਭਗਤ ਛੜਾਵੇ ਸੋ ਉਹ ਗੁਰੂ ਸਾਹਿਬਾਨ ਗੱਲ ਕਰਦੇ ਨੇ ਵੀ ਜੇ ਮੈਂ ਕੋਈ ਗੱਲ ਕਰ ਦੇਵਾਂ ਤੇ ਮੇਰੇ ਚ ਹਿੰਮਤ ਹੈ ਨੀ ਮੈਂ ਉਹ ਗੱਲ ਨੂੰ ਚੇਂਜ ਕਰ ਦੇਵਾਂ ਪਰ ਮੇਰੀ ਬਾਂਧੀ ਭਗਤ ਛੜਾਵੇ ਬਾਂਧੇ ਭਗਤ ਨਾ ਛੁੱਟੇ ਮੋਹੇ ਤੇ ਜੇ ਕੋਈ ਭਗਤ ਗੱਲ ਕਰ ਦੇਵੇ ਮਾਫ਼ ਕਰਨਾ ਮੈਂ ਨੀ ਛੁੜਾ ਸਕਦਾ
पर मेरी मैं कुछ बन दवा तो भगत विच इनी पावर आ के वह कुछ भी कर सकता तो भगत वड्डा है गुरु ग्रंथ साहब की फिलोसफी के अनुसार। पर सीधे और सीधे ढंग नाल मैं की देखता पिया आ कि जेड़ा साडा सो कॉल्ड शूदर आ शूदर समाज वह विंगे टेढ़े ढंग के नाल जाके ब्राह्मणवाद के जाले के विच फस जांदा है। हुण तुसीं देखो कि ब्राह्मण ने 6745 जातां च वंडिया तुहानूं कि ब्राह्मण ये चाहुंदा है कि मैं चमियार नूं वख करा गुरु ग्रंथ साहिब नालों। ब्राह्मण चाहुंदा आ कि कल्ले कल्ले भगत नूं मैं वख करा गुरु ग्रंथ साहिब नालों। ते जे असीं उहो काम ही करना है तो ब्राह्मण की बोली तां असीं बोलती ब्राह्मण दे जाल दे विच तां फस गए। हुण मैनूं ब्राह्मण कवे आ के वी तूं कौण आ मैं उन्हूं दसा मैं आ फिर उन्हूं फिर मेरे ते वर्क करे फिर मैनूं वख करे ते फिर तां गल तां बन गई। अज दे पंजाब दे विच जिहड़ा साडे शूदर भरावां दे नाल कुछ हुंदा है माड़ी वधीकियां हुंदियां पर उन्हूं आपां इक बड़े प्यार सतकार दे नाल वाच करना आ ते जिहड़ा सिखां दे उत्ते रोज कतलो गारत हुंदी आ उह जट करदा हुण 2-2.5 लाख सिख मारता उन्हां दे विच बसात विच तुहानूं पता कौन कौन ने दसो दसो फिर जिहड़े जट आ उह धर्म छड्ड देण जेड़ा प्रकाश सिंह बादल जट आ तो सिखां दा कतलेआम कीता कि जट जिहड़े जट समाज आ गुरु ग्रंथ साहिब नूं छड्ड देण के इस गिल इक जट आ उहने सिखां ते रज के कतलेआम कीता। और जदों पंजाब पुलिस नूं तुसीं वाच कर लो उहदे विच 90% 80-90% जट्टां दे मुंडे आ और की जट सिख समाज नूं छड्ड देण इक क्वेश्चन मार्क आ गया। दूजी यह गल है जो शूदर समाज आ इन्हों की गिनती आ बहुत ज्यादा तो जटा की कि गिनती किन्नी गया जे गुरु ग्रंथ साहब नाल सानू इन्ना प्यार आ सतकार आ गुरु ग्रंथ साहब साडा जट की लगते हैं कोई भी समा मेरा कहन का भावना समझो कोई फिरका है कोई बंदा कहे जी आ तो साडा भाई तू की लगना बई ये तो साडा आ शॉर्ट दे विच करनी चाहिए गल ताकि होर भी असीं गल अगे वधा सकीए। खालिस्तान दी मगर जानां दा गल कर जावां गल नूं समझणी चाहिए क्योंकि जे इस टाइम मान लो जो खालिस्तान बनता है तो कि उसे प्रकाश चंद बादल साडा मुख्यमंत्री होगा नहीं जिन्हां लोगों ने साडे शूदरां दे उत्ते जुल्म किए जां इह जुल्म करदे ने सीधे सीधे ढंग नाल आ मक्कड़ जाल आ दूजा जाल आ तीजा जाल माफ करना सिखां दीआं संस्थावां ते इह सिख नहीं हैगे इह सिख दे रूप विच ब्राह्मण ने ते असीं इहनूं जट जां सिख किद्दां कह दईए इह तां सिखां दा खुद खून पी रहा। वाहिगुरू जी का खालसा वाहिगुरू जी की फतह। वाहिगुरु जी की फतेह जी। गुरिंदर जी बहुत मैनु लगता के जज्बाती हो के उन्होंने जेड़ा तुसी सवाल मेरे को पूछा सी उसका जवाब भी दिता उन्होंने ते नाल उन्होंने गुरबाणी का उन्होंने हवाला भी दिता बहुत वधिया ढंग नाल साडे रेगुलर लिसनर ने ते मैनु लगता के एक तरह नाल जेड़ी साडी धिर है एक वड्डी धिर है ते उन्हां दी तर्जमानी भी करदा इह उन्हां दा जेड़ा कहना सारा कुछ हालांकि कह लगे थी फतेह जरा जल्दी बुला के कुलजीत सिंह होरां ने जिहड़ा खालसा राज दा संविधान जां कानून होगा उहदे तहत इन्हां लोकां नूं सजावां भी सुना देणियां सन तो मैनूं लगदा भी आने वाली साडी जिहड़ी पीढ़ी आ उह जरूर अजिहा कुछ ना कुछ करेगी। दूजी एक गल होर है कि पंजाब दे जिहड़े दलित ने तुसीं पंजाब दे विच तां घूमे होवोंगे उहनां दी साइकी की कहिंदी आ सिख संघर्ष बारे। सिख संघर्ष तो ता हो टुटे ने बेशक क्योंकि क्योंकि उन्हां दा किसी ने पल्ला नहीं फड़िया हैगा। देखो एक गल ता है कि जड़ी साडी जड़ा साडा सिख दर्शन हैगा ठीक है वह सानू जीवन की जांच दिंदा हैगा कि असीं अपने 24 घंटे किवें गुजारीए असीं अपनी जिंदगी नूं उह सानू सेध दिंदा है। लेकिन हकीकत यह भी है कि जिहड़े 24 घंटे जिहड़े साडे जिहड़ी साडी जरूरत हैगीआं ने सब तो पहली गल तो यही है कि मैं बाबा साहब को लेके आऊंगा इतने कि बाबा साहब ने यह गल आखी कि साड़ी जिहड़ी लड़ाई हैगी है वह सत्ता लड़ाई है वह लड़ाई जिहड़ी हैगी है
ਹੋਰ ਚੀਜ਼ ਲਈ ਨਹੀਂ ਹੈ, ਪੈਸੇ ਕਮਾਉਣ ਲਈ ਨਹੀਂ ਹੈ। ਸਾਡੀ ਲੜਾਈ ਡਿਗਨਿਟੀ ਦੀ ਲੜਾਈ ਹੈ, ਰਿਸਪੈਕਟ ਦੀ ਲੜਾਈ ਹੈ। ਜਿਸ ਜੀਵਨ ਚ ਰਿਸਪੈਕਟ ਨਹੀਂ ਹੁੰਦੀ, ਉਹ ਫਿਰ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਟੁੱਟਦਾ ਹੈਗਾ, ਤੇ ਉਹਦਾ ਵੀ ਜਿਹੜਾ ਵਿਕਾਸ ਨੀ ਕਦੇ ਹੋ ਪਾਉਂਦਾ, ਜਿਹੜਾ ਦੱਬਿਆ ਜਾਂਦਾ ਕਿਸੇ ਦੇ ਹੇਠਾਂ। ਪੰਜਾਬ ਦੇ ਜਿਹੜੇ ਦਲਿਤ ਹੈਗੇ ਨੇ, ਉਹਨਾਂ ਨੇ ਬੜਾ ਲੰਬਾ ਸਮਾਂ ਜਿਹੜਾ ਹੈਗਾ ਉਹ ਸੀਡੀ ਬਣ ਕੇ ਕੱਟਿਆ। ਛੋਟੀ ਕਿਸਾਨੀ ਜਿਹੜੇ ਹੈਗੇ ਨੇ ਉਹਨਾਂ ਦਾ ਬੜਾ ਕਹਿੰਦਾ ਮਤਲਬ ਹੈ, ਇਹ ਸਾਰੇ ਚੀਜ਼ਾਂ ਦੇ ਵਿੱਚ ਕਿਸੇ ਨੇ ਹੱਥ ਉਹ ਨਹੀਂ ਕੀਤਾ, ਉਹਨਾਂ ਦਾ ਹੱਥ ਨਹੀਂ ਫੜਿਆ। ਇੱਕ ਮਹੱਤਵਪੂਰਨ ਗੱਲ ਹੈ ਕਿ ਜਿਹੜਾ ਲੈਂਡ ਦਾ ਜਿਹੜਾ ਬਟਵਾਰਾ ਹੋਣਾ ਚਾਹੀਦਾ ਸੀਗਾ ਉਹ ਨਹੀਂ ਹੋਇਆ। ਇਹ ਜਦੋਂ ਤੱਕ ਕਿਸੇ ਕੋਲ ਰਿਸੋਰਸਿਸ ਨਹੀਂ ਹੁੰਦੇ, ਕਿਉਂਕਿ ਜ਼ਿੰਦਗੀ ਨੂੰ ਜਿਉਣਾ ਤਾਂ ਹੈ, ਆਖਿਰ ਖੇਡਿਆਂ ਦੇ ਨਾਲ ਜਿਉਣਾ ਹੈਗਾ, ਵੱਧ ਘੱਟ ਮਤਲਬ ਚੱਲਦਾ ਰਹਿੰਦਾ, ਲੇਕਿਨ ਇੱਕ ਮੁਕੰਮਲ ਜ਼ਿੰਦਗੀ ਨੂੰ ਜਿਉਣ ਲਈ ਸਾਡੇ ਕੋਲ ਕੁਛ ਤਾਂ ਚਾਹੀਦਾ, ਸਾਧਨ ਤਾਂ ਚਾਹੀਦੇ ਨੇ, ਤੇ ਜ਼ਮੀਨ ਸਾਡੇ ਕੋਲ ਨਹੀਂ ਸੀਗੀ। 32% ਲੋਕਾਂ ਕੋਲ ਅੱਜ ਵੀ ਜਿਹੜਾ ਹੈਗਾ 3% ਤੋਂ ਘੱਟ ਜ਼ਮੀਨ ਹੈਗੀ ਹੈ, ਕਿੱਥੇ ਜਾਣਗੇ? ਤੇ ਧੱਕਾਸ਼ਾਹੀ ਹੈਗੀ ਹੈ, ਹਰ ਪਾਸੇ ਜਿਹੜਾ ਹੈਗਾ ਉਹ ਜੱਟ ਬੈਠੇ ਨੇ, ਉੱਚੀ ਜਾਤਾਂ ਦੇ ਲੋਕ ਬੈਠੇ ਨੇ, ਵਧੀਕੀਆਂ ਹੁੰਦੀਆਂ ਨੇ। ਪੰਜਾਬ ਯੂਨੀਵਰਸਿਟੀ ਦੀ ਛੋਟੀ ਜਿਹੀ 2 ਲਾਈਨਾਂ ਚ ਮੈਂ ਘਟਨਾ ਸਮਾਪਤ ਕਰਾਂਗਾ ਕਿ ਉੱਥੇ ਵੈਕੰਸੀ ਨਿਕਲੀ ਤੇ ਉੱਥੇ ਦਲਿਤਾਂ ਦਾ ਜਿਹੜਾ ਰਿਜ਼ਰਵੇਸ਼ਨ ਸੀਗੀ, ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਬਹੁਤ ਹੀ ਕਾਬਲ ਜਿਹੜੇ ਸੀਗੇ ਕੈਂਡੀਡੇਟ ਆਏ, ਉਹਨਾਂ ਨੇ ਉਹਨਾਂ ਨੂੰ ਸਿਲੈਕਟ ਕੀਤਾ। ਬਾਅਦ ਚ ਉਹਨਾਂ ਨੇ ਕਹਿਤਾ ਕਿ ਸਾਨੂੰ ਤਾਂ ਸੂਟੇਬਲ ਕੈਂਡੀਡੇਟ ਮਿਲੇ ਨਹੀਂ, ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉੱਥੇ ਅਪਰ ਕਾਸਟ ਵਾਲੇ ਦੀ ਭਰਤੀ ਕਰ ਲਈ। ਇਹ ਜਿਹੜੇ ਸਾਰੇ ਡਰਾਮੇ ਚੱਲਦੇ ਰਹੇ ਇਹਨਾਂ ਦੇ, ਇਹ ਉਹ ਫਿਰ ਟੁੱਟੇਗਾ ਹੀ, ਉਹ ਫਿਰ ਆਪਣਾ ਕੋਈ ਰਾਹ ਫੜੇਗਾ ਹੀ, ਉਹ ਮੋਬਿਲਿਟੀ ਕਰੇਗਾ, ਉਹ ਕਿਤੇ ਹੋਰ ਜਾਏਗਾ, ਉਹ ਦਿੱਲੀ ਆਏਗਾ, ਉਹ ਬੰਬੇ ਜਾਏਗਾ, ਉਹ ਦੁਬਈ ਜਾਏਗਾ, ਤੇ ਉੱਥੇ ਜਾ ਕੇ ਫਿਰ ਜਿਹੜੀ ਹੈ ਉੱਥੇ ਦਾ ਕਲਚਰ ਉੱਥੇ ਦੇ ਉਹਦੇ ਚ ਪ੍ਰਭਾਵ ਹੇਠਾਏ ਗਈ ਜਾਏਗਾ। ਇਹ ਸਭ ਹੋਇਆ। ਇੱਥੇ ਦੇ ਜਿਹੜੇ ਹੁਣ ਤੀਜੀ ਤਰ੍ਹਾਂ ਹੈਗੇ ਨੇ ਮੇਰੇ ਜਿਹੜੇ ਜਿਹਨਾਂ ਨੇ, ਉਹ ਹੁਣ ਇੱਕ ਇਹ ਕਿੱਥੋਂ ਸਿੱਖੀ ਸਿਧਾਂਤ ਹੈ, ਇੱਕ ਕੋਲ ਜ਼ਮੀਨ ਹੀ ਜ਼ਮੀਨ ਹੈ ਤੇ ਦੂਜੇ ਕੋਲ ਕੁਛ ਵੀ ਨਹੀਂ ਹੈਗਾ, ਤੇ ਬਰਾਬਰੀ ਦਾ ਸਿਧਾਂਤ ਕਿੱਥੇ ਹੈ? ਮੈਨੂੰ ਲੱਗਦਾ ਕਿ ਸਿੱਖ ਸਟੇਟ ਜਿਹੜੀ ਪੰਜਾਬ ਹੈਗੀ ਹੈ, ਉਹਦੇ ਚ ਸਭ ਤੋਂ ਪਹਿਲਾ ਕੰਮ ਇਹ ਹੋਣਾ ਚਾਹੀਦਾ ਸੀਗਾ, ਉਹਨਾਂ ਨੂੰ ਇੱਕ ਆਦਰਸ਼ ਸਥਾਪਿਤ ਕਰਨਾ ਚਾਹੀਦਾ ਸੀਗਾ ਕਿ ਲੈਂਡ ਰਿਫੋਰਮ ਕਰਕੇ, ਕਿ ਆਜ਼ਾਦ ਭਾਰਤ ਦੇ ਵਿੱਚ ਜਿਹੜਾ ਹੈਗਾ ਸੋ ਕਾਲ ਆਜ਼ਾਦ ਭਾਰਤ, ਉਹਦੇ ਵਿੱਚ ਲੈਂਡ ਰਿਫੋਰਮ ਕਰਕੇ ਜਿਹੜੇ ਬਾਬਾ ਸਾਹਿਬ ਅੰਬੇਡਕਰ ਨੇ ਕਿਹਾ ਸੀਗਾ ਜ਼ਮੀਨਾਂ ਦਾ ਬਟਵਾਰਾ ਬਰਾਬਰ ਕਰ ਦੇਣਾ ਸੀਗਾ, ਤਾਂ ਕਿ ਉਹਨਾਂ ਨੂੰ ਵੀ ਉਹ ਹੁੰਦਾ। ਤੁਸੀਂ ਇੱਕ ਜੇਕਰ ਸਮਾਂ ਹੈ ਤਾਂ ਇੱਕ ਮੈਂ ਛੋਟੀ ਜਿਹੀ ਗੱਲ ਕਰਕੇ ਮੈਂ ਕਰ ਸਕਦਾ ਤੁਸੀਂ ਜਗ੍ਹਾ? ਹਾਂਜੀ ਹਾਂ, ਕਰੋ ਕਰੋ, ਹਾਂ ਬਿਲਕੁਲ। ਤੁਸੀਂ ਲਾਲ ਸਿੰਘ ਦਿਲ ਦਾ ਨਾਂ ਸੁਣਿਆ ਹੋਏਗਾ, ਹੈ ਨਾ? ਲਾਲ ਸਿੰਘ ਦਿਲ ਅਵਤਾਰ ਸਿੰਘ ਪਾਸ਼ ਦੇ ਜਿਹੜੇ ਸਮਕਾਲੀਨ ਸੀਗੇ, ਪਾਸ਼ ਨੂੰ ਤਾਂ ਕੌਣ ਨੀ ਜਾਣਦਾ ਹੈਗਾ, ਖੱਬੇ ਪੱਕੀ ਲਹਿਰ ਦੇ ਸੀਗੇ ਵੱਡੇ ਸ਼ਾਇਰ। ਲਾਲ ਸਿੰਘ ਦਿਲ ਤੇ ਸਮਕਾਲੀ ਸੀਗੇ, ਦੋਨੋਂ ਨਕਸਲਵਾੜੀ ਲਹਿਰ ਦੇ ਵਿੱਚ ਸੀਗੇ। ਜਦੋਂ ਲਾਲ ਸਿੰਘ ਦਿਲ ਫੜੇ ਗਏ ਤੇ ਪਾਸ਼ ਵੀ ਫੜੇ ਗਏ, ਲਾਲ ਸਿੰਘ ਦਿਲ ਵੀ ਫੜੇ ਗਏ ਸੀਗੇ, ਉਹਨਾਂ ਨੂੰ ਮਾਰ ਵੀ ਪਈ ਆ ਪੁਲਿਸ, ਜਿਵੇਂ ਤਸ਼ੱਦਦ ਦਿੰਦਾ ਹੀ ਹੈ। ਤੇ ਉਹਨਾਂ ਨੂੰ ਤੁਸੀਂ ਇਹ ਦੇਖੋ ਕਿ ਜੱਟ ਜਦੋਂ ਮਾਰਦਾ ਸੀਗਾ ਪੁਲਿਸ ਵਾਲਾ, ਉਹ ਕਹਿੰਦਾ ਸੀਗਾ ਕਿ 2 ਪੱਟੇ ਦੇ ਇਸ ਕਰਕੇ ਮਾਰ ਕਿਉਂਕਿ ਇਹ ਐਂਟੀ ਐਂਟੀ ਸਟੇਟ ਹੈ, 2 ਇਸ ਕਰਕੇ ਮਾਰ ਕਿ ਚਮਾਰ ਹੋ ਕੇ ਜ਼ਮੀਨ ਮੰਗਦਾ। ਠੀਕ ਹੈ, ਜੇਕਰ ਤੁਸੀਂ ਉਹਦੀ ਜੀਵਨੀ ਪੜ੍ਹੋ, ਲਾਲ ਸਿੰਘ ਦਿਲ ਦੀ ਦਾਸਤਾਨ ਕਰਕੇ ਹੈ ਉਹ ਪੜ੍ਹੋ, ਤਾਂ ਤੁਹਾਨੂੰ ਇਹਦੇ ਵਿੱਚ ਇਹ ਸਾਰੇ ਹਵਾਲੇ ਮਿਲਣਗੇ, ਜਿੱਥੇ ਕਿਸ ਤਰ੍ਹਾਂ ਹੁਣ ਲਾਲ ਸਿੰਘ ਦਿਲ ਇੱਕ ਸਿੱਖ ਹੈ, ਲੇਕਿਨ ਉਹ ਯੂਪੀ ਦੇ ਵਿੱਚ ਜਦੋਂ ਭਗੌੜਾ ਹੋ ਗਿਆ ਇੱਥੋਂ ਦੀ ਨਕਸਲੀਆਂ ਨੂੰ ਫੜ ਫੜ ਕੇ ਮਾਰ ਰਹੀ ਹੈ ਸਟੇਟ, ਉਦੋਂ ਉਹ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਗਏ, ਉੱਥੇ ਜਾ ਕੇ ਉਹਨਾਂ ਨੇ ਇਸਲਾਮ ਧਰਮ ਜਿਹੜਾ ਹੈਗਾ ਕਬੂਲ ਲਿਆ, ਤੇ ਜਦੋਂ ਵਾਪਸ ਆਏ ਤੇ ਲੋਕਾਂ ਨੇ ਕਿਹਾ ਕਿ ਸਾਡੇ ਲਈ ਮਰ ਗਿਆ ਇਹ, ਲੇਕਿਨ ਹਕੀਕਤ ਇਹ ਹੈ ਕਿ ਉਹਦੀ ਜ਼ਿੰਦਗੀ ਨੂੰ ਕਿਸੇ ਨੇ ਦੇਖਿਆ ਨਹੀਂ ਹੈਗਾ। ਇਹ ਗੱਲ ਆਪਣੀ ਜਾਰੀ ਰਹੂਗੀ, ਪਰ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਸਿੱਖ ਸੱਭਿਆਚਾਰ ਹੈ, ਸਿੱਖੀ ਦੇ ਵਿੱਚ ਕੋਈ ਜਾਤ ਪਾਤ, ਕੋਈ ਜੱਟ ਨੀ, ਕੋਈ ਚਮਾਰ ਨੀ, ਕੋਈ ਬ੍ਰਾਹਮਣ ਨੀ, ਕੋਈ ਕੁਛ ਨੀ ਹੈ। ਬਹੁਤ ਸਾਰੇ ਬ੍ਰਾਹਮਣਾਂ ਨੇ ਵੀ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕੀਤੀ, ਤੇ ਬਹੁਤ ਸਾਰੇ ਬ੍ਰਾਹਮਣਾਂ ਵੱਲੋਂ ਸਿੱਖ ਜਿਹੜੇ ਸਿੰਘ ਸਜੇ ਸੀ ਵਿਅਕਤੀ, ਉਹ ਆਪਣੀ ਜਾਤ ਪਾਤ ਛੱਡ ਕੇ ਉਹ ਰੁਤਬਾ ਹਾਸਲ ਕਰਕੇ ਬਾਦਸ਼ਾਹੀ ਉਹਨਾਂ ਨੂੰ ਮਿਲ ਗਈ, ਤੇ ਉਹ ਬਾਦਸ਼ਾਹੀ ਦੇ ਅਧੀਨ ਉਹਨਾਂ ਨੇ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ, ਜਿਵੇਂ ਭਾਈ ਮਨੀ ਸਿੰਘ ਹੋਏ, ਜਾਂ ਉਸ ਤੋਂ ਪਹਿਲਾਂ ਸੀ ਭਾਈ ਮਤੀ ਦਾ, ਸਤੀ ਦਾਸ ਗੁਰੂ ਤੇਗ ਬਹਾਦਰ ਜੀ ਨਾਲ ਸ਼ਹੀਦ ਹੋਏ, ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਸੋ ਜਦੋਂ ਇੱਕ ਢਿੱਲੋਂ ਸੰਧੂ ਜਾਂ ਕੋਈ ਹੋਰ ਅਸੀਂ ਕਹਿ ਸਕਦੇ ਹਾਂ ਭੁੱਲਰ ਹੈ, ਮਾਨ ਹੈ, ਜਦੋਂ ਤੱਕ ਉਹ ਅੰਮ੍ਰਿਤ ਨਹੀਂ ਛਕਦਾ ਉਦੋਂ ਤੱਕ ਉਹ ਭੁੱਲਰ ਮਾਨ ਢਿੱਲੋਂ ਸੰਧੂ ਹੋ ਸਕਦਾ, ਪਰ ਜਦੋਂ ਉਹ ਅੰਮ੍ਰਿਤ ਛਕ ਲੈਂਦਾ ਉਦੋਂ ਉਹ ਸਿਰਫ ਸਿੰਘ ਹੋਊਗਾ, ਉਹ ਸਿੰਘ ਤੋਂ ਬਿਨਾਂ ਹੋਰ ਕੁਛ ਨਹੀਂ।
ਤੇ ਜਦੋਂ ਕੋਈ ਭੱਟੀ ਜਾਂ ਕੋਈ ਹੋਰ ਅਸੀਂ ਜਾਤੀ ਦੇਖਦੇ ਹਾਂ ਜਾਂ ਕੈਂਥ ਦੇਖਦੇ ਹਾਂ ਜਾਂ ਕੋਈ ਹੋਰ ਦੇਖਦੇ ਹਾਂ ਉਦੋਂ ਤੱਕ ਉਹ ਜਾਤੀ ਨਾਲ ਸੰਬੰਧਿਤ ਹੈ ਜਦੋਂ ਤੱਕ ਉਹ ਆਪਣੇ ਕਬੀਲੇ ਦੇ ਵਿੱਚ ਹੈ ਆਪਣੇ ਭਾਈਚਾਰੇ ਦੇ ਵਿੱਚ ਹੈ ਪਰ ਜਦੋਂ ਉਹ ਅੰਮ੍ਰਿਤ ਛਕ ਲੈਂਦਾ ਤਾਂ ਉਸ ਤੋਂ ਬਾਅਦ ਉਹ ਵੀ ਸਰਦਾਰ ਬਣ ਜਾਂਦਾ ਪਾਤਸ਼ਾਹੀ ਮਿਲ ਜਾਂਦੀ ਹੈ ਉਹਨੂੰ ਤੇ ਉਹ ਜਿਹੜਾ ਘੇਰਾ ਉਸਦਾ ਪੂਰਾ ਪੂਰੀ ਤਰ੍ਹਾਂ ਉਹ ਇੱਕ ਪਾਸੇ ਆ ਜਾਂਦਾ ਤੇ ਉਹਨੂੰ ਪੂਰੀ ਦੁਨੀਆਂ ਦੀ ਬਾਦਸ਼ਾਹਤ ਮਿਲ ਜਾਂਦੀ ਹੈ ਸੋ ਇਹ ਸਾਰੇ ਬਰਾਬਰ ਹੁੰਦੇ ਨੇ ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ ਦੇਖੋ ਸਰੋਵਰ ਗੁਰੂ ਸਾਹਿਬਾਨ ਨੇ ਤਾਂ ਹੀ ਬਣਾਏ ਨੇ ਤਾਂ ਕਿ ਜਾਤ ਪਾਤ ਜਿਹੜੀ ਹੈ ਉਹ ਖਤਮ ਹੋ ਜਾਵੇ ਤੇ ਉਸ ਤੋਂ ਬਾਅਦ ਲੰਗਰ ਦੀ ਬਿਲਕੁਲ ਹਾਂ ਬਿਲਕੁਲ ਗੁਰੂ ਸਾਹਿਬਾਨ ਨੇ ਤਾਂ ਰੰਗਰੇਟੇ ਗੁਰੂ ਕੇ ਬੇਟੇ ਆਖਿਆ ਤੇ ਭਾਈ ਜੈਤਾ ਜੀ ਨੇ ਬਹੁਤ ਵੱਡੀ ਅਸੀਂ ਦੇਖਦੇ ਹਾਂ ਕੁਰਬਾਨੀ ਕੀਤੀ ਇੱਥੇ ਸਾਡੇ ਨਾਲ ਗੁਰਿੰਦਰ ਜੀ ਇੱਕ ਸੱਜਣ ਸਾਡੇ ਨਾਲ ਜੁੜੇ ਹੋਏ ਨੇ ਪ੍ਰਭਜੋਤਪਾਲ ਸਿੰਘ ਜੀ ਪ੍ਰਭਜੋਤਪਾਲ ਸਿੰਘ ਜੀ ਨਾਲ ਆਪਾਂ ਗੱਲ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਉਹਨਾਂ ਦੇ ਵਿਚਾਰ ਉਹਨਾਂ ਨੂੰ ਆਪਣੀ ਗੱਲਬਾਤ ਚ ਸ਼ਾਮਿਲ ਕਰਦੇ ਹਾਂ ਜੀ ਪ੍ਰਭਜੋਤਪਾਲ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਫਤਿਹ ਜੀ ਹਾਂਜੀ ਭਾਈ ਸਾਹਿਬ ਜਿੱਦਾਂ ਮੈਨੂੰ ਨਾ ਤਾਂ ਨੀ ਭਾਈ ਸਾਹਿਬ ਉਹਨਾਂ ਦਾ ਪਤਾ ਪਰ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਦਾਂ ਕੁਲਜੀਤ ਸਿੰਘ ਹੋਣੀ ਬਹੁਤ ਸੋਹਣੀ ਗੱਲ ਕਹੀ ਹੈਗੀ ਆ ਵੀ ਜਿਹੜਾ ਅਸੀਂ ਜਿਹੜਾ ਜਾਤ ਪਾਤ ਤੋਂ ਅਸੀਂ ਆਪ ਜਿੰਨੀ ਦੇਰ ਆਪ ਨੀ ਉੱਪਰ ਉੱਠਦੇ ਸਾਨੂੰ ਕਿਸੇ ਨੇ ਨੀ ਉਠਾਲਣਾ ਅਸੀਂ ਆਪਣਾ ਹੱਕ ਆਪ ਲੈਣਾ ਗੁਰੂ ਸਾਹਿਬ ਨੇ ਵੀ ਸਾਨੂੰ ਬ੍ਰਾਹਮਣ ਬਾਦ ਤੋਂ ਜਦੋਂ ਵੱਖ ਕੀਤਾ ਜਨੇਊ ਨਹੀਂ ਉਹਨੀ ਪਹਿਨਿਆ ਉਹ ਉਹਨੀ ਆਪ ਕੋਸ਼ਿਸ਼ ਕੀਤੀ ਉੱਥੇ ਕੋਈ ਨੀ ਉਹਨਾਂ ਦੀ ਉਹਨਾਂ ਨੂੰ ਦੱਸਣ ਆਇਆ ਸੀ ਸੋ ਇੱਕ ਮਾਰਗ ਸਾਨੂੰ ਦਿੱਤਾ ਹੈਗਾ ਆ ਜਿੱਦਾਂ ਸੁਰਿੰਦਰ ਸਿੰਘ ਜੀ ਤੁਸੀਂ ਬੜਾ ਵਧੀਆ ਕਿਹਾ ਵੀ ਸਿੱਖੀ ਧਰਮ ਦੇ ਜਿਹੜੇ ਸਿਧਾਂਤ ਹੈਗੇ ਆ ਤੇ ਕੌਣ ਸਿੱਖ ਹੋ ਸਕਦਾ ਆ ਤੇ ਜਿਹੜੇ ਜਦੋਂ ਜਿਹੜਾ ਸਿੱਖੀ ਅਪਣਾ ਲੈਂਦਾ ਆ ਤੇ ਉਹ ਚੇ ਜਾਤ ਪਾਤ ਆਪਣੇ ਆਪ ਨੀ ਰਹਿੰਦੀ ਹੁਣ ਭਾਈ ਸਾਹਿਬ ਗੱਲ ਕਰਦੇ ਆ ਜ਼ਮੀਨ ਦੀ ਬਿਲਕੁਲ ਗਲਤ ਇਹ ਆ ਵੀ ਜਿਹਨਾਂ ਕੋਲ ਜ਼ਮੀਨ ਆ ਉਹਨਾਂ ਨੂੰ ਐਡਵਾਂਟੇਜ ਹੈਗਾ ਆ ਪਰ ਉਹ ਜ਼ਮੀਨਾਂ ਵਾਲੇ ਅੱਜ ਉਥੋਂ ਛੱਡ ਕੇ ਇਹਨਾਂ ਦੇਸ਼ਾਂ ਚ ਮੈਂ ਕੈਨੇਡਾ ਚ ਵੱਸਦਾ ਆ ਅਮੈਰੀਕਾ ਕੈਨੇਡਾ ਯੂਰਪ ਅਰਬ ਕੰਟਰੀਆਂ ਚ ਉਹ ਵੀ ਇਸੇ ਕਰਕੇ ਬਾਹਰ ਉਥੋਂ ਨਿਕਲ ਕੇ ਆ ਰਹੇ ਆ ਕਿਉਂਕਿ ਉਹ ਜ਼ਮੀਨਾਂ ਹੁਣ ਉਹ ਗੱਲ ਨਹੀਂ ਰਹਿ ਗਈ ਉਹ ਇੱਕ ਦੂਜਾ ਕਿੰਨਾ ਜੀਣ ਦਾ ਢੰਗ ਨਹੀਂ ਰਹਿ ਗਿਆ ਅੱਜ ਸਭ ਤੋਂ ਜ਼ਿਆਦਾ ਖੁਦਕਸ਼ੀਆਂ ਉਹ ਜ਼ਮੀਨਾਂ ਵਾਲੇ ਕਰ ਰਹੇ ਆ ਉਸੇ ਬ੍ਰਾਹਮਣ ਦੀ ਚਾਲ ਚ ਹਾਲੇ ਵੀ ਅਸੀਂ ਫਸੇ ਹਾਂ ਸਾਡੇ ਭਰਾ ਦੂਜਾ ਕਹਿੰਦਾ ਅਸੀਂ ਆਪੋ ਵਿੱਚ ਹੀ ਲੜੀ ਜਾਂਦੇ ਵੀ ਮੈਂ ਇਹੋ ਜ਼ਮੀਨ ਜ਼ਿਆਦਾ ਆ ਮੇਰੇ ਕੋਲ ਜ਼ਮੀਨ ਹੈ ਨੀਗੀ ਠੀਕ ਆ ਨਹੀਂ ਵੰਡ ਸਹੀ ਹੋਈ ਹੋਣੀ ਚਾਹੀਦੀ ਸੀ ਪਰ ਅਸੀਂ ਕਦੀ ਜਾ ਕੇ ਬਾਣੀਏ ਦੀ ਦੁਕਾਨ ਤੋਂ ਉਸ ਬ੍ਰਾਹਮਣ ਦੀ ਦੁਕਾਨ ਚੋਂ ਹਿੱਸਾ ਨੀ ਮੰਗਿਆ ਕਦੀ ਇਹ ਨੀ ਕਿਹਾ ਵੀ ਮੈਨੂੰ ਵੀ ਵਪਾਰ ਬਰਾਬਰ ਦਾ ਖੋਲ ਕੇ ਦਿੱਤਾ ਜਾਵੇ ਮੇਰਾ ਹਿੱਸਾ ਵੀ ਇਸ ਵਪਾਰ ਚ ਬਣਦਾ ਅਸੀਂ ਇਹ ਉੱਥੇ ਆ ਕੇ ਆਪੋ ਵਿੱਚ ਜਿਹੜਾ ਉਹ ਸਾਨੂੰ ਬ੍ਰਾਹਮਣ ਜਿਹੜਾ ਸਾਨੂੰ ਲੜਾਉਣਾ ਚਾਹੁੰਦਾ ਆ ਉਹਦੀ ਚਾਲ ਦੇ ਵਿੱਚ ਆਪੋ ਵਿੱਚ ਹੀ ਲੜੀ ਜਾਂਦੇ ਆ ਹੁਣ ਜਿਹੜਾ ਉੱਥੇ ਦਾ ਜ਼ਿਮੀਦਾਰ ਆ ਉਹ ਵੀ ਉਹਨਾਂ ਦੀਆਂ ਜ਼ਮੀਨਾਂ ਖੁਸਦੀਆਂ ਜਾ ਰਹੀਆਂ ਉਹ ਵੀ ਦੂਜਾ ਕਿੰਨਾ ਉਹਨਾਂ ਦੀਆਂ ਜ਼ਮੀਨਾਂ ਵੀ ਬ੍ਰਾਹਮਣ ਹੀ ਦੱਬ ਰਿਹਾ ਹੈਗਾ ਆ ਲੋੜ ਆ ਪ੍ਰਸ਼ਾਸਨ ਨੂੰ ਬਦਲਣ ਦੀ ਉੱਥੇ ਜੇ ਉੱਥੇ ਜਿਹੜਾ ਪ੍ਰਸ਼ਾਸਕੀ ਢਾਂਚਾ ਬਦਲੂਗਾ ਉਹਦਾ ਇੱਕੋ ਇੱਕ ਹੱਲ ਆ ਖਾਲਿਸਤਾਨ ਆ ਮੇਰੇ ਇਹਨਾਂ ਵੀਰਾਂ ਨੂੰ ਬੇਨਤੀ ਆ ਆਓ ਰਲ ਕੇ ਆਪਾਂ ਹਮਲਾ ਮਾਰੀਏ ਖਾਲਿਸਤਾਨ ਸਿਰਜੀਏ ਜਿੱਥੇ ਗੁਰੂ ਸਾਹਿਬ ਦੇ ਸਿਧਾਂਤ ਲਾਗੂ ਹੋਣ ਜਿੱਥੇ ਜਾਤ ਪਾਤ ਖਤਮ ਹੋਵੇ ਜਦੋਂ ਜਾਤ ਪਾਤ ਹੀ ਨਾ ਰਹੀ ਤਾਂ ਫਿਰ ਆਪੇ ਸਭ ਕੁਛ ਠੀਕ ਹੋਣਾ ਜੇ ਕਿਸੇ ਕੋਲ ਜ਼ਮੀਨ ਹੈਗੀ ਜਾਂ ਨਹੀਂ ਹੈਗੀ ਇਹ ਐਡੀ ਕੋਈ ਵੱਡੀ ਗੱਲ ਨੀ ਰਹਿ ਗਈ ਜਿਹੜੇ ਵੱਡੇ ਸਰਮਾਏਦਾਰ ਆ ਬਿਲਕੁਲ ਉਹਨਾਂ ਦਾ ਐਡਵਾਂਟੇਜ ਹੋਊਗਾ ਜਿਹੜੇ ਛੋਟੇ ਜ਼ਿਮੀਦਾਰ ਆ ਉਹ ਕੋਈ ਦਲਿਤ ਭਰਾਵਾਂ ਤੋਂ ਵਾਲੇ ਕੋਈ ਸੁਖੀ ਨਹੀਂ ਹੈਗੇ ਪੰਜਾਬ ਦੇ ਵਿੱਚ ਤਾਂ ਜਿਹੜੇ ਘੱਟ ਜ਼ਮੀਨਾਂ ਵਾਲੇ ਛੋਟੇ ਜ਼ਿਮੀਦਾਰ ਨੇ ਭਾਵੇਂ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦੇ ਨੇ ਉਹ ਕੋਈ ਬਾਹਲੇ ਸੁਖੀ ਨਹੀਂ ਹੈ ਗੁਰਜੋਤ ਸਿੰਘ ਹੋਰੀ ਜੁੜੇ ਹੋਏ ਨੇ ਜੀ ਕੈਨੇਡਾ ਤੋਂ ਗੁਰਜੋਤ ਸਿੰਘ ਹੋਰਾਂ ਤੋਂ ਬਾਅਦ 86 ਨੰਬਰ ਹੈ ਜੀ ਇੱਕ ਉਹ ਵੀ ਤਿਆਰ ਰਹਿਣ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਪਹਿਲਾਂ ਗੁਰਜੋਤ ਸਿੰਘ ਨਾਲ ਗੱਲ ਕਰਦੇ ਆਪਾਂ ਹਾਂਜੀ ਗੁਰਜੋਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਦੇਖੋ ਵੀਰ ਜੀ ਮੈਂ ਇੱਕ ਗੱਲ ਇਹ ਬੇਨਤੀ ਉਹ ਕਰਨੀ ਆ ਇੱਕ ਉਦਾਹਰਨ ਦੇ ਨਾਲ ਹੀ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਦੀ ਜੋੜੀ ਸੀਗੀ ਜੀ ਕੀ ਬਾਤ ਹੈ ਜੀ ਬਹੁਤ ਵੱਡੀ ਗੱਲ ਕੀਤੀ ਹੈ ਅੱਜ ਤੱਕ ਇੱਕ
कदे नहीं कहा क्योंकि असीं प्यार करदे आ असीं दिलों आत्मा तो इन्हां रूहां नूं प्यार करदे आ असीं नहीं कदे देखिया। पर सरदार सुरेंद्र सिंह जी मैं ये भी अपने झोली च लैंदा भी असीं गुलाम होण करके असीं एक पाप कीता की कीता जो बिमल कौर खालसा ने शरीर छड्डिया ना जी ठीक है पोलिटिकल तौर ते कई बार क्योंकि जिहड़ा परिवारक तौर ते बंदा चलिया जांदा ना जी जरूरी नहीं हुंदा परिवार उहदे नाल रिलेटड होवे उसे पद चिन्हां ते चले है ना गुरु साहब दे बच्चियां दा भी आपां नूं सारा पता। पर मैं एक गल कहूंगा भी साडे मत्थे ते इक कलंक लग्गिया उह लग्गिया साडी गुलामी करके जदों बीबी बिमल कौर खालसा दा शरीर दा संस्कार करना सी ना उहदा भी रौला पाया। हुण आपां इह गल कर रहे सुरेंद्र सिंह जी तुहाडा बिलकुल सही आ इह गल कहना भी खालिस्तान तां ਤੁਸੀਂ ਮਾਨ ਸਾਹਿਬ ਦਾ ਵੀ ਨਾਂ ਲਿਆ ਮੈਂ ਤਾਂ ਕਰਕੇ ਜਵਾਬ ਦੇ ਰਿਹਾ ਵੀ ਹਰ ਇੱਕ ਬੰਦਾ ਚਾਹੂਗਾ ਵੀ ਇਹੋ ਜਿਹਾ ਕੀਲੇ ਕੀਲੇ ਚ ਖਾਲਿਸਤਾਨ ਬਣ ਜੂਗਾ ਨਹੀਂ ਦੇਖੋ ਜੀ ਖਾਲਿਸਤਾਨ ਦਾ ਲੀਡਰ ਹੋਊਗਾ ਜਿਹੜੇ ਬੰਦੇ ਦਾ ਜੀਵਨ ਹੋਊਗਾ ਆਪਦਾ ਜਿਹੜਾ ਬੰਦਾ ਆਹ ਚੀਜ਼ਾਂ ਜਿਹੜੀਆਂ ਤੁਸੀਂ ਗੱਲ ਕਰ ਰਹੇ ਹੋ ਨਾ ਜੀ ਇਹਨਾਂ ਤੋਂ ਦੂਰ ਹੋਊਗਾ ਉਹਨਾਂ ਚਿਰ ਖਾਲਿਸਤਾਨ ਬਣਨਾ ਹੀ ਨੀਗਾ ਤੁਸੀਂ ਅੱਜ ਦੇਖ ਲਓ ਮੈਨੂੰ ਇਸ ਗੱਲ ਦਾ ਮਾਣ ਆ ਸੀ ਮਾਨ ਸਾਹਿਬ ਦੇ ਨੇੜੇ ਬਹਿ ਕੇ ਦੇਖਿਆ ਕੱਲੀ ਉਹ ਇੱਕ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜੀ ਜਿਹੜੀ ਬਰਾਬਰ ਦੀ ਮੈਂ ਕਹੂੰ ਇਹਨਾਂ ਦੇ ਧਿਰ ਬਰਾਬਰ ਦੀ ਆ ਉਹਦੇ ਵਿੱਚ ਕੋਈ ਜੀ ਇਹਨਾਂ ਨੇ ਅਸੀਂ ਦਲਿਤ ਵਿੰਗ ਨਹੀਂ ਬਣਾਇਆ ਹੋਇਆ ਬਹੁਤ ਕਿਹਾ ਗਿਆ ਮਾਨ ਸਾਹਿਬ ਨੂੰ ਮਾਨ ਸਾਹਿਬ ਕਹਿੰਦੇ ਬਿਲਕੁਲ ਨਹੀਂ ਇਹ ਕੰਮ ਨਹੀਂ ਹੋਣਾ ਇਸ ਕਰਕੇ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਬਿਲਕੁਲ ਅਸੀਂ ਗੁਲਾਮੀ ਕਰਕੇ ਹੀ ਸਾਡੇ ਸਿੱਖਾਂ ਦੇ ਵਿੱਚ ਵੀ ਜਾਂ ਗੁਰੂ ਘਰਾਂ ਦੇ ਵਿੱਚ ਜਿਵੇਂ ਭਾਈ ਸਾਹਿਬ ਨੇ ਗੱਲ ਕੀਤੀ ਆ ਸਾਡਾ ਫਰਕ ਪਾਇਆ ਜਾ ਰਿਹਾ ਪਰ ਜਿੱਦਣ ਗੁਲਾਮੀ ਚੱਕੀ ਗਈ ਜਿਵੇਂ ਤੁਸੀਂ ਗੱਲ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਦੀ ਉਦਾਹਰਨਾਂ ਨੇ ਸਾਡੇ ਕੋਲ ਮੈਂ ਕਹੂੰਗਾ ਜਿੱਦਣ ਰਾਜ ਆਉਣਾ ਹੀ ਦਲਤਾਂ ਕਰਕੇ ਆ ਮੈਂ ਵੀ ਦਲਤਾਂ ਦਲਤ ਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹੀ ਆ ਮੈਂ ਈਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਬਿਲਕੁਲ ਤਰਨ ਤਾਰਨ ਦੀ ਰੈਲੀ ਦੇ ਉੱਤੇ ਸੁਰਿੰਦਰ ਸਿੰਘ ਜੀ ਦੋ ਐਲਾਨ ਕੀਤੇ ਸੀ ਯੂਟਿਊਬ ਤੇ ਵੀਡੀਓ ਪਈ ਆ ਇੱਕ ਤਾਂ ਕਿਸਾਨਾਂ ਦਾ ਕਰਜ਼ਾ ਮਾਫ ਮਾਨ ਸਾਹਿਬ ਨੇ ਤੇ ਦੂਜਾ ਕਿਹਾ ਸੀਗਾ ਜਦੋਂ ਉਹ ਖਾਲਿਸਤਾਨ ਬਣ ਗਿਆ ਅਸੀਂ ਜਿਹੜੀ ਜ਼ਮੀਨ ਆ ਬਰਾਬਰ ਕਰ ਦੇਣੀ ਆ ਜੇ ਕਿਸੇ ਕੋਲ ਹਾਂ ਠੀਕ ਆ ਸਾਨੂੰ ਡਰ ਸੀਗਾ ਵੀ ਜਿਹੜੇ ਤਾਕੜੇ ਸਿੱਖ ਨੇ ਨਾ ਤਾਕੜੇ ਮੋਟੇ ਹੋ ਗਏ ਪੈਸੇ ਪੂਸੇ ਬਣਾ ਕੇ ਬਾਦਲ ਵਰਗੇ ਉਹ ਤਾਂ ਸਾਡੇ ਪਹਿਲੇ ਖਿਲਾਫ ਆ ਪਰ ਖਾਲਿਸਤਾਨ ਬਣੇ ਤੋਂ ਬਾਅਦ ਸਾਡੇ ਦਲਤਾਂ ਦੇ ਵਿੱਚ ਜਿਹਨਾਂ ਕੋਲ ਜ਼ਮੀਨਾਂ ਨੀ ਸਾਡੇ ਕੋਲ ਸਾਰਿਆਂ ਕੋਲ ਅਸੀਂ ਦਲਤ ਹੀ ਆ ਸਾਡੇ ਸਾਰਿਆਂ ਚ ਵੰਡੀਆਂ ਜਾਣੀਆਂ ਨੇ ਜੀ ਜ਼ਮੀਨਾਂ ਉਹ ਖਾਲਿਸਤਾਨ ਹੋਣਾ ਸਾਡਾ ਇੰਨੀਆਂ ਬੇਨਤੀਆਂ ਕਰਦਾ ਜੀ ਮੈਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਗੁਰਿੰਦਰ ਜੀ ਆਪਣੇ ਜਿਹੜੇ ਦਲਿਤ ਭਰਾ ਨੇ ਉਹਨਾਂ ਨੂੰ ਤੁਸੀਂ ਸੁਨੇਹਾ ਪਹੁੰਚਾ ਦਿਓ ਹੁਣ ਇਹ ਤੁਹਾਡੀ ਡਿਊਟੀ ਹੈ ਠੀਕ ਹੈ ਨਾ ਤੇ ਸਾਡੇ ਨਾਲ ਹਾਂਜੀ ਹਾਂ 8686 ਨੰਬਰ ਜੁੜਿਆ ਜੀ 8686 ਜੀ ਹੈਲੋ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਹਾਂਜੀ ਹਾਂਜੀ ਆਪਣੇ ਪਹਿਲਾਂ ਵੀ ਇੱਕ ਦੋ ਕਾਲਰ ਨੇ ਗੱਲ ਕੀਤੀ ਸੀ ਜਿੱਦਾਂ ਕੁਲਜੀਤ ਵੀਰ ਵੀ ਗੱਲ ਕਰਕੇ ਗਏ ਸੀਗੇ ਤੇ ਇੱਕ ਹੋਰ ਕਾਲਰ ਨੇ ਵੀ ਗੱਲ ਕੀਤੀ ਸੀਗੀ ਕਿਉਂਕਿ ਆਪਾਂ ਵੀ ਜਦੋਂ ਇੱਥੇ ਵਿਚਰਦੇ ਆ ਆਪਾਂ ਨੂੰ ਬਹੁਤ ਸਾਰੇ ਵੀਰ ਏਦਾਂ ਦੇ ਮਿਲਦੇ ਆ ਜਿਹੜੇ ਬਾਬਾ ਸਾਹਿਬ ਅੰਬੇਡਕਰ ਦੇ ਸੰਘਰਸ਼ ਦੇ ਨਾਲ ਜੁੜੇ ਹੋਏ ਆ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਿਚਾਰ ਚਰਚਾ ਕਰਦੇ ਆ ਤਾਂ ਉਹ ਇੱਕ ਗੱਲ ਤੇ ਹੁੰਦੇ ਆ ਕਿ ਖਾਲਿਸਤਾਨ ਦੀ ਜਾਂ ਜਦੋਂ ਆਪਾਂ ਖਾਲਸਾ ਰਾਜ ਦੀ ਗੱਲ ਕਰਦੇ ਆ ਉਹ ਕਹਿੰਦੇ ਆ ਵੀ ਜਿਹੜਾ ਭਾਰਤ ਆ ਇਹ ਭਾਰਤ ਆ ਜਿਹੜਾ ਸਾਡਾ ਸੀਗਾ ਜਿਹੜੇ ਆਪਾਂ ਸਾਰੇ 85% ਲੋਕ ਆ ਸਾਡਾ ਸੀਗਾ ਵੀ ਅਸੀਂ ਸਾਰਾ ਭਾਰਤ ਆਜ਼ਾਦ ਕਰਾਉਣਾ ਅਸੀਂ ਛੱਡ ਕੇ ਨਹੀਂ ਜਾਣਾ ਤੇ ਅਸੀਂ ਬਾਹਮਣ ਨੂੰ ਇੱਥੋਂ ਕੱਢਣਾ ਪਰ ਦੂਜੇ ਬੰਨੇ ਜਦੋਂ ਧਰਮ ਦੀ ਗੱਲ ਆਉਂਦੀ ਆ ਜਿਹੜਾ ਧਰਮ ਸੀਗਾ ਗੁਰੂ ਨਾਨਕ ਦੇਵ ਦਾ ਧਰਮ ਸੀਗਾ ਜਿਹੜਾ ਚਲਾਇਆ ਗੁਰੂ ਨਾਨਕ ਦੇਵ ਨੇ ਕਿਹਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਹਨਾ ਤੇ ਜਦੋਂ ਉਸ ਦੀ ਗੱਲ ਆਉਂਦੀ ਆ ਤਾਂ ਉਸ ਤੇ ਫਿਰ ਜਿਹੜੇ ਆਪਣੇ ਦਲਿਤ ਵੀਰ ਆ ਜਿਹੜੇ ਆਪਾਂ ਕਹਿੰਦੇ ਆ ਵੀ ਇਹ ਅੱਡੋ ਅੱਡ ਜਿਹੜੇ ਆਪਾਂ ਧਰਮ ਚਲਾ ਲੈਂਦੇ ਅੱਗੇ ਕਿ ਨਹੀਂ ਆਪਾਂ ਇਸ ਭਗਤ ਨੂੰ ਮੰਨਣ ਵਾਲੇ ਆ ਸਾਡਾ ਅੱਡ ਆ ਮੰਨਦੇ ਆ ਕਿ ਬਹੁਤ ਸਾਰੇ ਵਿੱਚ ਜਿਹੜੇ ਲੋਕੀ ਜਿਹੜੇ ਹੈਗੇ ਆ ਸਿੱਖ ਧਰਮ ਨੂੰ ਫੋਲੋ ਨਹੀਂ ਕਰਦੇ ਗੁਰਦੁਆਰਿਆਂ ਦੇ ਵਿੱਚ ਧੱਕੇ ਹੁੰਦੇ ਆ ਜਾਂ ਬਹੁਤ ਸਾਰੀਆਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਜਾਤ ਪਾਤ ਦੇ ਤੌਰ ਤੇ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਹੀਂ ਪਰ ਉੱਥੇ ਵੀ ਆਪਾਂ ਨੂੰ ਸਟੈਂਡ ਉਹੀ ਰੱਖਣਾ ਚਾਹੀਦਾ ਕਿ ਹਾਂ ਇਹ ਸਾਡਾ ਧਰਮ ਸੀਗਾ ਸਾਡੇ ਵਾਸਤੇ ਗੁਰੂ ਨੇ ਥਾਪਿਆ ਸੀਗਾ ਤੇ ਅਸੀਂ ਇਸ ਧਰਮ ਦੇ ਵਿੱਚ ਰਹਿ ਕੇ ਜਿਹੜੀਆਂ ਇਹਦੇ ਧਰਮ ਦੇ ਵਿੱਚ ਜਾਤੀਆਂ ਹੋ ਰਹੀਆਂ ਉਹਨੂੰ ਦੂਰ ਕਰਨਾ ਨਾ ਕਿ ਆਪਾਂ ਵੱਖੋ ਵੱਖ ਆਪਣੇ ਗ੍ਰੰਥ ਬਣਾ ਕੇ ਜਾਂ ਵੱਖੋ ਵੱਖ ਆਪਾਂ ਜਿਹੜੇ ਆਪਣੇ ਭਗਤ ਸੀਗੇ ਉਹਨਾਂ ਨੂੰ ਵੰਡ ਕੇ ਆਪਾਂ ਅੱਡੋ ਅੱਡ ਤੁਰ ਪਈਏ ਇਹ ਚੀਜ਼ ਮੈਂ ਜ਼ਰੂਰ ਬੇਨਤੀ ਕਰਨੀ ਚਾਹੂੰਗਾ ਕਿ ਆਪਣੇ ਭਾਈ ਸਾਹਿਬ ਜਿਹੜੇ ਆਏ ਆ ਵੀ ਨਾਲ ਦੀ ਨਾਲ ਆਪਾਂ ਇਸ ਚੀਜ਼ ਤੇ ਜ਼ਰੂਰ ਗੌਰ ਕਰੀਏ ਕਿਉਂਕਿ ਜਿਹੜੇ ਬਾਹਮਣ ਆ ਉਹ ਆਪਾਂ ਨੂੰ ਇਸੇ ਤਰ੍ਹਾਂ ਵੰਡਣਾ ਹੀ ਚਾਹੁੰਦਾ ਕਿ ਸਾਰਿਆਂ ਨੂੰ ਅੱਡੋ ਅੱਡ ਵੰਡ ਦਿੱਤਾ ਜਾਵੇ ਤੇ ਸਾਰੇ ਅੱਡੋ ਅੱਡ ਹੋ ਕੇ ਆਪਣੇ ਟੁੱਟ ਜਾਣ ਤੇ ਮੇਰਾ ਮੁਕਾਬਲਾ ਨਾ ਕਰ ਸਕਣ ਤੇ ਜੇ ਆਪਾਂ ਉਹੀ ਕੰਮ ਕਰੀ ਗਏ ਤੇ ਫਿਰ ਆਪਾਂ ਬਾਹਮਣ ਦਾ ਮੁਕਾਬਲਾ ਕਹਿਣ ਨੂੰ ਤਾਂ
ਜਿੰਨੇ ਸਾਰੇ ਆਪਣੇ ਹੈਗੇ ਆ, ਚਾਹੇ ਭਾਈ ਸਾਹਿਬ ਜਿੱਦਾਂ ਕਹਿ ਰਹੇ ਆ ਜੱਟ ਆ ਜਾਂ ਕੁਛ ਵੀ ਆ, ਹੈ ਤਾਂ ਸਾਰੇ ਸ਼ੁੱਧਰ ਹੀ ਆਉਂਦੇ ਉਸ ਹਿਸਾਬ ਦੇ ਸਿਸਟਮ ਦੇ ਹਿਸਾਬ ਨਾਲ ਆਪਾਂ ਦੇਖੀਏ ਤਾਂ। ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਹੈ, ਨਾ ਕਿ ਆਪਾਂ ਨੂੰ ਵੱਖੋ ਵੱਖ ਹੋ ਕੇ ਹੋਣਾ ਚਾਹੀਦਾ ਵੀ ਹਾਂ ਵੀ ਅਸੀਂ ਇਸ ਭਗਤ ਨੂੰ ਮੰਨਦੇ ਹਾਂ ਤੇ ਸਾਡਾ ਧਰਮ ਅੱਡਾ ਤੇ ਜਾਂ ਅਸੀਂ ਇਹਨਾਂ ਤੋਂ ਵੱਖਰੇ ਹਾਂ। ਇੰਨੀ ਕੁ ਮੈਂ ਬੇਨਤੀ ਕਰਨੀ ਚਾਹੁੰਦਾ ਸੀ। ਹਾਂਜੀ ਜੀ ਜੀ, ਬਹੁਤ ਤੁਹਾਡਾ ਧੰਨਵਾਦ ਜੀ, ਤੁਸੀਂ ਜੁੜੇ ਸਾਡੇ ਨਾਲ, ਕੀਮਤੀ ਸਮਾਂ ਕੱਢਿਆ, ਸਾਨੂੰ ਝੱਲਦੇ ਵੀ ਹੋ ਸੁਣਦੇ ਵੀ ਹੋ, ਬਹੁਤ ਧੰਨਵਾਦ ਤੁਹਾਡਾ, ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ, ਧੰਨਵਾਦ ਜੀ। ਸੋ ਗੁਰਿੰਦਰ ਜੀ, ਜਿਹੜੀ ਗੱਲ ਹੈ ਮਤਲਬ ਉਹ ਕੁੱਲ ਮਿਲਾ ਕੇ ਜਦੋਂ ਘੁੰਮ ਘੁਮਾ ਕੇ ਆਉਂਦੀ ਹੈ, ਅਸੀਂ ਵਿਚਾਰ ਚਰਚਾ ਵੀ ਕਰਦੇ ਹਾਂ, ਉਹਦਾ ਕਨਕਲੂਜਨ ਹੈ ਜਿਹੜਾ ਤੋੜ ਹੈ ਉਹ ਇਹੋ ਨਿਕਲਦਾ ਕਿ ਜਿਹੜੀ ਬ੍ਰਾਹਮਣ ਦੀ ਸਕੀਮ ਹੈ ਉਹ ਲਾਗੂ ਹੋ ਰਹੀ ਹੈ ਤੇ ਉਹ ਆਪਣੇ ਤਰੀਕੇ ਦੇ ਨਾਲ ਹੌਲੀ 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 ਵਰਕ ਕਰ ਰਹੀ ਹੈ ਤੇ ਉਸ ਤੋਂ ਛੁਟਕਾਰਾ ਵੀ ਉਸੇ ਤਰੀਕੇ ਨਾਲ ਪਾਇਆ ਜਾ ਸਕਦਾ ਜਿਵੇਂ ਉਹ ਕੰਮ ਕਰ ਰਿਹਾ। ਤੇ ਇਹ ਛੁਟਕਾਰਾ ਪਾਉਣ ਦੇ ਲਈ ਫੌਰੀ ਤੌਰ ਦੇ ਉੱਤੇ ਜਿਹੜਾ ਪਹਿਲਾ ਕਦਮ ਹੋਏਗਾ ਉਹ ਕਿਵੇਂ ਹੋਏਗਾ, ਕਿਵੇਂ ਹੋ ਸਕਦਾ, ਪਹਿਲੀ ਗੱਲ ਕਿਹੜੀ ਕਰਨੀ ਚਾਹੀਦੀ ਹੈ ਸਾਨੂੰ? ਮੈਨੂੰ ਲੱਗਦਾ ਕਿ ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਇਹਦਾ ਸਿੱਧੀ ਤੁਸੀਂ ਇੱਕ ਤਰ੍ਹਾਂ ਦੇ ਨਾਲ ਇਹ ਪੁੱਛ ਰਹੇ ਕਿ ਅਸੀਂ ਇਕੱਠੇ ਹੋ ਕੇ ਲੜੀਏ ਕਿਵੇਂ, ਇਕੱਠੇ ਕਿਵੇਂ ਹੋਈਏ ਐਕਚੁਅਲੀ। ਮੈਂ ਦਰਅਸਲ ਜਿਹੜੇ ਸਾਡੇ ਹੁਣੇ ਸਰੋਤੇ ਜਿਹਨਾਂ ਨੇ ਫੋਨ ਕੀਤਾ, ਮੈਂ ਬਹੁਤ ਧੰਨਵਾਦ ਕਰਦਾ ਪਹਿਲਾਂ ਤਾਂ ਉਹਨਾਂ ਦਾ ਕਿ ਉਹਨਾਂ ਨੇ ਇੰਨੀ ਬੇਵਾਕੀ ਦੇ ਨਾਲ ਤੇ ਇੰਨੀ ਕਲੈਰਿਟੀ ਦੇ ਨਾਲ ਗੱਲ ਕੀਤੀ। ਮੈਂ ਕੁਛ ਐਡ ਕਰਨਾ ਚਾਹੁੰਦਾ, ਉਹ ਐਡ ਇਹ ਹੈ ਕਿ ਭਾਰਤ ਜਿਹੜਾ ਹੈਗਾ ਇਹ ਜਿਹੜਾ ਖਿੱਤਾ ਹੈਗਾ ਇਹ ਕੁੱਲ ਮਿਲਾ ਕੇ ਜਿਹਨੂੰ ਅਸੀਂ ਭਾਰਤ ਕਹਿੰਦੇ ਹਾਂ, ਇਹ ਟੋਟਲ ਜਿਹੜਾ ਹੈ ਜੀ ਕਾਸਟ ਜਿਹੜੀ ਹੈ ਇਹਦੀ ਬੇਸਿਕ ਰਿਐਲਿਟੀ ਹੈ। ਅਸੀਂ ਟੋਲਿਆਂ ਚ ਵੰਡੇ ਹੋਏ ਲੋਕ ਹਾਂ। ਇੱਕ ਜਗ੍ਹਾ ਤੁਸੀਂ ਯੂਪੀ ਬਿਹਾਰ ਚ ਚਲੇ ਜਾਓ, ਬਿਹਾਰ ਚ ਟੋਲੇ ਦੇ ਛੋਟੇ ਛੋਟੇ 15-20 ਘਰਾਂ ਦੇ, ਇੱਕ ਟੋਲੇ ਦਾ ਦੂਸਰੇ ਟੋਲੇ ਦੇ ਨਾਲ ਜਿਹੜਾ ਹੈਗਾ ਕੋਈ ਮਿੱਤਰਤਾ ਸਾਂਝ ਜਿਹੜੀ ਹੈਗੀ ਹੈ ਬ੍ਰਾਹਮਣ ਨੇ ਪੈਦਾ ਨਹੀਂ ਹੋਣ ਦਿੱਤੀ ਹੈ। ਇਹ ਭਾਰਤ ਦੇ ਵਿੱਚ ਹਰ ਇੱਕ ਜਿਹੜੀ 6,500 ਜਾਤਾਂ ਨੇ ਜਿਹਨਾਂ ਦਾ ਭਾਈ ਸਾਹਿਬ ਦੇ ਜ਼ਿਕਰ ਵੀ ਕੀਤਾ, ਉਹ ਦੇ ਵਿੱਚ ਇੱਕ ਗੱਲ ਇਹ ਹੈ ਕਿ ਨਾ ਆਪਣੇ ਤੋਂ ਹੇਠਾਂ ਦੇ ਜਿਹੜੇ ਲੋਕ ਨੇ, ਜਿਹੜੇ ਮੇਰੇ ਤੋਂ ਜਿਹੜੀ ਕੋਈ ਜਾਤ ਹੇਠਾਂ ਹੈ, ਠੀਕ ਹੈ, ਸਬ ਕਾਸਟ ਦੇ ਵਿੱਚ ਉਹਨੂੰ ਦਬਾਉਣ ਚ ਮੈਨੂੰ ਮਜ਼ਾ ਆਉਂਦਾ ਤੇ ਉੱਪਰ ਵਾਲਿਆਂ ਨੂੰ ਉੱਪਰ ਵਾਲੇ ਦੀ ਮੈਂ ਚੱਕਰੀ ਕਰਦਾ, ਠੀਕ ਹੈ। ਇਹ ਇੱਕ ਜਿਹੜੀ ਸਮੱਸਿਆ ਕਿ ਇੱਕ ਮੈਨੂੰ ਮਾਣ ਇਸ ਗੱਲ ਦਾ ਕਿ ਮੈਂ ਕਿਸੇ ਤੋਂ ਉੱਤੇ ਹਾਂ, ਤੇ ਝੋਰਾ ਮੈਨੂੰ ਇਸ ਗੱਲ ਦਾ ਜਾਂ ਮੈਨੂੰ ਧੁੜਕੂ ਇਸ ਗੱਲ ਦਾ ਕਿ ਜਿਹੜਾ ਮੇਰਾ ਉੱਪਰ ਬੈਠਾ ਮੈਨੂੰ ਨੁਕਸਾਨ ਨਾ ਪਹੁੰਚਾਏ, ਤੇ ਮੈਂ ਕਿਵੇਂ ਅਪਵਰਡ ਮੋਬਿਲਿਟੀ ਕਰਨਾ, ਮੈਂ ਕਿਵੇਂ ਆਪਣੇ ਆਪ ਨੂੰ ਉੱਚਾ ਚੱਕ ਲਾ, ਠੀਕ ਹੈ। ਇਹ ਜਿਹੜੀ ਇੱਕ ਬੜੀ ਵੱਡੀ ਸੰਘਰਸ਼ ਦੀ ਗੱਲ ਹੈ ਕਿ ਹੁਣ ਇਹ ਕਲੈਰਿਟੀ ਕਿਵੇਂ ਆਊਗੀ ਕਿ ਮੰਨ ਲਓ ਜਿਹੜਾ ਕਈ ਜਿਵੇਂ ਜੇਕਰ ਜੱਟ ਨੂੰ ਹੀ ਲੈ ਲਿਆ ਜਾਏ, ਜਦੋਂ ਜ਼ਮੀਨਾਂ ਨਹੀਂ ਸੀਗੀਆਂ ਤਾਂ ਉਦੋਂ ਇਹਨਾਂ ਦੀ ਹਾਲਤ ਜਿਹੜੀ ਸੀਗੀ ਕੋਈ ਸੁਖਾਲੀ ਨਹੀਂ ਸੀਗੀ, ਬਹੁਤ ਜ਼ਿਆਦਾ ਮੁਸ਼ਕਿਲ ਵਾਲੀ ਹਾਲਾਤ ਦੇ ਵਿੱਚੋਂ ਜੱਟ ਭਰਾ ਜਿਹੜੇ ਹੈਗੇ ਨੇ, ਜੱਟ ਕੌਮ ਜਿਹੜੀ ਹੈ ਉਹ ਲੰਘੀ ਹੈ। ਜ਼ਮੀਨਾਂ ਆਉਣ ਤੋਂ ਬਾਅਦ ਹੀ ਇਹ ਸਾਰੇ ਦਾ ਸਾਰਾ ਜਿਹੜਾ ਵਿਕਾਸ ਹੋਇਆ। ਦਲਿਤ ਦੇ ਹਿੱਸੇ ਹਲੇ ਪਹਿਲੀ ਜਨਰੇਸ਼ਨ ਜਿਹੜੀ ਹੈਗੀ ਹੈ ਪੜ੍ਹੀ ਲਿਖੀ ਆਈ ਹੈ, ਜਾਂ ਕਈਆਂ ਦੇ ਵਿੱਚ ਤਾਂ ਉਹ ਵੀ ਨਹੀਂ, ਬਹੁਤ ਵੱਡੇ ਖਿੱਤੇ ਚ ਉਹ ਵੀ ਨਹੀਂ ਹੈ, ਪਹਿਲੀ ਜਨਰੇਸ਼ਨ ਵੀ ਹਲੇ ਪੜ੍ਹੀ ਲਿਖੀ ਨਹੀਂ ਹੈ, 5ਵੀਂ 6ਵੀਂ ਦੇ ਵਿੱਚ ਡਰੋਪ ਆਊਟ ਹੋ ਜਾਂਦਾ। ਇੱਕ ਜੱਟ ਜਿਹਦੀ 2-3 ਜਨਰੇਸ਼ਨ ਆ ਗਈਆਂ ਤੇ ਉਹਦੇ ਕਲਚਰਲ ਕੈਪੀਟਲ ਜਿਹੜਾ ਹੁੰਦਾ, ਜਿਹੜੀ ਪੂੰਜੀ ਹੁੰਦੀ ਹੈ ਇਹ ਸਭਿਆਚਾਰਕ ਪੂੰਜੀ, ਉਹਦੇ ਚ ਪਾੜਾ ਬੜਾ ਵੱਡਾ ਹੋ ਜਾਂਦਾ। ਤੇ ਇੱਕ ਚਮਾਰ ਜੇਕਰ ਪਹਿਲੀ ਜਨਰੇਸ਼ਨ ਦਾ ਹੁਣ ਪੜ੍ਹਿਆ ਲਿਖਿਆ ਤੇ ਇੱਕ ਜਿਹੜਾ ਜੱਟ ਹੈਗਾ ਜਿਹੜਾ 3 ਜਨਰੇਸ਼ਨ ਜਾਂ 2 ਜਨਰੇਸ਼ਨ ਦਾ ਪੜ੍ਹਿਆ ਲਿਖਿਆ, ਉਹਦੀ ਪੂੰਜੀ ਦੇ ਵਿੱਚ ਜਿਹੜਾ ਫਰਕ ਆ ਜਾਂਦਾ। ਇਹ ਰੈਜ਼ਰਵੇਸ਼ਨ ਦਾ ਜਿਹੜਾ ਸਿਧਾਂਤ ਵੀ ਕੋਟਾ ਜਿਹਨੂੰ ਕਹਿੰਦੇ, ਕੋਟਾ ਸਿਸਟਮ ਰੈਜ਼ਰਵੇਸ਼ਨ ਜਿਹੜਾ ਹੈਗਾ, ਇਹ ਇਸ ਦੀ ਵੀ ਸੰਕਲਪਨਾ ਜਿਹੜੀ ਹੈਗੀ ਹੈ ਇਹ ਉੱਥੋਂ ਹੀ ਨਿਕਲਦੀ ਹੈ। ਇਹਨੂੰ ਕਹਿੰਦੇ ਆ ਇਕੁਇਟੀ। ਇਕੁਇਟੀ ਦਾ ਮਤਲਬ ਹੈ ਸਮਤਾ, ਜਿਹਦੇ ਚ ਸਮਾਨਤਾ ਤੇ ਸਮਤਾ ਚ ਇਹੀ ਫਰਕ ਹੁੰਦਾ ਕਿ ਸਮਾਨਤਾ ਇਹ ਹੈ ਕਿ ਹਰ ਇੱਕ ਨੂੰ, ਜੇਕਰ ਮੈਂ ਕਹਾਂ ਰਫ਼ ਭਾਸ਼ਾ ਦੇ ਵਿੱਚ, ਹਰ ਇੱਕ ਨੂੰ ਜੁੱਤੇ ਦੇਣੇ, ਠੀਕ ਹੈ, ਚੱਪਲਾਂ ਦੇ ਦੇਣੀਆਂ। ਸਮਤਾ ਇਸ ਨੂੰ ਕਹਿੰਦੇ ਆ ਕਿ ਹਰ ਇੱਕ ਨੂੰ ਉਸਦੇ ਨਾਪ ਦੀ ਚੱਪਲ ਦੇਈਏ, ਠੀਕ ਹੈ। ਤੇ ਇੱਥੇ ਸਮਤਾ ਦੀ ਜ਼ਰੂਰਤ ਹੈ। ਇੱਥੇ ਇੱਕ ਇਨਸਾਨ ਨੂੰ ਜਿਹਦੇ ਕੋਲ ਜ਼ਮੀਨ ਨਹੀਂ ਹੈ, ਹੁਣ ਕੋਈ ਕਹਿ ਸਕਦਾ ਕਿ ਜ਼ਮੀਨਾਂ ਤਾਂ ਅੱਜ ਕੱਲ੍ਹ ਬੰਜਰ ਹੋ ਗਿਆ, ਪਟਿਆਲੇ ਤੋਂ ਲੈ ਕੇ ਬਠਿੰਡੇ ਵਾਲੀ ਬੈਲਟ ਚ ਤਾਂ ਪਾਣੀ ਨਹੀਂ ਰਿਹਾ, ਤਾਂ ਉਹ ਗੱਲ ਤਾਂ ਇਹ ਹੈ ਕਿ ਉਹ ਠੀਕ ਹੈ ਕਿ ਉਹਦਾ ਉਹਨਾਂ ਨੂੰ ਜ਼ਮੀਨ ਜਿਹੜੀ ਹੈ ਉਹਨਾਂ ਕੋਲ ਉਹ ਬਹੁਤ ਜ਼ਿਆਦਾ ਲਾਭ ਨਹੀਂ ਦੇ ਰਹੀ, ਲੇਕਿਨ ਦਲਿਤ ਕੋਲ ਤਾਂ ਉਹ ਵੀ ਨਹੀਂ ਸੀ, ਜਿਹਦੇ ਕਰਕੇ ਉਹ ਸੋਚ ਸਕਦਾ ਸੀਗਾ ਕਿ ਸ਼ਾਇਦ ਮੇਰਾ ਕੁਛ ਹੁੰਦਾ। ਤੇ ਉਹਨਾਂ ਦੀ ਜ਼ਮੀਨ ਤਾਂ ਕਿਸੇ ਸਰਕਾਰੀ ਉਹਦੇ ਚ ਨਹੀਂ ਆਈ, ਇਕਨੋਮਿਕ ਜ਼ੋਨ ਚ ਨਹੀਂ ਆਈ ਜਿੱਥੇ ਉਹ ਕਰੋੜਾਂ ਰੁਪਈਏ ਕਮਾ ਸਕਦੇ ਸੀਗੇ। ਮਾਮਲਾ ਇਸੇ ਗੱਲ ਚੋਂ ਮੈਂ ਗੱਲ ਕਰਦਾ ਗੁਰਿੰਦਰ ਸਿੰਘ, ਬਿਲਕੁਲ ਤੁਹਾਡੀ ਗੱਲ ਸਹੀ ਹੈ। ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਦਾ ਐਲਾਨ ਕੀਤਾ ਹੋਇਆ ਦਲਿਤਾਂ ਵਾਸਤੇ,
ਰਿਜ਼ਰਵੇਸ਼ਨ ਵੀ ਹੈ, ਨੌਕਰੀਆਂ ਦੇ ਵਿੱਚ ਕੋਟਾ ਵੀ ਹੈ, ਸਾਰਾ ਕੁਛ ਹੈ। ਤੇ ਭਾਵੇਂ ਉਹ ਰਾਸ਼ਨ ਲੈਣਾ ਜਾਂ ਦੇਣਾ ਜਾਂ ਕਿਤੇ ਹੋਰ ਵੀ ਕਾਫੀ ਜਿਹੜੀਆਂ ਹੈ ਨੇ ਉਹ ਇਸ ਤਰ੍ਹਾਂ ਦੇ ਐਲਾਨ ਕੀਤੇ ਹੋਏ ਨੇ। ਮੈਂ ਉਹਨਾਂ ਨੂੰ ਸਮਝਦਾ, ਮੈਂ ਬਾਅਦ ਦੇ ਵਿੱਚ ਗੱਲ ਕਰਾਂਗਾ, ਦੇਖਦੇ ਹਾਂ ਤੁਸੀਂ ਕੀ ਕਹਿੰਦੇ, ਤੁਹਾਡਾ ਕੀ ਜਵਾਬ ਹੈ ਇਸ ਦੇ ਬਾਰੇ। ਇਹ ਜਿਹੜੀ ਸਕੀਮਾਂ ਜਿਹੜੀਆਂ ਹੈਗੀਆਂ ਨੇ ਉਹ ਸਿਰਫ ਦਿਖਾਉਣ ਲਈ ਹੁੰਦੀਆਂ ਨੇ, ਉਹਦੇ ਚ ਇੱਕ ਮੈਨੂੰ ਲੱਗਦਾ ਇਸ ਪ੍ਰੋਗਰਾਮ ਦਾ ਸਮੇਟਣਾ ਔਖਾ ਹੋਏਗਾ। ਲੇਕਿਨ ਮੋਟੇ ਜਿਹੇ ਤੌਰ ਤੇ ਮੈਂ ਇਹ ਕਹਿੰਦਾ ਕਿ ਰਾਸ਼ਨ ਦਾ ਪੂਰੀ ਵਿਵਸਥਾ ਜਿਹੜੀ ਆ ਉਹ ਬਾਣੀ ਦੇ ਹੱਥ ਚ ਹੈ, ਠੀਕ ਹੈ। ਸਾਨੂੰ ਪਤਾ ਕਿ ਮਿੱਟੀ ਦਾ ਤੇਲ ਕਿਵੇਂ ਕਿਵੇਂ ਉਹਦੀ ਸਪਲਾਈ ਹੁੰਦੀ ਸੀ ਤੇ ਕਿਵੇਂ ਲੋਕਾਂ ਨੂੰ ਮਿਲਦਾ ਨੀ ਸੀਗਾ, ਲੋਕੀ ਰੋਜ਼ ਲਾਈਨਾਂ ਲਾ ਕੇ ਖੜੇ ਰਹਿੰਦੇ ਸੀਗੇ। ਜਿੱਥੇ ਨੌਕਰੀਆਂ ਦੇ ਵਿੱਚ ਜਿਹੜੀ ਭਰਤੀ ਹੈ ਜਾਂ ਹੋਰ ਹੈ ਉਹ ਹਰ ਤਰੀਕੇ ਦੇ ਨਾਲ ਉਸਨੂੰ ਦਲਿਤ ਤੋਂ ਜਿਹੜਾ ਹੈ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਦੱਸ ਹੀ ਚੁੱਕਿਆ ਕਿ ਜਿਹੜੀ ਸਕਾਲਰਸ਼ਿਪ ਜਿਹੜੀ ਪੜ੍ਹਾਈ ਨੂੰ ਅੱਗੇ ਤੋਰਨ ਲਈ ਮਿਲਦੀ ਹੈ ਉਹ ਤਾਂ ਬੱਚਿਆਂ ਨੂੰ ਪਤਾ ਤੱਕ ਨਹੀਂ ਵੀ ਸਾਡੇ ਲਈ ਕੋਈ ਸਕੀਮ ਵੀ ਹੈ। ਤੁਸੀਂ ਉਹਨੂੰ ਕਲੇਮ ਕਰਨ ਤਾਂ ਗੱਲ ਹੀ ਬਹੁਤ ਦੂਰ ਹੈ ਕਿ ਜਦੋਂ ਕਲੇਮ ਕਰਨ ਦੇ ਲਈ ਅਸੀਂ ਆਪ ਹੀ ਜਦੋਂ ਮੈਂ ਇਸ ਪ੍ਰੋਸੈਸ ਦੇ ਵਿੱਚ ਆਪ ਸ਼ਾਮਿਲ ਸੀਗਾ, ਸੈਂਟਰ ਨੇ ਰਿਲੀਜ਼ ਕਰਤਾ ਸੀਗਾ ਪੈਸਾ, ਲੇਕਿਨ ਬਾਦਲ ਦੀ ਸਰਕਾਰ ਨੇ ਪੈਸਾ ਦਿੱਤਾ ਨਹੀਂ ਸੀ। ਜਦੋਂ ਫਿਰ ਵੀ ਦੇਣਾ ਪਿਆ, ਜਦੋਂ ਮਤਲਬ ਪਾਣੀ ਬਿਲਕੁਲ ਹੀ ਦਰਾਂ ਤੇ ਆ ਗਿਆ ਦੇਣਾ ਪਿਆ, ਤਾਂ ਯੂਨੀਵਰਸਿਟੀਆਂ ਨੇ ਉਹਨਾਂ ਨੇ ਕਹਿ ਜਿਹੜਾ ਹੈਗਾ ਸਟੈਂਡ ਲੈ ਕੇ ਉਹਨਾਂ ਨੇ ਕਹਿ ਤਾ ਕਿ ਅਦਾਲਤ ਨੇ ਕਹਿ ਤਾ ਕਿ ਯੂਨੀਵਰਸਿਟੀਆਂ ਦਾ ਆਪਣਾ ਹੱਕ ਹੈ, ਕਾਲਜਾਂ ਦਾ ਆਪਣਾ ਹੱਕ ਹੈ ਕਿ ਉਹ ਫੀਸਾਂ ਲੈਣ ਤਾਂ ਕਿ ਉਹ ਆਪਣੀ ਆਮਦਨੀ ਨੂੰ ਬਰਕਰਾਰ ਰੱਖ ਸਕਣ। ਕਹਿਣ ਦਾ ਮਤਲਬ ਇਹ ਹੈ ਕਿ ਸਕੀਮਾਂ ਸੁਣਨ ਚ ਬੜੀ ਦਿਲ ਲੁਭਾਉਣੀਆਂ ਲੱਗਦੀਆਂ ਨੇ, ਮਨ ਨੂੰ ਦੇਖਣ ਨੂੰ ਬਹੁਤ ਲੱਗਦਾ ਹੈ ਤੇ ਉੱਚੀ ਜਾਤ ਵਾਲਿਆਂ ਨੂੰ ਅਕਸਰ ਉਹ ਕਹਿੰਦੇ ਵੀ ਹੈ ਤੁਹਾਡੇ ਲਈ ਤਾਂ ਸਾਰੇ ਕੁਛ ਹੀ ਹੈ ਇੰਨਾ ਇੰਨਾ, ਲੇਕਿਨ ਉਹ ਮਿਲਦਾ ਨੀ ਹੈਗਾ ਕਦੇ ਵੀ। ਤੇ ਨਰੇਗਾ ਦੀ ਜਿਹੜੀ ਸਕੀਮ ਹੈ ਜਾਂ ਹੋਰ ਹੈ ਉਹਦੇ ਲਾਇਕ ਬਣਾ ਕੇ ਛੱਡਿਆ ਹੋਇਆ, ਨਰੇਗਾ ਦੇ ਵਿੱਚ 100 ਦਿਨ ਦੀ ਦਿਹਾੜੀ ਉਹ ਵੀ ਨੀ ਰਹਿ ਗਈ ਹੁਣ ਤਾਂ, ਤੇ ਉਹ ਉੱਥੇ ਤੁਸੀਂ ਕੀ ਤਸੱਵਰ ਕਰ ਲੋਗੇ, ਕੀ ਕਿਆਸ ਕਰ ਲੋਗੇ ਕਿ ਬੱਚਾ ਜਿਹੜਾ ਹੈਗਾ ਪੜ੍ਹ ਲਿਖ ਕੇ ਉਹ ਕਰੂਗਾ ਤੇ ਉਹ ਆਪਣੇ ਕੌਮ ਦੀ ਉਹ ਕਰੂਗਾ, ਉਹ ਤਾਂ ਢਿੱਡ ਦਾ ਹੀ ਸਵਾਲ ਹੈ ਉਹਦੇ। ਉਹਨੇ ਤਾਂ ਅੱਗੇ ਜਿਹੜਾ ਪਰਿਵਾਰ ਬਣਾਉਣਾ ਹੈਗਾ ਉਹ ਵੀ ਚੁਣੌਤੀਆਂ ਦੇ ਵਿੱਚ ਹੀ ਝੁੱਲਦਾ ਰਹੂਗਾ, ਉਹਦੇ ਵਿੱਚ ਹੀ ਵੜਿਆ ਰਹੂਗਾ। ਇਹ ਇੱਕ ਬਿਲਕੁਲ ਮੋਟੀ ਨਸ਼ਾ ਲਾਇਆ ਗਿਆ ਹੈਗਾ ਜੀ, ਇਹ ਇੱਕ ਤਰ੍ਹਾਂ ਦਾ ਹੈ ਨਾ। ਤੇ ਸਾਡੇ ਕੋਲ ਇੱਕ ਕਾਲਰ ਨੇ ਸਾਡੇ ਜੁੜੇ ਹੋਏ, ਨੰਬਰ ਹੈ 3759, ਦੇਖਦੇ ਹਾਂ ਉਹਨੂੰ ਉਹ ਕੀ ਗੱਲ ਕਰਦੇ ਨੇ। ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਜਿਵੇਂ ਮਤਲਬ ਸਿੱਖਾਂ ਨੂੰ SGPC ਦਾ ਟੀਕਾ ਲਾਇਆ ਨਸ਼ੇ ਦਾ ਅੰਗਰੇਜ਼ ਤੇ ਬ੍ਰਾਹਮਣ ਨੇ, ਉਸੇ ਤਰ੍ਹਾਂ ਇਹ ਤੁਹਾਨੂੰ ਰਾਖਵੇਂ ਕਰਨ ਦਾ ਟੀਕਾ ਲੱਗਿਆ ਹੋਇਆ, ਨਸ਼ਾ ਹੁੰਦਾ ਕਿ ਨਹੀਂ ਇਸ ਟੀਕੇ ਨਾਲ ਰਾਖਵੇਂ ਕਰਨ ਦੇ ਨਾਲ? ਮੈਨੂੰ ਗਾਂਧੀ ਨੇ ਮਰਨ ਨਾ ਰੱਖਿਆ ਹੁੰਦਾ ਕੁਛ ਹੋਰ ਹੁੰਦੀ, ਇਲੈਕਟੋਰੇਟ ਨਾ ਬਣਿਆ ਹੁੰਦਾ ਤਾਂ ਜ਼ਰੂਰ ਰਿਜ਼ਰਵੇਸ਼ਨ ਸਾਨੂੰ ਆਪਾਂ ਨੂੰ ਲੋੜ ਨਾ ਪੈਂਦੀ। ਸਾਡੇ ਸਰੋਤੇ ਜੁੜੇ ਹੋਏ ਨੇ, 3759 ਉਹਨਾਂ ਦਾ ਨੰਬਰ ਹੈ, 3759। ਬਿਲਕੁਲ ਸਵਾਗਤ ਹੈ ਜੀ। ਹੈਲੋ ਹੈਲੋ ਹਾਂਜੀ ਹਾਂਜੀ ਹੈਲੋ ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂ ਗੁਰਿੰਦਰ ਜੀ ਸਤਿ ਸ੍ਰੀ ਅਕਾਲ, ਮੈਂ ਨਵਦੀਪ ਸਿੰਘ ਬੋਲ ਰਿਹਾ ਜੀ ਨਿਊਯਾਰਕ ਤੋਂ। ਨਵਦੀਪ ਸਿੰਘ ਜੀ ਸਵਾਗਤ ਹੈ ਤੁਹਾਡਾ ਜੀ, ਕਰੋ ਜੀ ਆਪਣੇ ਵਿਚਾਰ ਰੱਖੋ ਜੀ। ਹਾਂਜੀ ਸੁਨਿੰਦਰ ਜੀ, ਤੁਸੀਂ ਹੁਣੇ ਇੱਕ ਪੁਆਇੰਟ ਰੱਖਿਆ ਸੀਗਾ ਕਿ ਪੋਲੀਟੀਕਲ ਪਾਰਟੀਆਂ ਨੇ ਬਹੁਤ ਸਾਰੀਆਂ ਸਕੀਮਾਂ ਚਲਾਈਆਂ ਨੇ ਤੇ ਰਿਜ਼ਰਵੇਸ਼ਨ ਵੀ ਦੇ ਰਿਹਾ। ਮੇਰੇ 2 ਪੁਆਇੰਟ ਇਹਦੇ ਚ ਮੈਂ ਤੁਹਾਨੂੰ ਰੱਖਣਾ ਚਾਹੁੰਦਾ ਵੀ ਜਿੰਨੀਆਂ ਵੀ ਇਹਨਾਂ ਨੇ ਪੋਲੀਟੀਕਲ ਪਾਰਟੀਆਂ ਨੇ ਸਕੀਮਾਂ ਚਲਾਈਆਂ ਨੇ, ਜਿਵੇਂ ਆਟਾ ਦਾਲ ਸਕੀਮ ਹੈ, ਜਿਹੜੀਆਂ ਵੀ ਵਸਤੂਆਂ ਉਹਦੇ ਵਿੱਚ ਦਿੰਦੇ ਆ ਇਹ ਆਟਾ ਦਾਲ ਵਗੈਰਾ, ਉਹ ਜਾਨਵਰਾਂ ਦੇ ਖਾਣ ਦੇ ਵੀ ਲਾਇਕ ਨਹੀਂ ਹੁੰਦਾ। ਮਤਲਬ ਇਹ ਮੈਂ ਆਪਣੇ ਐਕਸਪੀਰੀਅੰਸ ਦੇ ਬੇਸ ਤੇ ਦੱਸਦਾ ਪਿਆ ਕਿ ਸਾਡੇ ਪਰਿਵਾਰ ਦੇ ਪੜੋਸ ਦੇ ਵਿੱਚ ਇੱਕ ਪਰਿਵਾਰ ਸੀ ਜਿਹਨਾਂ ਨੂੰ ਅਸੀਂ ਨੀਲਾ ਕਾਰਡ ਬਣਵਾ ਕੇ ਦਿੱਤਾ ਸੀ ਜਿਹੜਾ ਬਾਦਲ ਸਰਕਾਰ ਨੇ ਸ਼ੁਰੂ ਕੀਤਾ ਸੀਗਾ, ਤੇ ਉਹ ਜਿਹੜਾ ਆਟਾ ਉਹ ਜਦੋਂ ਲੈ ਕੇ ਆਉਂਦੇ ਆ ਤੇ ਉਹਦੀਆਂ ਰੋਟੀਆਂ ਬਣਾ ਕੇ ਖਾਂਦੇ ਆ ਤੇ ਉਹ ਤੁਸੀਂ ਜਾਨਵਰ ਨੂੰ ਵੀ ਖਿਲਾ ਨਹੀਂ ਸਕਦੇ, ਇੰਨੀ ਹਾਲਤ ਉਹਦੀ ਖਰਾਬ ਹੁੰਦੀ ਹੈ। ਦੂਜੀ ਚੀਜ਼ ਹੈ ਜਿਹੜੀ ਰਿਜ਼ਰਵੇਸ਼ਨ ਦੇ ਬਾਰੇ ਸਕੀਮਾਂ ਸ਼ੁਰੂ ਕੀਤੀਆਂ ਨੇ, ਜੇ ਤੁਹਾਨੂੰ ਧਿਆਨ ਦੇ ਵਿੱਚ ਹੋਵੇ ਤਾਂ ਇਹ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਟੀਚਿੰਗ ਦਾ ਕਿਸੇ ਵੀ ਕਿੱਤੇ ਦੇ ਵਿੱਚ, ਪੰਜਾਬ ਸਰਕਾਰ ਨੇ ਪਿਛਲੇ 5-6 ਸਾਲ ਤੋਂ ਕੀ ਕੀਤਾ ਕਿ ਇਹਨਾਂ ਨੂੰ ਵੰਡ ਦਿੱਤਾ 2 ਚੀਜ਼ਾਂ ਦੇ ਵਿੱਚ, 50% ਜਿਹੜੀ 15% ਰਿਜ਼ਰਵੇਸ਼ਨ ਹੈ ਉਹ ਚੋਂ 50% ਸੀਟਾਂ ਰਵਦਾ ਸੀ ਭਾਈਚਾਰੇ ਲਈ ਤੇ 50% ਮਜ਼੍ਹਬੀ ਸਿੰਘ ਜਾਂ ਵਾਲਮੀਕੀ ਹੈ ਭਾਈਚਾਰੇ। ਤੇ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਤਰੀਕਾ ਹੈਗਾ ਇਹ ਵੀ ਇੱਕ ਤਰ੍ਹਾਂ ਨਾਲ ਇਹ ਜਿਹੜੀ ਇਕੱਠਤਾ ਬਣਨ ਦੀ ਲੋੜ ਹੈਗੀ ਆ ਉਹਨੂੰ ਵੰਡਿਆ ਜਾ ਰਿਹਾ ਕਿ ਮਤਲਬ ਲੋਕ ਜਿਹੜੇ ਇਕੱਠਾ ਹੋਣੇ ਚਾਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਚੀਜ਼ਾਂ ਪਾ ਕੇ ਉਹ ਉਹਨਾਂ ਨੂੰ ਡਿਵਾਈਡ ਕਰ ਰਹੇ ਆ ਤਾਂ ਕਿ ਇਹ ਇੱਕ ਸੁਰ ਹੋ ਕੇ ਇੱਕ
आवाज दे नाल लड़ ना सकन किसे दे सामने। ते ए दो पॉइंट मैं रखना चाहुंदा सी। तीजा पॉइंट मेरा ए सीगा कि जिहड़ा असीं गल करदे आ, जिवें मैं प्राइवेट नौकरी करदा, ठीक है जी, इंडिया दे विच ही करदा, मैं कुछ टाइम दे लई इत्थे अमेरिका दे विच आया होया, उत्थे भी असीं ये चीजां जिहड़ियां फेस करदे आ वी जदों लोक आपस दे विच गल करदे आ किसे दी माड़ी परफॉर्मेंस दी जां किसे दी होर चीज बारे जां किसे बारे गंदा कहना होवे जां बुरा बोलना होवे ਤਾਂ ਉਹ ਹਮੇਸ਼ਾ ਜਾਤੀ ਸੂਚਕ ਸ਼ਬਦਾਂ ਦੇ ਨਾਲ ਹੀ ਕਰਦੇ ਆ, ਭਾਵੇਂ ਉਹ ਕਿੰਨੇ ਵੀ ਪੜ੍ਹੇ ਲਿਖੇ ਹੋਣ, ਕਿੰਨੇ ਵੀ ਕੁਛ ਹੋਣ, ਜਿਹੜੀਆਂ ਇਹ ਚੀਜ਼ਾਂ ਨੇ ਇਹ ਮਤਲਬ ਮਨਾਂ ਦੇ ਵਿੱਚੋਂ ਜਾ ਨਹੀਂ ਰਹੀਆਂ, ਇਹਦਾ ਚੱਕਰ ਕੀ ਆ ਤੇ ਇਹਨੂੰ ਕਿਵੇਂ ਹਟਾ ਸਕਦੇ ਆ, ਇਹਦੇ ਬਾਰੇ ਕੋਈ ਹਜੇ ਸੋਲੂਸ਼ਨ ਨਹੀਂ ਹੈਗਾ। ਹਾਂਜੀ ਬਿਲਕੁਲ ਬਿਲਕੁਲ, ਗੱਲ ਇਹਨਾਂ ਭਾਜੀ ਨੇ ਬਹੁਤ ਵਧੀਆ ਕੀਤੀ ਹੈ ਜੀ, ਗੁਰਿੰਦਰ ਜੀ। ਹਾਂਜੀ, ਇੱਕ ਵੰਡ ਵੰਡ ਨੂੰ ਸਮਾਜਿਕ ਵੰਡ ਨੂੰ ਸਥਾਪਿਤ ਰੱਖਣ ਲਈ ਇਹ ਰਿਜ਼ਰਵੇਸ਼ਨ ਦਿੱਤੀ ਜਾਂਦੀ ਹੈ। ਆਪਾਂ ਤਾਂ ਗੱਲ ਬਿਲਕੁਲ ਇਸ ਪੱਧਰ ਦੇ ਉੱਤੇ ਸੋਚਦੇ ਨੀ, ਹਰ ਆਮ ਬੰਦਾ ਜਿਹੜਾ ਹੈ ਉਹ ਇਸ ਪੱਧਰ ਤੇ ਨੀ ਸੋਚਦਾ। ਜਿਹੜੇ ਸਵਰਨ ਜਾਤੀਆਂ ਨੇ, ਜਿਹਨਾਂ ਨੂੰ ਉੱਚ ਜਾਤੀਆਂ ਆਪਾਂ ਕਹਿ ਦਿੰਦੇ ਹਾਂ, ਉਹ ਇਹ ਖਿਆਲ ਕਰਦੇ ਰਹਿ ਜਾਂਦੇ ਨੇ ਕਿ ਸਰਕਾਰ ਇਹਨਾਂ ਨੂੰ ਫਾਇਦਾ ਦੇ ਰਹੀ ਹੈ, ਇਹਨਾਂ ਨੂੰ ਕੰਮ ਕਰਨ ਦੀ ਕੀ ਲੋੜ ਹੈ। ਤੇ ਜਿਹੜੇ ਦੂਸਰੇ ਨੇ ਉਹ ਉਸੇ ਤਰ੍ਹਾਂ ਜਿਹੜਾ ਹੈ ਉਹ ਤ੍ਰਿਸਕਾਰ ਦੀ ਭਾਵਨਾ ਦੇ ਜਿਹੜੇ ਸ਼ਿਕਾਰ ਹੁੰਦੇ ਨੇ, ਤੇ ਉਹ ਉਹਨਾਂ ਦਾ ਆਪਣਾ ਜਿਹੜਾ ਮਾਨਸਿਕ ਪੱਧਰ ਹੈ ਉਹ ਸੋਸਾਇਟੀ ਦੇ ਵਿੱਚ ਉੱਪਰ ਨਹੀਂ ਉੱਠਦਾ ਹੈਗਾ ਜਦੋਂ ਤੱਕ ਉਹਨਾਂ ਨੂੰ ਇਸ ਨਜ਼ਰ ਨਾਲ ਦੇਖਿਆ ਜਾਂਦਾ। ਇੱਕ ਤਰ੍ਹਾਂ ਨਾਲ ਅਜਿਹੀ ਕਾਣੀ ਵੰਡ ਜਿਹੜੀ ਹੈ ਮਤਲਬ 1947 ਤੋਂ ਬਾਅਦ ਹੀ ਇਹ ਚੱਲੀ ਆ ਰਹੀ ਹੈ ਤੇ ਇਹ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਮੈਂ ਤਾਂ ਕਹਿੰਦਾ ਦਿਨੋਂ ਦਿਨ ਇਸ ਨੂੰ ਤੋੜਨ ਦੇ ਲਈ ਕੋਈ ਤੁਸੀਂ ਸੋਚ ਵਿਚਾਰਾਂ ਕਰਦੇ ਹੋ ਮੀਟਿੰਗ ਵਗੈਰਾ ਦੇ ਵਿੱਚ? ਦੇਖਿਓ, ਐਨੀਹਿਲੇਸ਼ਨ ਆਫ ਕਾਸਟ ਦਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਨੇ ਕਿਤਾਬ ਲਿਖੀ ਆ, ਉਹ ਪੜ੍ਹਨੀ ਸਾਰਿਆਂ ਦੇ ਲਈ ਜ਼ਰੂਰੀ ਹੈ ਜਿਹੜਾ ਵੀ ਭਾਰਤ ਦਾ ਵਾਸੀ ਹੈ, ਮਤਲਬ ਭਾਰਤ ਦਾ ਵਾਸੀ ਮਤਲਬ ਇਸ ਖਿੱਤੇ ਚ ਰਹਿੰਦਾ ਜਿਹੜਾ ਜਾਤ ਪਾਤ ਤੋਂ ਅਫੈਕਟਡ ਹੈ, ਉਹ ਭਾਵੇਂ ਉੱਚੀ ਜਾਤ ਦਾ ਹੋਵੇ ਭਾਵੇਂ ਹੇਠਾਂ ਕਈ ਜਾਣ ਵਾਲੀ ਜਾਤ ਦਾ ਹੋਵੇ। ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਰੈਜ਼ਰਵੇਸ਼ਨ ਨੂੰ ਜਿਹੜਾ ਹੈਗਾ ਮੈਂ ਕਦੇ ਵੀ ਮੈਂ ਕੋਈ ਝੁਣਚੁਣਾ ਜਾਂ ਮੈਂ ਕੋਈ ਇਸ ਤਰ੍ਹਾਂ ਦੀ ਉਹਦੇ ਚ ਬਿਲਕੁਲ ਵੀ ਨਹੀਂ ਦੇਖਦਾ ਜਾਂ ਵੰਡੀ ਪਾਉਣ ਦੇ ਲਈ ਮੈਂ ਨਹੀਂ ਦੇਖਦਾ। ਰੈਜ਼ਰਵੇਸ਼ਨ ਜਿਹੜਾ ਹੈਗਾ ਉਹ ਅਮਰੀਕਾ ਚ ਵੀ ਹੈ, ਅਫਰਮੇਟਿਵ ਐਕਸ਼ਨ ਦੇ ਨਾਂ ਦੇ ਉੱਤੇ ਹੈਗਾ, ਸਾਊਥ ਅਫਰੀਕਾ ਦੇ ਵਿੱਚ ਹੈ। ਸਾਊਥ ਅਫਰੀਕਾ ਨੇ ਹੁਣੇ ਪਿਛਲੇ ਦੋ ਮਹੀਨਾ ਪਹਿਲਾਂ ਉਹਨਾਂ ਨੇ ਕ੍ਰਿਕਟ ਦੇ ਵਿੱਚ ਵੀ ਜਿਹੜਾ ਹੈਗਾ ਯੂਥ ਕ੍ਰਿਕਟ ਦੀ ਸਿਲੈਕਸ਼ਨ ਦੇ ਵਿੱਚ ਜਿਹੜਾ ਹੈਗਾ 5 ਜਾਂ 6 ਬਲੈਕਸ ਨੂੰ ਲੈਣ ਦੀ ਗੱਲ ਆਖੀ ਹੈ, ਰੈਜ਼ਰਵੇਸ਼ਨ ਰੱਖਿਆ। ਮਲੇਸ਼ੀਆ ਚ ਹੈਗਾ, ਜਪਾਨ ਦੇ ਵਿੱਚ ਹੈ, ਜਪਾਨ ਦੇ ਵਿੱਚ ਬਰਾਕੋ ਕਮਿਊਨਿਟੀ ਹੈ ਜਿਹੜੀ ਕਿ ਟੈਨਿੰਗ ਦਾ ਕੰਮ ਕਰਦੀ ਸੀ, ਯਾਨੀ ਕਿ ਚਮਾਰ ਦਾ ਕੰਮ ਕਰਦੀ ਸੀ, ਉਹਨਾਂ ਨਾਲ ਬੜਾ ਧੱਕਾ ਆ, ਉਹਨਾਂ ਦੀ ਰੈਜ਼ਰਵੇਸ਼ਨ ਹੈ। ਭਾਰਤ ਇੱਕ ਅਜਿਹਾ ਖਿੱਤਾ ਹੈਗਾ ਜਿਹਦੇ ਵਿੱਚ ਰੈਜ਼ਰਵੇਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਭ੍ਰਾਂਤੀਆਂ, ਕਈ ਤਰ੍ਹਾਂ ਦੇ ਜਿੰਨੀ ਜ਼ਬਾਨ ਉਹਨੇ ਉਨੀ ਜ਼ਿਆਦਾ ਮਤਲਬ ਇਹਨੂੰ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਰੈਜ਼ਰਵੇਸ਼ਨ ਦਾ ਇੱਕ ਮਤਲਬ ਹੈਗਾ ਤੇ ਉਹ ਹੈਗਾ ਪ੍ਰਤੀਨਿਧਤਾ। ਭਾਰਤ ਦੇ ਵਿੱਚ ਇੱਕ ਜੇਕਰ ਮੁਲਕ ਹੈਗਾ, ਜੇਕਰ ਇਹਦੇ ਵਿੱਚ ਮੌਕੇ ਹੈਗੇ ਨੇ ਉਹ ਹਰ ਇੱਕ ਲਈ ਬਰਾਬਰ ਨੇ, ਲੇਕਿਨ ਸਮਾਜਿਕ ਪਿਛੋਕੜ ਦੇ ਧਿਆਨ ਰੱਖਦੇ ਹੋਏ, ਕਈ ਸਾਰੀ ਗਲਤਾਂ ਦੀ ਸੀਮਤਾਈਆਂ ਨੂੰ ਧਿਆਨ ਚ ਰੱਖਦੇ ਹੋਏ, ਠੀਕ ਹੈ, ਉਹਨਾਂ ਨੂੰ ਅੱਗੇ ਵਧਣ ਜਿਹੜੇ ਮੌਕੇ ਨਹੀਂ ਮਿਲੇ, ਇਹ ਇੱਕ ਫਲਾਈਓਵਰ ਹੈ ਉਹਨਾਂ ਲਈ ਜਿਹੜਾ ਉਹਨਾਂ ਨੂੰ ਸਿੱਧੇ ਜਾ ਕੇ ਨੌਕਰੀ ਦੇ ਵਿੱਚ ਉਹ ਦਿੰਦਾ, ਕਿਉਂਕਿ ਇਹ ਪਤਾ ਹੈ, ਇਹ ਪਤਾ ਹੈਗਾ ਕਿ ਜਿਹੜੇ ਉੱਚੀ ਜਾਤ ਦੇ ਲੋਕ ਨੇ ਉਹਨਾਂ ਨੇ ਭੇਦਭਾਵ ਕਰੀ ਜਾਣਾ ਜਦੋਂ ਉਹ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਉਹ ਬੈਠੇ ਨੇ, ਤਾਂ ਇਸ ਕਰਕੇ ਉਹਨਾਂ ਨੂੰ ਇਹ ਇੱਕ ਜਿਹੜਾ ਹੈਗਾ 25 ਹੁਣ ਤਾਂ 49% 5% ਹੈ ਓਬੀਸੀ ਐਸਸੀ ਐਸਟੀ ਦਾ ਸਾਰਾ ਰੈਜ਼ਰਵੇਸ਼ਨ ਮਿਲਾਉਣ ਤੋਂ ਬਾਅਦ। ਤੁਸੀਂ ਇਹ ਦੇਖੋ, ਤੁਸੀਂ ਇਸ ਨੂੰ ਇਸ ਤਰ੍ਹਾਂ ਵੀ ਦੇਖ ਸਕਦੇ ਹੋ ਕਿ ਬ੍ਰਾਹਮਣ ਬਾਣੀਆਂ ਖੱਤਰੀ ਜਿਹੜੇ ਜਿੰਨੇ ਵੀ ਹੈਗੇ ਆ ਨੇ ਇਹ ਲਗਭਗ 14 ਜਾਂ 13% ਹੈਗੇ ਨੇ। ਇਹ 13% ਕੋਲ 51.5% ਜਿਹੜੀ ਹੈਗੀ ਹੈਗਾ ਤੇ 85% ਜਿਹੜੀਆਂ ਹੈਗੀਆਂ ਨੇ ਐਸਸੀ ਐਸਟੀ ਓਬੀਸੀ ਜਿਹੜੀ ਜਾਤਾਂ ਹੈਗੀਆਂ ਨੇ ਉਹਨਾਂ ਕੋਲ ਜਿਹੜਾ ਸਿਰਫ ਤੇ ਸਿਰਫ 49% ਹੈ। ਤੇ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਰਜਾ ਨਹੀਂ ਹੈਗਾ, ਮੈਂ ਅਸੀਂ ਆਰਟੀਆਈ ਫਾਈਲ ਕੀਤੀ ਸੀ, ਆਰਟੀਆਈ ਦੇ ਵਿੱਚ ਲਗਭਗ ਜਿੰਨੀ ਸੈਂਟਰਲ ਯੂਨੀਵਰਸਿਟੀਆਂ ਹੈਗੀਆਂ ਨੇ ਉਹਦੇ ਵਿੱਚੋਂ ਦਲਿਤਾਂ ਦੇ ਜਿਹੜੇ ਹੈਗੇ ਨੇ ਸ਼ਡਿਊਲ ਕਰਦੇ 25 ਜਾਂ 26 ਪ੍ਰੋਫੈਸਰ ਨੇ ਤੇ ਐਸ ਸੀ ਐਸ ਟੀ ਦੇ 25 ਤੇ 5 ਜਾਂ 4 ਜਾਂ 1 ਦੇ 10 ਨੇ। 98.4 ਜਿਹੜਾ ਹੈਗਾ ਉਹ ਉੱਚੀ ਜਾਤਾਂ ਦਾ ਕੋਲ ਪਿਆ। ਤੇ ਇਹ ਜਿਹੜੀ ਪ੍ਰਤੀਨਿਧਤਾ ਹੈਗੀ ਹੈ ਇਹਦੇ ਚ ਕੋਈ ਉਹ ਨਹੀਂ ਹੈ। ਤੁਸੀਂ ਭਾਰਤ ਦੇ ਵਿੱਚ ਤਾਂ ਸਿਰਫ ਐਜੂਕੇਸ਼ਨ ਦੇ ਵਿੱਚ ਤੇ ਨੌਕਰੀਆਂ ਦੇ ਵਿੱਚ ਹੀ ਹੈ, ਲੇਕਿਨ ਜੇ ਤੁਸੀਂ ਅਮਰੀਕਾ ਜਾ ਕੇ ਅਫਰਮੇਟਿਵ ਐਕਸ਼ਨ ਦੇਖੋ ਜਿਹੜਾ ਬਲੈਕ ਨੂੰ ਸਪੋਰਟ ਕਰਨ ਦੇ ਲਈ ਹੈ, ਉੱਥੇ ਇਹ ਹੈ ਕਿ ਜਿੱਥੇ ਬਲੈਕ ਦੀ ਗਿਣਤੀ ਜ਼ਿਆਦਾ ਹੈਗੀ ਹੈ ਉੱਥੇ ਬਲੈਕ ਨੂੰ ਐਂਟਰਪ੍ਰੀਨਰਸ਼ਿਪ ਜਿਹੜੀ ਹੈ ਸਰਕਾਰ ਖੋਲ ਕੇ ਦਿੰਦੀ ਹੈ। ਉਹਦੇ ਆਲੇ ਦੁਆਲੇ ਜਿੰਨੇ ਵੀ ਖਿੱਤੇ ਹੈਗੇ ਨੇ ਜਿਹੜੇ ਕਿ ਉਸ ਖਿੱਤੇ ਦੇ ਵਿੱਚ ਜਿੰਨੇ ਲੋਕ ਪ੍ਰੋਡਕਸ਼ਨ ਦਾ ਕੋਈ ਕੰਮ ਕਰ ਰਹੇ ਨੇ ਉਹ ਰੋ ਮਟੀਰੀਅਲ ਬਲੈਕ ਤੇ ਖਰੀਦਣਗੇ, ਇਹ ਜ਼ਰੂਰੀ ਕੀਤਾ ਹੋਇਆ ਉੱਥੇ। ਇਹ ਤੇ ਬੜੀ ਵਧੀਆ ਚੱਲਦੀ ਹੈ ਉੱਥੇ ਤਾਂ ਬਲੈਕ ਦਾ ਰੀਪ੍ਰਜੈਂਟੇਸ਼ਨ ਜਿਹੜਾ ਹੈਗਾ, ਜੇ ਤੁਸੀਂ ਵਿਲਸ ਵੀ ਥਰੂ ਲੈ ਲਓ
ਜਿਹੜਾ ਫਿਲਮਾਂ ਦੇ ਵਿੱਚ ਹੀਰੋ ਆਉਂਦਾ ਬਲੈਕ, ਕਈ ਸਾਰੇ ਹੈਗੇ ਨੇ, ਕਈ ਸਾਰੇ ਡਾਂਸਰ ਨੇ ਉਹਨਾਂ ਦੇ ਆਪਣੇ ਗਾਣਿਆਂ ਦੇ ਹੈਗੇ ਨੇ, ਆਪਣੇ ਕਲੱਬ ਹੈਗੇ ਨੇ ਆਪਣੇ, ਤੇ ਉਹਨਾਂ ਨੂੰ ਬਦਲਣ ਬਦਲਣ ਦੇ ਫੁੱਲਣ ਦੇ ਮੌਕੇ ਭਰਪੂਰ ਹੋਏ ਨੇ ਰੈਜ਼ਰਵੇਸ਼ਨ ਕਰਕੇ। ਭਾਰਤ ਇੱਕ ਇਹੋ ਜਿਹਾ ਹੋਇਆ ਜਿਹਦੇ ਵਿੱਚ ਹਰ ਇੱਕ ਨੂੰ ਇਹ ਇੱਕ ਬਿਲਡ ਕਰਤਾ, ਇੱਕ ਸਿਨਾਰੀਓ ਬਣਾ ਦਿੱਤਾ, ਇੱਕ ਮਾਹੌਲ ਕ੍ਰੀਏਟ ਕਰ ਦਿੱਤਾ ਜਿਹਦੇ ਚ ਉਹਨਾਂ ਨੂੰ ਇਹ ਕਹਿ ਰੱਖਿਆ ਹੈਗਾ ਕਿ ਇਹਨਾਂ ਨੂੰ ਆਉਂਦਾ ਜਾਂਦਾ ਕੱਖ ਨਹੀਂ ਹੈਗਾ, ਤੇ ਰੈਜ਼ਰਵੇਸ਼ਨ ਲੈ ਕੇ ਇਹ ਆ ਜਾਂਦੇ ਨੇ, ਤੇ ਇਹ ਕੀ ਡਾਕਟਰ ਬਣਨਗੇ, ਇਹਨਾਂ ਤੋਂ ਕੌਣ ਇਲਾਜ ਕਰਾਊਗਾ। ਹਕੀਕਤ ਇਹ ਹੈ ਕਿ ਗੁਜਰਾਤ ਦੇ ਵਿੱਚ 92% ਜਿਹੜੀ ਹੈਗੀ ਹੈ ਦਲਿਤਾਂ ਦੀ ਰੈਜ਼ਰਵੇਸ਼ਨ ਦੇ ਵਿੱਚ ਮੈਰਿਟ ਲਿਸਟ ਦੇ ਵਿੱਚ ਉਹ ਸੀਗੀ, ਕੱਟ ਆਫ ਸੀਗੀ। 94% ਜਿਹੜੀ ਸੀਗੀ ਉਹ ਜਨਰਲ ਕੈਟਾਗਰੀ ਦੀ ਸੀਗੀ। ਇਹ ਸਾਰੀ ਚੀਜ਼ਾਂ ਲੋਕਾਂ ਕੋਲ ਪੁੱਜਦੀਆਂ ਨਹੀਂ ਹੈਗੀਆਂ, ਤੇ ਲੋਕ ਆਪਣੇ ਭਰਮ ਬਣਾਈ ਬੈਠੇ ਬਣਾ ਕੇ ਰੱਖਦੇ ਨੇ। ਮੇਰਾ ਤਾਂ ਇਹੀ ਕਹਿਣਾ ਹੈਗਾ ਕਿ ਇਹਨੂੰ ਫਾਈਟ ਕਰਨ ਦੇ ਲਈ ਜੇਕਰ ਜਾਤਾਂ ਦੇ ਵਿੱਚ ਵੰਡੇ ਹੋਏ ਆ, ਕਿਸੇ ਲਈ ਜਾਤ ਪ੍ਰਿਵਿਲੇਜ ਹੈ, ਕਿਸੇ ਲਈ ਜਾਤ ਡਿਸ ਪ੍ਰਿਵਿਲੇਜ ਹੈ, ਪ੍ਰਿਵਿਲੇਜ ਉਹਨਾਂ ਦਾ ਕਿਉਂ ਛੱਡੇਗਾ ਜਾਤ? ਜਦੋਂ ਤੱਕ ਸਾਹਮਣੇ ਵਾਲਾ ਕਾਊਂਟਰ ਕਰਨ ਦੇ ਹਾਲ ਚ ਨਹੀਂ ਆਏਗਾ, ਉਹ ਬਾਰਗੇਨ ਉਹਦੇ ਹੀ ਕਰੇਗਾ ਨਾ। ਜਦੋਂ ਜੱਟਾਂ ਦੇ ਨਾਲ ਵੀ ਇਹ ਹੋਇਆ ਕਿ ਜਦੋਂ ਉਹਨਾਂ ਕੋਲ ਜ਼ਮੀਨ ਆ ਗਈ ਤੇ ਬਾਰਗੇਨਿੰਗ ਪਾਵਰ ਵੱਧ ਗਈ ਉਹਨਾਂ ਦੀ, ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਨੂੰ RSS ਨੇ ਪੁੱਛਿਆ, RSS ਨੇ ਪੁੱਛ ਪਾਈ ਉਹਦੀ, ਤੇ ਉਹਨੇ ਬਾਰਗੇਨ ਕੀਤਾ ਤੇ ਉਹ ਅਪਰੋਪਰੀਏਟ ਕਰ ਲਿਆ, ਉਹਨੂੰ ਅਸਿਮੀਲੇਟ ਕਰ ਲਿਆ ਟੋਟਲ। ਮਤਲਬ ਜਿਵੇਂ ਤੁਸੀਂ ਗੱਲ ਲੱਗਦੇ ਹੋ ਕਿ ਉਹ ਮੋਹਨ ਭਾਗਵਤ ਹੈ ਪੱਗ ਦੇ, ਅੱਜ ਦੀ ਡੇਟ 'ਚ ਇਹ ਹਾਲ ਹੈ। ਲੇਕਿਨ ਇੱਕ ਗੱਲ ਇਹ ਵੀ ਹੈ ਕਿ ਉਹਨੇ ਬਾਰਗੇਨ ਕਰਨ ਦੀ ਹਾਲਤ ਦੇ ਵਿੱਚ ਆਇਆ ਉਹ। ਇਸੇ ਤਰ੍ਹਾਂ ਜਦੋਂ ਦੂਜੀ ਜਾਤਾਂ ਦੇ ਜਿਹੜੇ ਹੈਗੇ ਨੇ ਉਹ ਬਾਰਗੇਨ ਪਾਵਰ ਕਰਨ ਦੀ, ਮੈਨੂੰ ਨੀ ਲੱਗਦਾ ਅਧਿਕਾਰ ਜਿਹੜਾ ਹੈਗਾ ਹੱਕ ਜਿਹੜੇ ਨੇ ਕੋਈ ਥਾਲੀ ਦੇ ਵਿੱਚ ਪਰੋਸ ਕੇ ਕਿਸੇ ਨੂੰ ਦਿੰਦਾ ਹੈ। ਇਹ ਤਾਂ ਇੱਕ ਛਲਾਵਾ ਹੀ ਹੈ, ਭੁਲੇਖਾ ਹੈ। ਭਾਵੇਂ ਕੋਈ ਵੀ ਹੁਣ ਇਸਲਾਮ ਦੇ ਵਿੱਚ ਵੀ ਦੇਖੋ, ਇਸਲਾਮ 'ਚ ਪੂਰੇ ਕੁਰਾਨ ਦੇ ਵਿੱਚ ਕਿਤੇ ਜਾਤ ਪਾਤ ਦੀ ਗੱਲ ਨੀ, ਲੇਕਿਨ ਸੈਯਦ ਦੇ ਵਿੱਚ ਬਦਲੇ ਨੇ, ਪਠਾਨ ਹੈ, ਅੰਸਾਰੀ ਹੈ, ਪਸਮਾਨਦਾ ਹੈਗੇ ਨੇ। ਬਿਲਕੁਲ, ਆਪਣੇ ਨਾਲ ਇੱਕ ਸਰੋਤੇ ਜੁੜੇ ਹੋਏ ਨੇ ਜੀ, ਬੜੀ ਵਧੀਆ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ। ਮੈਂ ਗੱਲ ਕਰਦਾ ਜੀ 97-83 ਉਹਨਾਂ ਦਾ ਨੰਬਰ ਹੈ ਜੀ, 9783 ਉਹਨਾਂ ਦੇ ਨਾਲ ਦੇਖਦੇ ਹਾਂ, ਉਹਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇਜਿੰਦਰ ਸਿੰਘ ਨਿਊਯਾਰਕ ਤੋਂ ਬੋਲ ਰਿਹਾ ਜੀ। ਹਾਂ ਜੀ, ਆਪਣੇ ਸਿਰਫ 2 ਮਿੰਟ ਨੇ, ਸਿਰਫ 2 ਮਿੰਟ। ਹਾਂਜੀ ਜੀ, ਬਿਲਕੁਲ ਸਰ। ਭਾਜੀ ਸ਼ੁਰੂ ਤੋਂ ਗੱਲ ਆਪਾਂ ਕਰਦੇ ਆਏ ਆ ਕਿ ਜਿੱਦਾਂ ਦਲਿਤ ਤੇ ਦੂਜੀਆਂ ਜਾਤੀਆਂ ਤੇ ਸਿੱਖ ਧਰਮ ਦਾ ਫਲਸਫਾ ਜਿਹੜਾ, ਆਪਾਂ ਇਹ ਤਾਂ ਗੱਲ ਕਲੀਅਰ ਕਰ ਲਈ ਕਿ ਬ੍ਰਾਹਮਣ ਜੋ ਸਾਨੂੰ ਕਰ ਰਿਹਾ ਜਾਂ ਉਹਨੇ ਪਹਿਲਾਂ ਤੋਂ ਉਹਦੀਆਂ ਕੋਸ਼ਿਸ਼ਾਂ ਆ, ਜਿਹੜਾ ਉਹਦਾ ਮੇਨ ਕੰਮ ਆ ਕਿ ਜਿਹੜੀ ਬ੍ਰਾਹਮਣੀ ਮਾਇੰਡ ਸੈਟ ਆ ਨਾ ਉਹ ਸਾਡੇ ਤੇ ਲਾਗੂ ਕਰੀ ਰੱਖਣਾ, ਜਿਹੜਾ ਸਿੱਖ ਧਰਮ ਦਾ ਫਲਸਫਾ ਕਿ ਉਸ ਮਾਇੰਡ ਸੈਟ ਨੂੰ ਪਰੇ ਕਰਕੇ ਸਿੱਖ ਵਿਚਾਰਾਂ ਦੀ ਜਿਹੜੀ ਆ ਉਹ ਰੋਸ਼ਨੀ ਹੋਣ ਦੇਣੀ ਸਾਡੇ ਦਿਮਾਗਾਂ ਚ। ਹੁਣ ਭਾਜੀ ਇਹ ਸਾਨੂੰ ਦੋਨਾਂ ਨੂੰ ਅਸੀਂ ਡਿਫਰੈਂਸ਼ੀਏਟ ਕਰ ਲਿਆ ਹਨਾ, ਅਸੀਂ ਦੇਖ ਲਿਆ ਆ, ਹੁਣ ਇਹ ਸਾਡੀ ਵੀ ਕੋਈ ਜ਼ਿੰਮੇਵਾਰੀ ਬਣਦੀ ਆ ਕਿ ਅਸੀਂ ਵੀ ਇਹਦੇ ਪ੍ਰਤੀ ਕਦਮ ਚੁੱਕੀਏ। ਹਰ ਵੇਲੇ ਬ੍ਰਾਹਮਣ ਦਾ ਬਹੁ ਬਿੱਲਾ ਕਰਕੇ ਨਾ ਪਰ ਹੋਈ ਜਾਈਏ ਸਾਡੀਆਂ। ਅਸੀਂ ਆਪਣੇ ਦੋ ਚੀਜ਼ਾਂ ਭਾਜੀ ਅਸੀਂ ਸਾਨੂੰ ਅਸੀਂ ਲਿਆ ਨੀ, ਇੱਕ ਹਟਾ ਨੀ ਸਕੇ, ਇੱਕ ਲਿਆ ਨੀ ਸਕੇ। ਹਟਾ ਇਹ ਨੀ ਸਕੇ ਕਿ ਸਾਡੀ ਹੀਣ ਭਾਵਨਾ, ਕਿ ਉਹ ਜਿੱਦਾਂ ਭਾਜੀ ਨੇ ਦੱਸਿਆ ਕਿ ਮੈਂ ਆਪਣੇ ਆਪਣੇ ਤੋਂ ਮਾੜੇ ਨੂੰ ਦਬਾਈ ਰੱਖਾਂ ਤੋਂ ਉੱਪਰ ਵਾਲੇ ਦਾ ਡਰ ਮੰਨਾ, ਲਿਆ ਨੀ ਸਕੇ। ਇੱਕ ਜਜ਼ਬਾ, ਜਜ਼ਬਾ ਕੀ, ਇਹ ਖਿੱਤਾ ਸਾਡਾ ਆ, ਅਸੀਂ ਇੱਕ ਬਰਾਬਰ ਦੇ ਸ਼ਹਿਰੀ ਬਣ ਕੇ ਆਪ ਰਹਿਣਾ ਤੇ ਨਾਲ ਦੇ ਨੂੰ ਰਹਿਣ ਦੇਣਾ। ਦੂਜੀ ਗੱਲ, ਖਾਲਿਸਤਾਨ ਚ ਦਲਿਤ ਕਿੱਥੇ ਖੜਾ? ਖਾਲਿਸਤਾਨ ਭਾਜੀ ਜਦੋਂ ਬਣੂਗਾ ਉਸ ਗੁਰੂ ਆਸ਼ੇ ਅਨੁਸਾਰ ਹੀ ਬਣੂਗਾ, ਕਿਉਂਕਿ ਹੋਰ ਕੋਈ ਉਹਦਾ ਚਾਂਸ ਨਹੀਂ ਬਣਨ ਦਾ, ਨਾ ਕੋਈ ਧਿਰ ਤਾਕਤ ਬਣਾ ਸਕਦੀ ਆ, ਨਾ ਇਹ ਬਣਨਾ। ਤੇ ਜਦੋਂ ਬਣੂਗਾ ਉਸੇ ਹੀ ਮਾਡਲ ਦੇ ਉੱਤੇ ਬਣੂਗਾ, ਉੱਥੇ ਕੋਈ ਦਲਿਤ ਹੈ ਹੀ ਨਹੀਂ, ਤੇ ਫਿਰ ਦਲਿਤ ਵਾਲਾ ਕੁਐਸਚਨ ਕਿੱਥੋਂ ਆ ਗਿਆ? ਸਾਰੇ ਇੱਕੋ ਹੀ ਨੇ, ਉਹ ਭਾਵੇਂ ਜਿਹੜੇ ਮਰਜ਼ੀ ਧਰਮ ਨੂੰ ਮੰਨੇ, ਭਾਵੇਂ ਜਿਹੜੇ ਮਰਜ਼ੀ ਕਿੱਤੇ ਨੂੰ ਮੰਨੇ। ਤੇ ਮੈਂ ਇੱਕ ਹੋਰ, ਮੇਰੇ ਦਿਲ ਚ ਬਹੁਤ ਚਿਰਾਂ ਦੀ ਗੱਲ ਆ ਭਾਜੀ ਕਿ ਇਹ ਸਾਰਿਆਂ ਦੀ ਜ਼ਿੰਮੇਵਾਰੀ ਸਾਡੀ ਬਣਦੀ ਆ। ਭਗਤ ਪਹਿਲਾਂ ਕੋਈ ਨਹੀਂ ਸੀ ਬਣਿਆ, ਪਹਿਲਾਂ ਦਲਿਤ ਹੀ ਸੀਗੇ। ਨਾਮਦੇਵ ਜੀ ਕਹਿੰਦੇ ਆ ਪੰਡੀਆ ਮੁੱਕੋ ਢੇਡ ਕਹਿਤ ਹੈ, ਭਾਜੀ ਪਹਿਲਾਂ ਉਹਨਾਂ ਨੂੰ ਕੋਈ ਕੋਈ ਸ਼ੂਦਰ ਹੀ ਸੀਗੇ, ਕੋਈ ਚਮਾਰ ਸੀ, ਕੋਈ ਸ਼ੂਦਰ ਸੀ, ਕੋਈ ਕੁਛ ਸੀ, ਕੋਈ ਛਿੰਬਾ ਸੀ, ਹੈ ਨਾ। ਜਦੋਂ ਗੁਰੂ ਨਾਨਕ ਨੇ ਇਹਨਾਂ ਨੂੰ ਆਪਣੀ ਗੋਦ ਚ ਬਿਠਾਇਆ ਭਗਤ ਉਦੋਂ ਬਣੇ ਆ। ਬਾਣੀ ਪਹਿਲਾਂ ਕਿਸੇ ਨੇ ਨਹੀਂ ਰਚੀ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਆਈ ਤਾਂ ਉਹ ਬਾਣੀ ਬਣੀ ਆ। ਅੱਛਾ, ਗੁਰੂ ਨਾਨਕ ਸਾਹਿਬ ਨੇ ਇੱਕ ਦਲਿਤ ਨੂੰ ਆਪਣੀ ਗੋਦ ਚ ਬਿਠਾ ਕੇ ਉਹਨੂੰ ਭਗਤ ਬਣਾ ਲਿਆ, ਉਹਦੇ ਪੈਰਾਂਕਾਰਾਂ ਨੇ ਆਪਣਾ ਗੁਰੂ ਬਣਾਉਣ ਖਾਤਰ ਉਹਨੂੰ ਫਿਰ ਚਮਾਰ ਬਣਾ ਦਿੱਤਾ। ਇਹ ਉਹਨਾਂ ਦੀ ਵੀ ਜ਼ਿੰਮੇਵਾਰੀ ਸਾਰਿਆਂ ਦੀ ਸਾਡੀ ਬਰਾਬਰ ਦੀ ਆ। ਇੱਕ ਨੂੰ ਅਸੀਂ ਇਹ ਸਕੇਪਗੋਟ ਦੇ ਤੌਰ ਤੇ ਨਹੀਂ ਵਰਤ ਸਕਦੇ। ਸਾਨੂੰ ਚਾਹੀਦਾ ਕਿ ਹੁਣ ਅਸੀਂ ਵੀ ਆਪਣੀ ਜ਼ਿੰਮੇਵਾਰੀ ਵਰਤੀਏ। ਕੁਲਵਿੰਦਰ ਸਿੰਘ ਜੀ ਸਮਾਂ ਤਕਰੀਬਨ ਖਤਮ ਹੋ ਗਿਆ ਸਾਡਾ। ਮੈਨੂੰ ਲੱਗਦਾ ਅਸੀਂ ਮਾਫੀ ਚਾਹੁੰਦੇ ਹਾਂ ਕਿ ਸ਼ਾਇਦ ਤੁਹਾਡੀ ਕਾਲ ਅਸੀਂ ਦੇਰ ਨਾਲ ਲਈ। ਬਹੁਤ ਬਹੁਤ ਤੁਹਾਡਾ ਧੰਨਵਾਦ। ਅਗਲੇ ਪ੍ਰੋਗਰਾਮਾਂ ਚ ਅਸੀਂ ਜ਼ਰੂਰ
ਤੁਹਾਨੂੰ ਬਰਾਬਰ ਦੀ ਹਿੱਸੇਦਾਰੀ ਦੇਵਾਂਗੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਵਾਹਿਗੁਰੂ ਜੀ, ਬੜੀ ਮਿਹਰਬਾਨੀ ਭਾਈ ਸਾਹਿਬ, ਤੁਸੀਂ ਇੰਨਾ ਜ਼ਰਾ ਨਵਾਜ਼ੀ ਵਰਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਿੰਦਰ ਜੀ, ਤਕਰੀਬਨ ਆਪਾਂ ਡੇਢ ਘੰਟੇ ਤੋਂ ਗੱਲਬਾਤ ਕਰਨ ਲੱਗੇ ਹੋਏ ਹਾਂ ਤੇ ਸਮਾਂ ਸਮਾਪਤੀ ਵੱਲ ਹੈ। ਇੱਕ ਮਿੰਟ ਦੇ ਵਿੱਚ ਆਖਰੀ ਆਪਣੇ ਦਲਿਤ ਭਰਾਵਾਂ ਲਈ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ? ਖਾਸ ਕਰਕੇ ਮੈਂ ਤਾਂ ਦਲਿਤ ਨਹੀਂ ਮੰਨਦਾ ਕਿਸੇ ਨੂੰ ਵੀ, ਸੋ ਮੈਂ ਸਾਰਿਆਂ ਨੂੰ, ਸਾਡੀ ਜਿਹੜੀ ਫਿਲਾਸਫੀ ਆ ਉਹ ਬਰਾਬਰ ਮੰਨਦੀ ਆ ਸਾਰਿਆਂ ਨੂੰ, ਜਿਵੇਂ ਹੁਣ ਕੁਲਵਿੰਦਰ ਸਿੰਘ ਹੋਰੀ ਕਹੋਗੇ ਕਹਿ ਕੇ ਗਏ ਨੇ, ਇੱਕ ਮਿੰਟ ਦੇ ਵਿੱਚ ਕੀ ਕਹੋਗੇ ਆਪਣੇ ਭਾਈਚਾਰੇ ਨੂੰ, ਸਮੁੱਚੇ ਵਿਸ਼ਵ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਮੇਰਾ ਮੈਂ ਇਹੀ ਕਹਿਣਾ ਚਾਹੂੰਗਾ ਕਿ ਨਾ, ਇਹ ਇੱਕ ਜਾਤ ਜਿਹੜੀ ਹੈ ਇੱਕ ਰਿਐਲਿਟੀ ਹੈ। ਕੋਈ ਜੇਕਰ ਤੁਹਾਡੇ ਲੱਕ ਤੇ ਫੋੜਾ ਨਿਕਲਦਾ ਤਾਂ ਤੁਸੀਂ ਪਜਾਮਾ ਪਾ ਲਓ ਤੇ ਕਹੋ ਕਿ ਮੇਰਾ ਸਰੀਰ ਬਿਲਕੁਲ ਦਰੁਸਤ ਹੈ। ਦਰਅਸਲ ਜਦੋਂ ਤੱਕ ਅਸੀਂ ਚੀਜ਼ ਨੂੰ ਐਡਰੈਸ ਨਹੀਂ ਕਰਾਂਗੇ ਉਦੋਂ ਤੱਕ ਉਹ ਸਮੱਸਿਆ ਬਣੀ ਰਹੂਗੀ। ਗੁਰਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਗੁਰਾਂ ਤੋਂ ਬਾਅਦ ਜਿਹੜੇ ਸਿੱਖ ਕੌਮ ਦੇ ਲੋਕ ਸੀਗੇ ਉਹਨਾਂ ਨੇ ਨਹੀਂ ਕੀਤੀ ਹੈ। ਮੇਰਾ ਇੱਕੋ ਇੱਕ ਗੱਲ ਹੈ ਕਿ ਮੰਨ ਲਓ ਇਹ ਗੱਲ ਸਹੀ ਹੈ ਕਿ ਆਪਣੇ ਆਪ ਨੂੰ ਹੀਨ ਭਾਵਨਾ ਤੋਂ ਮੁਕਤ ਕਰਨਾ, ਲੇਕਿਨ ਜਦੋਂ ਤੱਕ ਕੋਈ ਵੀ ਵਿਅਕਤੀ ਜਿਹੜਾ ਹੈਗਾ ਮੇਰੇ ਨਾਲ ਵਿਤਕਰਾ ਕਰ ਰਿਹਾ ਹੈ, ਇਹਦਾ ਮਤਲਬ ਵਿਤਕਰਾ ਕਰ ਰਿਹਾ ਉਹ ਉਸ ਹਾਲਤ ਚ ਵਿਤਕਰਾ ਮੇਰੇ ਨਾਲ ਕਰੇ, ਤੇ ਮੇਰੇ ਕੋਲ ਮੇਰੇ ਇਸ ਸਥਿਤੀ ਤਾਂ ਕਿ ਮੈਂ ਵਿਤਕਰੇ ਨੂੰ ਸਹਾਂ, ਤੇ ਜਿੱਥੇ ਜੇਕਰ ਮੈਂ ਅਸਰਟ ਕਰਦਾ ਤਾਂ ਮੈਂ ਰੋਹਿਤ ਮੁੱਲੇ ਦੀ ਤਰ੍ਹਾਂ ਮੈਨੂੰ ਜਾਨ ਦੇਣੀ ਪਏਗੀ ਆਪਣੀ, ਜਾਂ ਮਤਲਬ ਸਾਡੇ ਸਾਹਮਣੇ ਸਾਰੀ ਸਿਚੁਏਸ਼ਨ ਹੈਗੀ ਆ, ਇਹਨੂੰ ਵੱਡੇ ਕੈਨਵਸ ਤੇ ਦੇਖਣ ਦੀ ਲੋੜ ਹੈ। ਮੇਰਾ ਇੱਕੋ ਇੱਕ ਗੱਲ ਇਹ ਹੈ, ਜੇਕਰ ਤੁਸੀਂ ਜਾਤ ਦੇ ਨਾਲ ਲੜਨਾ ਤਾਂ ਬਰਾਬਰੀ ਦੀ ਵੰਡ ਹੋਣੀ ਚਾਹੀਦੀ ਹੈ, ਤੇ ਕਾਨੂੰਨ ਜਿਹੜੇ ਨੇ ਉਹ ਸਖ਼ਤ ਹੋਣੇ ਚਾਹੀਦੇ ਨੇ, ਜਿਹਦੇ ਤਹਿਤ ਉੱਚੀ ਜਾਤਾਂ ਵਾਲਿਆਂ ਨੂੰ ਜਿਹੜਾ ਹੈਗਾ ਡਰ ਲੱਗੇ। ਬਿਨਾਂ ਡਰ ਤੋਂ ਨਹੀਂ ਹੁੰਦਾ, ਕੋਈ ਥਾਲੀ ਚ ਪਾ ਕੇ ਨਹੀਂ ਦਿੰਦਾ ਹੈਗਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਅੱਜ ਦਾ ਜਿਹੜਾ ਸਾਡਾ ਦੀਵੇ ਦੀ ਲੋਕ ਪ੍ਰੋਗਰਾਮ ਹੈ ਇੱਥੇ ਅਸੀਂ ਖਤਮ ਕਰਦੇ ਹਾਂ, ਸਮਾਂ ਇਜਾਜ਼ਤ ਨਹੀਂ ਦਿੰਦਾ, ਹੋਰ ਬਹੁਤ ਸਾਰੀਆਂ ਗੱਲਾਂ ਕਰਨੀਆਂ ਸਨ। ਇਸੇ ਤਰ੍ਹਾਂ ਸੁਣਦੇ ਰਹੋ, ਕੱਲ ਫੇਰ ਅਸੀਂ ਇੱਕ ਨਵੇਂ ਇਸ਼ੂ ਦੇ ਉੱਤੇ ਗੱਲਬਾਤ ਕਰਾਂਗੇ ਇੱਕ ਨਵੇਂ ਸਾਡੇ ਗੈਸਟ ਦੇ ਨਾਲ। ਮੇਰੀ ਕੋਸ਼ਿਸ਼ ਹੋਏਗੀ ਕਿ ਕੱਲ ਅਸੀਂ ਸਰਬੱਤ ਖਾਲਸਾ ਦੇ ਉੱਤੇ ਦੁਬਾਰਾ ਆਪਣੀ ਗੱਲਬਾਤ ਸ਼ੁਰੂ ਕਰੀਏ, ਵਿਆਪਕ ਤਰੀਕੇ ਦੇ ਨਾਲ, ਵੱਡੇ ਤਰੀਕੇ ਨਾਲ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਕੱਲ ਤੋਂ ਸਰਬੱਤ ਖਾਲਸਾ ਦੇ ਉੱਤੇ। ਸੋ ਇਸੇ ਤਰ੍ਹਾਂ ਸੁਣਦੇ ਰਹੋ, ਉਦੋਂ ਤੱਕ ਹੱਕ ਸੱਚ ਦੀ ਆਵਾਜ਼ ਰੇਡੀਓ ਵਾਇਸ ਆਫ ਖਾਲਸਾ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ।